अपनी मेंटेलिटी ऐदां दी है, हुण कोई मेरी कोई चीज टुट जाए ना, पहले मैं उन्होंने गूंदना जोड़ांगा, चेपी भी लावांगा, जिन्ना चेर ओहदा मैं गूं नहीं कढ दिंदा ना, सॉरी मेरी लैंग्वेज। मैं ओह सारा पॉडकास्ट सुनिया ते मैं तुहाडे नाल एग्री नहीं कीता, मैं सोची जावां, मैं ओह दो बार तुहाडा पॉडकास्ट सुनिया, ते फिर मैं शायद तुहानू याद है मैं तुहानू कहा सी भाजी जिहड़ा बंदा न्यूयॉर्क गया ही नहीं तुसीं ओहदे तों किद्दां पुछ सकदे हो कि न्यूयॉर्क च किहड़ियां किहड़ियां चीज़ां ने। ਤੁਸੀਂ ਕਹਿੰਦੇ ਮੈਂ ਵਿਆਹ ਨਹੀਂ ਕਰਾਉਣਾ ਚਾਹੀਦਾ। ਨਹੀਂ ਮੈਂ ਇੱਦਾਂ ਨਹੀਂ ਕਹਿੰਦਾ, ਵਿਆਹ ਉਦੋਂ ਕਰਾਉਣਾ ਚਾਹੀਦਾ ਇਹ ਹੁਣ ਤੁਸੀਂ ਮੈਨੂੰ ਫਸਾਓ ਨਾ ਭਾਜੀ, ਇਹ ਮੇਰੀ ਥਿਊਰੀ ਹੈ ਭਾਜੀ, ਮੈਨੂੰ ਇੱਦਾਂ ਕਿਉਂ ਲੱਗਦਾ ਪਿਆ ਕਿ ਤੁਸੀਂ ਮੇਰੀ ਕਲਾਸ ਲੈਂਦੇ ਪਏ ਹੋ। ਨਹੀਂ ਮੈਂ ਪੁਰਾਣੇ ਪੋਡਕਾਸਟ ਦੇ ਵਿੱਚ ਮਿਸ ਕਰ ਗਿਆ ਸੀਗਾ ਤੇ ਮੈਂ ਉਹਦੀ ਗੱਲ ਕਰ ਰਿਹਾ। ਹੁਣ ਕਿਸੇ ਵੀ ਦੁਕਾਨ ਤੇ ਜਾਈਏ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਸਾਨੂੰ ਚਾਈਨੀਜ਼ ਨਹੀਂ ਆਉਂਦੀ। ਬੜਾ ਚੱਕ, ਸਾਡੇ ਦਿਨ ਨਿਕਲਦੇ ਜਾਣ, ਕੰਮ ਹੋਏ ਨਾ ਕੋਈ, 30-40 lakh ਰੁਪੀਸ ਦਾ, ਇੰਡੀਅਨ ਰੁਪੀਸ ਦਾ ਸਮਾਨ ਖਰੀਦਿਆ, ਮਤਲਬ ਜਿਹੜੇ ਭਾਜੀ ਸੀ ਨਾਲ ਉਹਨਾਂ ਨੇ ਡੀਲ ਕੀਤੀ, ਸਮਾਨ ਲੈਣ ਦੀ ਇੰਨੀ ਖੁਸ਼ੀ ਨਹੀਂ ਸੀਗੀ ਜਿੰਨੀ ਇਹ ਕਿ ਅਸੀਂ ਬਿਨਾਂ ਭਾਸ਼ਾ ਜਾਣਦੇ ਹੋਏ ਇੰਨੇ ਵਧੀਆ ਤਰੀਕੇ ਨਾਲ ਅਸੀਂ ਡੀਲ ਕਰਦੇ। ਤੁਸੀਂ ਜਿਹੜੀ ਗਲਤ ਤਰੀਕੇ ਨਾਲ ਲਿਆ ਮੇਰੀ ਗੱਲ। ਓਕੇ, ਉਹ ਕਹਿੰਦੇ ਨਾ ਕਿ ਲਾਈਫ ਦੇ ਵਿੱਚ ਦੋ ਤਰ੍ਹਾਂ ਦੇ ਨਸ਼ੇ ਨੇ, ਇੱਕ ਤੇ ਕੋਕੇਨ ਹੋ ਗਿਆ ਜਿਹੜਾ ਨਹੀਂ ਲੱਥਦਾ, ਫਿਰ ਦੂਜਾ ਹੋ ਗਿਆ ਤੁਹਾਡੀ ਮੰਥਲੀ ਸੈਲਰੀ। ਜਦੋਂ ਨਸ਼ਾ ਲੱਗ ਗਿਆ ਨਾ, ਬੰਦਾ ਕੋਈ ਕ੍ਰੀਏਟਿਵ ਕਰਨਾ ਚਾਹੁੰਦਾ ਹੀ ਨਹੀਂ, ਕਹਿੰਦਾ ਠੀਕ ਹੈ ਲਾਈਫ ਚੱਲਦੀ, ਡਾਲਰ ਪੈਸੇ ਆਉਂਦੇ ਪਏ, ਠੀਕ ਹੈ ਕਿਉਂ ਕਰਨਾ। ਥੋੜੇ ਜਿਹੇ ਵਰਡ ਚ ਗੱਲ ਕਰਾਂ ਕਿ ਕੋਟ ਪੈਂਟ ਪਾ ਕੇ ਬਹੁਤ ਵਧੀਆ ਤਰੀਕੇ ਨਾਲ ਇੱਕ ਬੰਦੇ ਨੂੰ ਪਾ ਦਿੱਤਾ ਗਿਆ ਕਿ ਤੂੰ ਮਾਲਕ ਹੈ ਤੇ ਕੰਮ ਉਹਦੇ ਤੋਂ ਬਹੁਤ ਜ਼ਿਆਦਾ, ਜਿੱਦਾਂ ਆਪਣੇ ਪਿੰਡਾਂ ਚ ਭਈਏ ਕਰਦੇ ਆ ਵਿਚਾਰੇ, ਓਦਾਂ ਕਰਾਇਆ ਜਾਂਦਾ ਅਮਰੀਕਾ ਦੇ ਵਿੱਚ। ਆ ਅਮਰੀਕਾ ਦਾ ਥੋੜੇ ਵਰਡਾਂ ਚ ਜੇ ਮੈਂ ਤੁਹਾਨੂੰ ਦੱਸਾਂ, ਤੁਸੀਂ ਇੰਡੀਅਨਸ ਨੂੰ ਦੂਜੀ ਰੇਸਿਸ ਦੇ ਨਾਲ ਕੰਪੇਅਰ ਕਰੋ, ਵੀ ਆਊਟਵਰਕ ਦੈਮ, ਆਪਾਂ ਉਹਨਾਂ ਤੋਂ ਜ਼ਿਆਦਾ ਕੰਮ ਕਰ ਜਾਂਦੇ ਹਾਂ, ਉਹ ਰੀਜ਼ਨ ਕਰਕੇ ਆਪਾਂ ਅੱਗੇ ਪਹੁੰਚਦੇ ਪਏ ਹਾਂ। ਤੇ ਆਪਣੇ ਲੋਕਾਂ ਵਾਸਤੇ ਇਹ ਹੁੰਦਾ ਕਿ ਪੀ ਆਰ ਕਦੋਂ ਹੋਏਗੀ, ਉੱਥੇ ਬੇਤਾਰ ਆ। ਤੇ ਕੈਨੇਡਾ ਚ ਇੱਕ ਜਾਣ ਦਾ ਫੈਕਟਰ ਇਹ ਆ ਕਿ ਉੱਥੇ ਪੀ ਆਰ ਜਲਦੀ ਹੋ ਜਾਂਦੀ ਹੈ। ਤੁਹਾਡਾ ਮੈਨੂੰ ਸਭ ਤੋਂ ਪਹਿਲੇ ਤਾਂ ਤੁਹਾਡੇ ਚੈਨਲ ਦਾ ਨਾਮ ਮੈਨੂੰ ਬੜਾ ਵਧੀਆ ਲੱਗਾ, ਬਹੁਤ ਵਧੀਆ ਲੱਗਾ, ਹਨਾ, ਸਭ ਤੋਂ ਮੇਨ ਚੀਜ਼ ਉਹੀ ਸੀਗੀ ਤੇ ਕਾਕਾ ਵੱਲੀ ਪੋਡਕਾਸਟ। ਤੇ ਉਸ ਤੋਂ ਬਾਅਦ ਮੈਂ ਬਸ ਉਹ ਨਾਮ ਪੜ੍ਹਦੇ ਹੀ ਤੁਹਾਨੂੰ ਫੋਲੋ ਕਰਨਾ ਸ਼ੁਰੂ ਕਰਤਾ ਸੀਗਾ, ਸਬਸਕ੍ਰਾਈਬ ਕੀਤਾ। ਤੇ ਉਸ ਤੋਂ ਨੈਕਸਟ ਸਟੈਪ, ਆਈ ਥਿੰਕ ਤੁਹਾਡੀ ਪਹਿਲੀ ਜਾਂ ਦੂਸਰੀ ਵੀਡੀਓ ਦੇ ਵਿੱਚ ਤੁਸੀਂ ਇੱਕ ਗੱਲ ਕਹੀ ਸੀ ਜਿਹੜੀ ਮੈਨੂੰ ਬੜੀ ਚੰਗੀ ਲੱਗੀ, ਜਿਹਨੂੰ ਮੈਂ ਲਾਈਕ ਅੱਜ ਤੱਕ ਮੈਂ ਭੁੱਲ ਨਹੀਂ ਪਾਇਆ। ਉਹ ਗੱਲ ਇਹ ਸੀਗੀ ਕਿ ਤੁਸੀਂ ਆਖਿਆ ਕਿ ਮੈਂ ਕਈ ਟਾਈਮ ਤੋਂ ਇੰਡੀਆ ਤੋਂ ਬਾਹਰ ਹਾਂ, ਤੁਸੀਂ ਪੜ੍ਹਾਈ ਕਰਨ ਲਈ ਬਾਹਰ ਆਏ, ਹਨਾ, ਤੁਹਾਡੇ ਫੈਮਿਲੀ ਚੋਂ ਵੀ ਇੱਕ ਦੋ ਜਾਣੇ ਬਾਹਰ ਸੀਗੇ, ਤੇ ਤੁਸੀਂ ਉਹਦੇ ਚ ਇਹ ਦੱਸਿਆ ਸੀਗਾ, ਹੋ ਸਕਦਾ ਮੇਰੇ ਵਰਡ ਸਹੀ ਨਾ ਹੋਣ, ਬਟ ਤੁਸੀਂ ਉਹਦੇ ਚ ਇਹ ਗੱਲ ਕੀਤੀ ਸੀ ਕਿ ਮੈਂ ਪੰਜਾਬ ਤੋਂ ਕਾਫੀ ਦੂਰ ਜਾ ਰਿਹਾ, ਮੇਰਾ ਜਿਹੜਾ ਸਰਕਲ ਹੈ ਉਹ ਵੀ ਇੱਥੇ ਗੋਰਿਆਂ ਦਾ, ਤੇ ਮੈਂ ਗੋਰਿਆਂ ਚ ਰਹਿ ਰਿਹਾ, ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਪੰਜਾਬ ਚ ਹੋ ਕੀ ਰਿਹਾ। ਤੇ ਮੇਨ ਤੁਸੀਂ ਇਹ ਉਹਦੇ ਚ ਇਹ ਜ਼ਿਕਰ ਕੀਤਾ ਸੀਗਾ ਕਿ ਮੇਰੀ ਪੰਜਾਬੀ, ਮੇਰੀ ਮੇਰੀ ਜਿਹੜੀ ਬੋਰਨ ਦੀ ਜਗ੍ਹਾ ਆ ਜਿੱਥੇ ਮੇਰਾ ਜਨਮ ਹੋਇਆ, ਉਹ ਚੀਜ਼ ਤੋਂ ਮੈਂ ਬੜਾ ਦੂਰ ਜਾ ਰਿਹਾ, ਹਨਾ, ਮੇਰੀ ਲੈਂਗੁਏਜ ਵੀ ਚੇਂਜ ਹੋ ਗਈ। ਤੇ ਇਸ ਕਰਕੇ ਮੈਂ ਸੋਚਿਆ ਕਿ ਮੈਂ ਪੋਡਕਾਸਟ ਦੇ ਰਾਹੀਂ ਅਪ ਟੂ ਡੇਟ ਰਵਾਂ ਆਪਣੇ ਪ੍ਰਦੇਸ਼ ਤੋਂ ਜਾਂ ਆਪਣੇ ਦੇਸ਼ ਤੋਂ, ਹਨਾ। ਤੇ ਉਹ ਚੀਜ਼ ਮੈਨੂੰ ਬਹੁਤ ਚੰਗੀ ਲੱਗੀ ਕਿਉਂਕਿ ਹੁਣ ਮੈਂ ਪਿਛਲੇ 10 ਸਾਲ ਤੋਂ ਅਮਰੀਕਾ ਚ ਹਾਂ, ਤੇ ਇਹ ਘਾਟ ਮੈਨੂੰ ਏਦਾਂ ਲੱਗਦਾ ਕਿ ਆਪਾਂ ਜਿੰਨੇ ਵੀ ਜਾਣੇ ਬਾਹਰ ਆ ਨਾ, ਜਿੱਦਾਂ ਜਿੱਦਾਂ ਆਪਾਂ ਲੇਟ ਹੋਈ, ਮਤਲਬ ਸਾਨੂੰ ਟਾਈਮ ਜ਼ਿਆਦਾ ਹੁੰਦਾ ਜਾਂਦਾ, ਤੇ ਹਰ ਕਿਸੇ ਦੇ ਮਨ ਚ ਗੱਲ ਜ਼ਰੂਰ ਚੱਲਦੀ ਆ। ਨਹੀਂ ਦੇਖੋ, ਉਹ ਇਹ ਚੀਜ਼ ਆਪਾਂ ਕੰਟਰੋਲ ਨਹੀਂ ਕਰ ਸਕਦੇ। ਦੇਖੋ, ਜਿੱਥੇ ਆਪਾਂ ਰਹਿੰਦੇ ਆ ਉਹ ਇਨਫਲੂਐਂਸ ਆਪਣੇ ਆਉਣਾ ਹੀ ਆਉਣਾ ਆ, ਠੀਕ ਹੈ। ਆਪਾਂ ਜਿੰਨਾ ਮਰਜ਼ੀ ਟਰਾਈ ਕਰਦੇ ਰਹੀਏ ਕਿ ਆਪਾਂ ਬਿਲਕੁਲ ਪਿਓਰ ਰਹਿਣਾ ਆ ਜਿੱਦਾਂ ਆਪਾਂ ਇੰਡੀਆ ਚੋਂ ਨਿਕਲੇ ਹਾਂ, ਉਹ ਚੀਜ਼ ਨਹੀਂ ਰਹਿ ਸਕਦੀ। ਜਦੋਂ ਤੁਸੀਂ ਹੁਣ ਤੁਸੀਂ ਮੰਨੋਗੇ ਨਹੀਂ, ਦ ਓਨਲੀ ਟਾਈਮ ਆਈ ਸਪੀਕ ਪੰਜਾਬੀ ਜਦੋਂ ਮੈਂ ਪੋਡਕਾਸਟ ਕਰਦਾ ਜਾਂ ਮੈਂ ਘਰਦਿਆਂ ਨਾਲ ਗੱਲ ਕਰਨੀ ਆ, ਠੀਕ ਹੈ। ਹੁਣ ਮੇਰੇ ਘਰ 'ਚ ਜਿੰਨੇ ਜਾਣੇ ਰਹਿੰਦੇ ਨਾਲ, ਜਿਹੜੇ ਮੇਟ ਨੇ ਸਾਰੇ, ਜਾਂ ਤਾਂ ਉਹ ਦਿੱਲੀ ਦੇ ਨੇ, ਹਿੰਦੀ ਬੋਲਦੇ ਨੇ, ਠੀਕ ਹੈ, ਜਾਂ ਗੋਰੇ ਨੇ, ਅੰਗਰੇਜ਼ੀ ਬੋਲਦੇ ਨੇ, ਤੇ ਪੋਡਕਾਸਟ ਕਹਿ ਲਈਏ ਇੱਕ ਤਰੀਕਾ ਹੋ ਗਿਆ ਮੇਰਾ ਪੰਜਾਬੀ ਬੋਲਣ ਦਾ, ਤੇ ਕਿਤੇ ਨਾ ਕਿਤੇ ਉਹ ਕਨੈਕਟਡ ਰੱਖਦਾ ਮੈਨੂੰ, ਠੀਕ ਹੈ। ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਮੈਂ ਫੋਰਸ ਕਰਦਾ ਹਾਂ, ਕਿਉਂਕਿ ਹੁਣ ਮੈਂ ਪੰਜਾਬੀ 'ਚ ਗੱਲ ਕਰਾਂ ਤਾਂ ਸਾਰੀਆਂ ਗੱਲਾਂ ਸਿਰਫ ਗੋਰਿਆਂ ਵਾਲੀਆਂ ਹੀ ਕਰੀ ਜਾਵਾਂ, ਜੋ ਮੈਂ ਕਰਦਾ ਹਾਂ ਵਿੱਚ ਜੋ ਮੈਂ ਕਰਦਾ ਵਾਂ ਵਿੱਚ, ਠੀਕ ਹੈ, ਮਿਕਸ ਹੋ ਜਾਂਦਾ ਦੋਵੇਂ ਚੀਜ਼ਾਂ ਦਾ, ਬਟ ਉਹ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਫੋਰਸ ਵੀ ਕਰਦਾ ਕਿ ਮੈਂ ਪੰਜਾਬ 'ਚ ਦੇਖਾਂ ਕੀ ਹੁੰਦਾ ਪਿਆ ਆ। ਅਤੇ ਮੇਰੇ ਲਈ ਜਦੋਂ ਮੈਂ ਆਪਣੇ ਫਿਊਚਰ ਦੇ ਵਿੱਚ ਬੱਚਿਆਂ ਦਾ ਸੋਚਦਾ ਵਾਂ, ਮੇਰੇ ਲਈ ਬੜਾ ਇੰਪੋਰਟੈਂਟ ਆ ਕਿ ਉਹ ਵੀ ਪੰਜਾਬੀ ਬੋਲਣ,
ਦੇਖੋ ਮੈਂ ਥੋੜਾ ਜਿਹਾ ਹੈਗਾ ਵਾ ਇਸ ਵੱਲੋਂ ਨਾ ਥੋੜਾ ਜਿਹਾ ਲਿਬਰਲ ਆ ਇਨ ਦਾ ਸੈਂਸ ਕਿ ਮੈਂ ਨਹੀਂ ਚਾਹੁੰਦਾ ਉਹ ਸਿਰਫ ਪੰਜਾਬੀ ਬੋਲਣ ਫੋਰ ਦਾ ਸੇਕ ਆਫ ਪੰਜਾਬੀ ਮੈਨੂੰ ਹੁੰਦਾ ਕਿ ਜਿਹੜੇ ਬੱਚੇ ਬਾਇਲਿੰਗੁਅਲ ਹੁੰਦੇ ਆ ਨਾ ਕੋਈ ਵੀ ਬੰਦਾ ਜਿਹੜਾ ਬਾਇਲਿੰਗੁਅਲ ਹੁੰਦਾ ਆ ਜਾਂ ਤਿੰਨ ਭਾਸ਼ਾਵਾਂ ਬੋਲਦਾ ਉਹ ਚਾਰ ਭਾਸ਼ਾਵਾਂ ਬੋਲਦਾ ਉਹ ਬਹੁਤ ਜ਼ਿਆਦਾ ਸਮਾਰਟ ਹੁੰਦੇ ਆ ਦੇਖੋ ਪੰਜਾਬੀ ਇੱਕ ਅਲੱਗ ਤਰ੍ਹਾਂ ਦੀ ਇੰਟਲੈਕਚੁਅਲ ਚੀਜ਼ ਰੱਖਦੀ ਹੈ ਹਿੰਦੀ ਦੇ ਵਿੱਚ ਆਪਣੀ ਇੱਕ ਅਲੱਗ ਸਿਆਣਪ ਆ ਅੰਗਰੇਜ਼ੀ ਦੇ ਵਿੱਚ ਆਪਣੀ ਇੱਕ ਅਲੱਗ ਸਿਆਣਪ ਆ ਤੇ ਜਿੰਨੀਆਂ ਭਾਸ਼ਾਵਾਂ ਤੁਸੀਂ ਬੋਲੋਗੇ ਉਹ ਤੁਹਾਡੇ ਲਈ ਬੈਟਰ ਆ ਤੇ ਇਹ ਵੀ ਚੀਜ਼ ਤੋਂ ਮੈਂ ਬਹੁਤ ਜ਼ਿਆਦਾ ਕਦੀ ਕਦੀ ਕਰਦਾ ਵਾਂ ਜਦੋਂ ਲੋਕ ਕਹਿੰਦੇ ਨੇ ਕਿ ਅੰਗਰੇਜ਼ੀ ਹੀ ਬਸ ਸਭ ਕੁਛ ਆ ਕਿ ਤੁਸੀਂ ਮਾਡਰਨ ਆ ਅੰਗਰੇਜ਼ੀ ਬੋਲਦੇ ਆ ਤੇ ਤੁਸੀਂ ਬਹੁਤ ਵਧੀਆ ਹੋਵੋਗੇ ਉਹ ਵੀ ਚੀਜ਼ ਮੈਨੂੰ ਮਾੜੀ ਲੱਗਦੀ ਹੈ ਜਿੰਨੀਆਂ ਭਾਸ਼ਾਵਾਂ ਤੁਸੀਂ ਹਾਂਜੀ ਹਾਂਜੀ ਇਸ ਚੀਜ਼ ਨਾਲ ਮੈਂ ਬਿਲਕੁਲ ਐਗਰੀ ਕਰਦਾ ਆ ਕਿਉਂਕਿ ਮੈਂ ਦੱਸ ਦਵਾਂ ਕਿ ਮੈਂ ਹਰਿਆਣੇ ਦੇ ਇੱਕ ਏਦਾਂ ਦੇ ਸ਼ਹਿਰ ਦੇ ਵਿੱਚ ਆ ਜਿਹੜਾ ਨਾ ਬਿਲਕੁਲ ਜਿੱਥੇ ਪੰਜਾਬੀ ਬਹੁਤ ਘੱਟ ਜਾਣੇ ਨੇ ਜਿੱਥੇ ਮੇਰਾ ਬੋਰਨ ਹੋਇਆ ਜਿੱਥੇ ਮੇਰਾ ਜਨਮ ਹੋਇਆ ਨਾ ਤੇ ਸਾਡੀ ਪੰਜਾਬੀ ਵੀ ਕੁਛ ਇੱਦਾਂ ਦੀ ਸੀਗੀ ਕਿ ਕੁਛ ਵਰਡ ਅਸੀਂ ਹਿੰਦੀ ਦੇ ਜ਼ਿਆਦਾ ਯੂਜ਼ ਕਰਦੇ ਹੁੰਦੇ ਸੀ ਕਿਉਂਕਿ ਸਾਡੇ ਉੱਥੇ ਜ਼ਿਆਦਾ ਹਿੰਦੀ ਚੱਲਦੀ ਸੀ ਬਟ ਇੱਕ ਉੱਥੇ ਨਾ ਲੋਕਲ ਲੈਂਗੁਏਜ ਹੈਗੀ ਆ ਬਾਗੜੀ ਭਾਸ਼ਾ ਆਈ ਡੋਂਟ ਨੋ ਕਿ ਤੁਹਾਨੂੰ ਪਤਾ ਕਿ ਨਹੀਂ ਉਸ ਬਾਰੇ ਉਹ ਪੰਜਾਬ ਆਪਣੇ ਰਾਜਸਥਾਨੀ ਤੇ ਹਰਿਆਣਵੀ ਮਿਕਸ ਨੇ ਉਹ ਲੋਕ ਹਨਾ ਤੇ ਉਹਦੇ ਬੜੇ ਸਾਰੇ ਇੱਦਾਂ ਦੇ ਵਰਡਸ ਨੇ ਕਿਉਂਕਿ ਅਸੀਂ ਉੱਥੇ ਮਤਲਬ ਰਹੇ ਹਾਂ ਬਚਪਨ ਤੋਂ ਉਹ ਭਾਸ਼ਾ ਅਸੀਂ ਸੁਣੀ ਹੈ ਹਨਾ ਉੱਦਾਂ ਚਲੋ ਸਾਡਾ ਕੋਈ ਲਿੰਕ ਨਹੀਂ ਹੈ ਉਸ ਭਾਸ਼ਾ ਦੇ ਨਾਲ ਪਰ ਸਾਡੇ ਸਕੂਲ ਦੇ ਵਿੱਚ ਉੱਦਾਂ ਉਹ ਬੋਲਣ ਵਾਲੇ ਸੀਗੇ ਸਾਡੇ ਦੋਸਤ ਵਗੈਰਾ ਤੇ ਹੌਲੀ ਹੌਲੀ ਸਾਨੂੰ ਉਹ ਭਾਸ਼ਾ ਆਉਣੀ ਸ਼ੁਰੂ ਹੋਈ ਤੇ ਤੁਹਾਡੀ ਗੱਲ ਤੋਂ ਹੀ ਮੈਨੂੰ ਇਹ ਗੱਲ ਯਾਦ ਆਈ ਕਿ ਵਾਕਈ ਬੰਦੇ ਨੂੰ ਤਿੰਨ ਚਾਰ ਭਾਸ਼ਾਵਾਂ ਜ਼ਰੂਰ ਆਉਣੀਆਂ ਚਾਹੀਦੀਆਂ ਖਾਸ ਕਰਕੇ ਜਿਹੜੀਆਂ ਲੋਕਲ ਲੈਂਗੁਏਜ ਹੈਗੀਆਂ ਸਾਡੇ ਏਰੀਆ ਦੀਆਂ ਉਹ ਭਾਸ਼ਾਵਾਂ ਸਾਨੂੰ ਸਾਨੂੰ ਇੱਕ ਦੂਜੇ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਜੋੜਦੀਆਂ ਨੇ ਹੁਣ ਜਿੱਦਾਂ ਐਗਜ਼ਾਮਪਲ ਲਈਏ ਕਿ ਆਪਾਂ ਹੁਣ ਪੰਜਾਬੀ ਭਾਸ਼ਾ ਦਾ ਯੂਜ਼ ਕਰਦੇ ਪਏ ਹਾਂ ਤੇ ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਜੋ ਮੇਰੇ ਭਾਵ ਹੈਗੇ ਆ ਉਹ ਮੈਂ ਬੜੇ ਵਧੀਆ ਤਰੀਕੇ ਨਾਲ ਤੁਹਾਡੇ ਨਾਲ ਪੇਸ਼ ਕਰ ਰਿਹਾ ਬਟ ਹੁਣ ਇੱਥੇ ਤੁਸੀਂ ਮੇਰੇ ਨਾਲ ਇੰਗਲਿਸ਼ ਬੋਲਣ ਲੱਗ ਜਾਓ ਤੇ ਜੇ ਮੈਨੂੰ 50% ਇੰਗਲਿਸ਼ ਆਉਂਦੀ ਹੈ ਤੇ ਉਹ ਜਿਹੜੇ 50% ਵਰਡ ਮੈਨੂੰ ਨਹੀਂ ਆਉਂਦੇ ਉਹ ਮੈਂ ਤੁਹਾਡੇ ਨਾਲ ਗੱਲ ਹੀ ਨਹੀਂ ਕਰ ਪਾਵਾਂਗਾ ਮੈਂ ਬਾਈਪਾਸ ਹੀ ਕਰੀ ਜਾਵਾਂਗਾ ਉਹ ਵਰਡ ਰਾਈਟ ਤੇ ਤੁਸੀਂ ਜੋ ਮੈਂ ਅਸਲ ਚ ਤੁਹਾਨੂੰ ਸਮਝਾਉਣਾ ਚਾਹੁੰਦਾ ਮੈਂ ਨਹੀਂ ਸਮਝਾ ਪਾਵਾਂਗਾ ਫਿਰ ਤੁਸੀਂ ਆਪਣੇ ਹਿਸਾਬ ਨਾਲ ਆਈਡੀਆ ਲਾਓਗੇ ਕਿ ਕਿੱਥੇ ਕੋਈ ਗੱਲ ਚੱਲਣ ਰਹੀ ਹੈ ਹਨਾ ਜੇ ਹੋ ਸਕਦਾ ਤੁਹਾਨੂੰ ਪੰਜਾਬੀ ਘੱਟ ਆਉਂਦੀ ਹੈ ਕਿਉਂਕਿ ਅਕਸਰ ਇੱਥੇ ਇੱਦਾਂ ਹੁੰਦਾ ਜਿਹੜੇ ਚਾਈਨੀਜ਼ ਬੰਦੇ ਨੇ ਉਹ ਇੰਗਲਿਸ਼ ਬੋਲਦੇ ਆ ਨਾ ਉਹਨਾਂ ਦੀ ਇੰਗਲਿਸ਼ ਮੈਨੂੰ ਨਹੀਂ ਸਮਝ ਆਉਂਦੀ ਬਹੁਤ ਜ਼ੋਰ ਲੱਗਦਾ ਬਹੁਤ ਜ਼ੋਰ ਲੱਗਦਾ ਹਨਾ ਤੇ ਫਿਰ ਸਿਚੁਏਸ਼ਨ ਨੂੰ ਯਾਦ ਮਤਲਬ ਅਬਜ਼ਰਵ ਜਿਹਾ ਕਰਨਾ ਪੈਂਦਾ ਵੀ ਕਿਹੜੀ ਸਿਚੁਏਸ਼ਨ ਕਿੱਦਾਂ ਗੱਲ ਚੱਲੀ ਸੀ ਸ਼ਾਇਦ ਇੱਦਾਂ ਹੀ ਕਹਿੰਦੇ ਹੋਣ ਕੁਛ ਚੀਜ਼ਾਂ ਨਾ ਜਿੱਦਾਂ ਮੇਰਾ ਮੈਂ ਨਾ ਪਿਛਲਾ ਪੋਡਕਾਸਟ ਕੀਤਾ ਸੀ ਮੇਰਾ ਦੋਸਤ ਹੈ ਬੈਸਟ ਫਰੈਂਡ ਕਹਿ ਲਈਏ ਅੰਗਰੇਜ਼ੀ ਦੇ ਸੀ ਉਹ ਪੋਡਕਾਸਟ ਟੇਲਰ ਨਾਮ ਦਾ ਮੁੰਡਾ ਤੇ ਉਹਨੇ ਨਾ ਉਹ ਬੜਾ ਫੈਸੀਨੇਟਡ ਹੁੰਦਾ ਜਦੋਂ ਉਹ ਇੰਡੀਅਨ ਕਲਚਰ ਦੀ ਗੱਲ ਹੁੰਦੀ ਹੈ ਨਾ ਕਿਉਂਕਿ ਇੰਡੀਅਨ ਕਲਚਰ ਹੋ ਗਿਆ ਜਾਂ ਚਾਈਨੀਜ਼ ਇਜਿਪਸ਼ੀਅਨ ਕਲਚਰ ਬਹੁਤ ਪੁਰਾਣੇ ਕਲਚਰ ਨੇ ਹੁਣ ਵੈਸਟ ਵਾਲਾ ਕਲਚਰ ਬਹੁਤ ਜ਼ਿਆਦਾ ਨਵਾਂ ਆ ਬਹੁਤ ਬਹੁਤ ਨਵਾਂ ਆ ਤੇ ਤਾਂ ਮੇ ਵੀ ਪਾਪੂਲਰ ਆ ਸਾਰਿਆਂ ਨੂੰ ਪਸੰਦ ਆ ਬਟ ਇੰਡੀਅਨ ਕਲਚਰ ਦੀ ਗੱਲ ਕਰੀਏ 5000 ਸਾਲ ਤੋਂ ਪੁਰਾਣਾ ਕਹਿ ਲਈਏ ਗਥਾਵਾਂ ਚੱਲਦੀਆਂ ਆ ਰਹੀਆਂ ਇੰਨੇ ਮਿੱਥ ਚੱਲਦੇ ਆ ਰਹੇ ਤੇ ਉਹਨੂੰ ਬੜਾ ਨਾ ਫੈਸੀਨੇਟਡ ਉਹ ਹੁੰਦਾ ਕਿ ਮੈਂ ਯਾਰ ਇੰਡੀਅਨ ਕਲਚਰ ਬਾਰੇ ਕੁਛ ਪੜ੍ਹਾਂ ਕਹਿੰਦਾ ਯਾਰ ਮੈਨੂੰ ਕੁਛ ਰਿਕਮੈਂਡ ਕਰਨਾ ਅਗਰ ਮੈਂ ਇੰਡੀਅਨ ਫਿਰ ਮੈਂ ਆਪਣੀਆਂ ਸਟੋਰੀਆਂ ਉਹਨੂੰ ਦੱਸਦਾ ਹੁੰਦਾ ਕਿ ਸਾਡੇ ਸਿੱਖਾਂ ਦੀਆਂ ਕੀ ਸਟੋਰੀਆਂ ਹਿੰਦੂਇਜ਼ਮ ਦੇ ਵਿੱਚ ਕੀ ਚੀਜ਼ਾਂ ਨੇ ਤੇ ਉਹਨੇ ਨਾ ਭਗਵਤ ਗੀਤਾ ਕਹਿੰਦਾ ਮੈਂ ਪੜ੍ਹਨੀ ਆ ਬਹੁਤ ਇਹਦੇ ਬਾਰੇ ਸੁਣਿਆ ਤੇ ਮੈਂ ਕਿਹਾ ਹਾਂ ਵਧੀਆ ਵਧੀਆ ਕਿਤਾਬ ਆ ਤੇ ਤੂੰ ਪੜ੍ਹ ਜ਼ਰੂਰ ਤੇ ਉਹਨੇ ਨਾ ਅੰਗਰੇਜ਼ੀ ਦੇ ਵਿੱਚ ਹੁਣ ਦੇਖੋ ਅੰਗਰੇਜ਼ੀ ਹੀ ਆਉਂਦੀ ਹੈ ਉਹਨੇ ਅੰਗਰੇਜ਼ੀ ਦੇ ਵਿੱਚ ਆਰਡਰ ਕੀਤੀ ਤੇ ਚਲੋ ਕੁਛ ਨਾ ਕੁਛ ਸਿੱਖਦਾ ਜ਼ਰੂਰ ਹੋਏਗਾ ਫਿਰ ਮੈਂ ਉਹਨੂੰ ਕਿਹਾ ਕਿ ਮੈਂ ਕਿਹਾ ਇਹ 'ਚ ਬਹੁਤ ਜ਼ਿਆਦੀਆਂ ਚੀਜ਼ਾਂ ਤੂੰ ਮਿਸ ਕਰੇਗਾ ਕਿਉਂਕਿ ਤੂੰ ਹਿੰਦੀ 'ਚ ਨਹੀਂ ਪੜ੍ਹ ਰਿਹਾ ਤੇ ਇਹੀ ਜੇ ਮੈਂ ਤੈਨੂੰ ਆਪਣੇ ਸਮਝ ਲੈ ਗੁਰੂ ਗ੍ਰੰਥ ਸਾਹਿਬ ਜੀ ਦਵਾਂ ਠੀਕ ਹੈ ਤੇ ਪੰਜਾਬੀ ਵਿੱਚ ਪੜ੍ਹਨਾ ਤੇ ਅੰਗਰੇਜ਼ੀ ਦੇ ਵਿੱਚ ਪੜ੍ਹਨਾ ਬਹੁਤ ਜ਼ਿਆਦਾ ਫਰਕ ਆ ਬਟ ਉਹੀ ਨਾ ਕਿ ਕੁਛ ਕਲਚਰਸ ਨੂੰ ਸਮਝਣ ਵਾਸਤੇ ਅਗਰ ਉਹਨਾਂ ਦੀ ਤੁਸੀਂ ਭਾਸ਼ਾ ਬੋਲੋ ਨਾ ਅਗਰ ਇਟੈਲੀਅਨ ਕਲਚਰ ਨੂੰ ਤੁਸੀਂ ਸਮਝਣਾ ਹਾਂ ਠੀਕ ਹੈ ਤੁਸੀਂ ਬਹੁਤ ਚੀਜ਼ਾਂ ਪੜ੍ਹ ਸਕਦੇ ਹੋ ਹਿਸਟਰੀ ਦੇ ਵਿੱਚ ਕੀ ਹੋਇਆ ਬਟ ਔਰ ਉਹਨਾਂ ਦੀ ਤੁਹਾਨੂੰ ਭਾਸ਼ਾ ਨਹੀਂ ਆਉਂਦੀ ਨਾ ਉਹਨਾਂ ਦੇ ਕਲਚਰ ਦੀਆਂ ਬਹੁਤ ਚੀਜ਼ਾਂ ਤੁਸੀਂ ਮਿਸ ਕਰ ਜਾਓਗੇ
ਬਿਲਕੁਲ ਸਹੀ ਗੱਲ ਕਹਿ ਰਹੇ ਹੋ। ਤੇ ਭਾਸ਼ਾ ਮੇਰੇ ਲਈ ਬਹੁਤ, ਜਦੋਂ ਵੀ ਮੈਂ ਹੁਣ ਮੇਰੇ ਨਾਲ ਨਾ ਇੱਥੇ ਰੂਮਮੇਟ ਨੇ ਉਹ ਜਰਮਨ ਨੇ, ਤੇ ਜਿਹੜੀ ਜਰਮਨ ਕਲਚਰ ਦੇ ਲੋਕ ਹੁੰਦੇ ਨੇ ਨਾ ਉਹ ਬੜੇ ਸਟ੍ਰੇਟ ਫਾਰਵਰਡ ਜੇ ਹੁੰਦੇ ਨੇ, ਉਹਨਾਂ ਨੂੰ ਮਜ਼ਾਕ ਨਹੀਂ ਕਰਨਾ ਹੁੰਦਾ, ਬਿਲਕੁਲ ਸਟ੍ਰੇਟ ਫਾਰਵਰਡ, ਉਹਨਾਂ ਨੇ ਗੱਲ ਜੋ ਕਹਿਣੀ ਸਿੱਧੀ ਕਹਿ ਦੇਣੀ ਆ। ਆਪਾਂ ਨੂੰ ਕਦੀ ਕਦੀ ਫੀਲ ਹੁੰਦਾ ਯਾਰ ਕਿ ਯਾਰ ਇਹਨੇ ਇੱਦਾਂ ਗੱਲ ਕਹਿ ਦਿੱਤੀ ਮੈਨੂੰ ਕਿ ਇਹਨੂੰ ਫੀਲ ਨਹੀਂ ਹੋ। ਆਪਾਂ ਨਾ ਬੜੇ ਹਿਸਾਬ ਨਾਲ ਗੱਲ ਕਰਦੇ ਹਾਂ ਕਿਸੇ ਨਾਲ, ਪੰਜਾਬੀ ਦੇ ਵਿੱਚ ਆਦਰ ਨਾਲ ਗੱਲ ਕਰਦੇ ਹਾਂ, ਬਿਲਕੁਲ ਜਰਮਨੀ ਦੇ ਵਿੱਚ ਇੱਦਾਂ ਨਹੀਂ ਆ, ਬਿਲਕੁਲ ਸਟ੍ਰੇਟ ਫਾਰਵਰਡ। ਤੇ ਮੈਨੂੰ ਕਦੀ ਕਦੀ ਫੀਲ ਹੁੰਦਾ ਯਾਰ ਇੱਦਾਂ ਗੱਲ ਕਹਿ ਦਿੱਤੀ ਨਾ, ਬਿਲਕੁਲ ਸਿੱਧਾ ਜਾਈ। ਜਿੱਦਾਂ ਆਪਾਂ ਖਾਣਾ ਵੀ ਆਰਡਰ ਖਾਣਾ ਖਾਣ ਲੱਗੀ ਨਾ, ਆਪਾਂ ਆਫਰ ਕਰਦੇ ਹਾਂ ਸਾਰਿਆਂ ਨੂੰ, ਠੀਕ ਹੈ, ਉਹ ਜਦੋਂ ਖਾਣਾ ਖਾ ਉਹਨਾਂ ਨੇ ਕੋਈ ਆਫਰ ਉਫਰ ਨਹੀਂ ਕਰਨਾ, ਉਹਨਾਂ ਨੇ ਖਾ ਲੈਣਾ, ਤੇ ਮੈਨੂੰ ਬੜਾ ਔਕਵਰਡ ਲੱਗਣਾ। ਫਿਰ ਮੈਂ ਜਦੋਂ ਜਰਮਨੀ ਬੋਲਦੇ ਨੇ ਮੈਨੂੰ ਬੜੀ ਜੈਲਸੀ ਹੁੰਦੀ ਕਿ ਕਾਸ਼ ਮੈਂ ਵੀ ਜਰਮਨੀ ਬੋਲ ਸਕਦਾ, ਜਰਮਨ ਬੋਲ ਸਕਦਾ, ਮੈਂ ਇਹਨਾਂ ਨੂੰ ਹੋਰ ਇੱਦਾਂ ਸਮਝ ਸਕਦਾ ਕਿ ਇੱਦਾਂ ਕਿਉਂ ਨੇ। ਬਿਲਕੁਲ, ਤੇ ਭਾਸ਼ਾਵਾਂ ਬੜੀ ਅਜੀਬ ਜੀ ਚੀਜ਼ ਆ ਕਹਿ ਲਈਏ, ਤੇ ਵਧੀਆ ਵੀ ਚੀਜ਼ ਆ, ਤੇ ਵਧੀਆ ਵੀ ਆਪਾਂ ਨੂੰ ਜੋੜਦੀਆਂ ਇੱਕ ਦੂਜੇ ਨਾਲ, ਆਪਣੇ ਕਲਚਰ ਜਦੋਂ ਜੁੜਨਗੇ ਕਈ ਵਾਰ ਆਪਾਂ ਨੂੰ ਬੜੇ ਭੁਲੇਖੇ ਹੁੰਦੇ ਆ। ਜਿੱਦਾਂ ਹੁਣ ਤੁਸੀਂ ਜਰਮਨ ਦੀ ਗੱਲ ਕੀਤੀ ਕਿ ਉਹ ਬੜੇ ਸਟ੍ਰੇਟ ਫਾਰਵਰਡ ਨੇ, ਰਾਈਟ, ਹੋ ਸਕਦਾ ਤੁਸੀਂ ਉਹਨਾਂ ਦੀ ਭਾਸ਼ਾ ਜਦੋਂ ਥੋੜਾ ਡੀਪ ਡਾਈਵ ਕਰੋਗੇ, ਉਹਨਾਂ ਨੂੰ ਸਮਝੋਗੇ, ਤੁਹਾਨੂੰ ਪਤਾ ਲੱਗ ਜਾਏ ਕਿ ਕਿਉਂ ਹੈ ਇੱਦਾਂ, ਹਨਾ। ਹੋ ਸਕਦਾ ਫਿਰ ਆਪਣਾ ਇੱਕ ਵਿਚਾਰ ਚੇਂਜ ਹੋ ਜਾਏ ਜੋ ਅੱਜ ਆਪਾਂ ਸੋਚਦੇ ਕਿ ਯਾਰ ਪਤਾ ਨੀ ਕਿਉਂ ਹੈ ਇੱਦਾਂ ਨਾ। ਸੋ ਇਹ ਬਹੁਤ ਸਹੀ ਗੱਲ ਆ, ਤੇ ਬੜੀ ਮੈਂ ਵੀ ਇਸ ਗੱਲ ਨਾਲ ਬੜਾ ਐਗਰੀ ਕਰਦਾ ਕਿ ਅਲੋਪ ਹੁੰਦੀਆਂ ਜਾਣਗੀਆਂ, ਭਾਵੇਂ ਜਿੰਨਾ ਵੀ ਆਪਾਂ ਟਰਾਈ ਜ਼ਰੂਰ ਆਪਾਂ ਕਰਦੇ ਪਏ ਹਾਂ ਕਿ ਆਪਾਂ ਪ੍ਰੀਜ਼ਰਵ ਕਰੀਏ, ਅਗਲੀਆਂ ਦੂਜੀ ਤੀਜੀ ਜਾਂ ਚੌਥੀ ਜਨਰੇਸ਼ਨ ਜਦੋਂ ਆਈ ਨਾ, ਉਹ ਬਿਲਕੁਲ ਉਹ ਸਿੰਪਲ ਚੀਜ਼ਾਂ ਚਾਹੁੰਦੀਆਂ ਨੇ, ਉਹ ਕੰਪਲੀਕੇਸ਼ਨਸ ਨਹੀਂ ਚਾਹੁੰਦੀਆਂ, ਠੀਕ ਹੈ। ਤੇ ਉੱਥੇ ਮੈਨੂੰ ਕਦੀ ਕਦੀ ਲੱਗਦਾ ਹੁੰਦਾ ਕਿ ਵਧੀਆ ਚੀਜ਼ ਵੀ ਹੈ ਕਿ ਸਾਰੀ ਦੁਨੀਆ ਇੱਕ ਭਾਸ਼ਾ ਬੋਲੂਗੀ, ਠੀਕ ਹੈ। ਹੁਣ ਮੈਂ ਐਗਜ਼ਾਮਪਲ ਲੈਂਦਾ ਹੁੰਦਾ ਕਿ ਸਮਝ ਲਓ ਕਿ ਏਲੀਅਨਸ ਨੇ ਮੈਨੂੰ ਚੁੱਕ ਲਿਆ ਅੱਜ, ਤੇ ਮੈਨੂੰ ਜਾ ਕੇ ਰਸ਼ੀਆ ਦੇ ਵਿੱਚ ਸੁੱਟਤਾ, ਤੇ ਮੈਂ ਰਸ਼ੀਅਨ ਨਹੀਂ ਬੋਲਦਾ, ਠੀਕ ਹੈ, ਤੇ ਉਹਨਾਂ ਨਾਲ ਵਾਰਤਾਲਾਪ ਨਹੀਂ ਕਰ ਪਾਵਾਂਗਾ, ਤੇ ਏਲੀਅਨਸ ਨੇ ਕਹਿਣਾ ਯਾਰ ਤੁਸੀਂ ਇੱਕ ਦੂਜੇ ਨੂੰ ਹੀ ਨਹੀਂ ਸਮਝਦੇ ਹਜੇ ਤੱਕ, ਤੁਸੀਂ ਸਾਨੂੰ ਤਾਂ ਕੀ ਸਮਝਣਾ। ਉਸ ਪੱਖੋਂ ਮੈਨੂੰ ਲੱਗਦਾ ਹੁੰਦਾ ਕਿ ਹਾਂ ਇੱਕ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ। ਜਿੱਦਾਂ ਗੁਰਦਾਸ ਮਾਨ ਦੇ ਨਾਲ ਕਦੀ ਕਦੀ ਕੰਟਰੋਵਰਸੀ ਜੁੜਦੀ ਨਾ, ਉਹਨੇ ਕਹਿਤਾ ਕਿ ਹਿੰਦੀ ਬੋਲਣੀ ਬੜੀ ਵਧੀਆ ਚੀਜ਼ ਆ, ਅਗਰ ਤੁਸੀਂ ਇੰਡੀਆ ਜਾਓਗੇ ਤਾਂ ਹਿੰਦੀ ਆਉਂਦੀ ਤੁਸੀਂ ਕਮਿਊਨੀਕੇਸ਼ਨ ਵਧੀਆ ਕਰ ਸਕਦੇ ਹੋ, ਪਰ ਉਹਨੂੰ ਵੀ ਬੜੇ ਗਲਤ ਤਰੀਕੇ ਨਾਲ ਲੋਕਾਂ ਨੇ ਲਿਆ ਨਾ। ਤੇ ਉੱਦਾਂ ਮੈਂ ਵੀ ਮੰਨਦਾ ਕਿ ਇੱਕ ਭਾਸ਼ਾ, ਹੁਣ ਜਦੋਂ ਮੈਂ ਅੰਗਰੇਜ਼ੀ ਬੋਲਦਾ ਨਾ ਕਦੀ ਕਦੀ ਮੈਨੂੰ ਕ੍ਰਿਟੀਸਿਜ਼ਮ ਮਿਲਦਾ ਕਿ ਯਾਰ ਤੂੰ ਅੰਗਰੇਜ਼ੀ ਕਿੱਦਾਂ ਬੋਲਣ ਦਿਆ, ਠੀਕ ਹੈ ਤੂੰ ਪੰਜਾਬੀ ਦੇ ਨਾਲ ਰਹਿ। ਫਿਰ ਮੈਨੂੰ ਹੁੰਦਾ ਕਿ ਇੱਕ ਭਾਸ਼ਾ ਜ਼ਰੂਰ ਪੂਰੀ ਦੁਨੀਆ ਦੀ ਹੋਣੀ ਚਾਹੀਦੀ ਜੋ ਹਰੇਕ ਬੰਦਾ ਬੋਲੇ, ਭਾਵੇਂ ਮੈਂ ਜਰਮਨੀ 'ਚ ਜਾਵਾਂ, ਯੂਰਪ ਦੀ ਕਿਸੇ ਵੀ ਕੰਟਰੀ 'ਚ ਜਾਵਾਂ, ਰਸ਼ੀਆ 'ਚ ਜਾਵਾਂ, ਏਸ਼ੀਆ ਦੀ ਕਿਸੇ ਵੀ ਕੰਟਰੀ 'ਚ ਜਾਵਾਂ, ਐਟਲੀਸਟ ਅਗਰ ਸਾਰਿਆਂ ਨੂੰ ਇੱਕ ਭਾਸ਼ਾ ਆਉਂਦੀ ਆ, ਕਮਿਊਨੀਕੇਸ਼ਨ ਕਿੰਨਾ ਵਧੀਆ ਹੋ ਜਾਏਗਾ ਆਪਣਾ। ਗੱਲਾਂ ਦੋਵੇਂ ਪਾਸੇ ਬਿਲਕੁਲ ਸਹੀ, ਜਿੱਦਾਂ ਕਹਿ ਲਓ ਪੰਜਾਬੀ 'ਚ ਆਪਾਂ ਕਹਿੰਦੇ ਹਾਂ ਢੁੱਕਦੀਆਂ ਨੇ। ਜਿੱਦਾਂ ਕਹਿ ਲਓ ਹੁਣ ਕਈ ਵਾਰ ਕੀ ਅਸੀਂ ਨਾ, ਮੈਨੂੰ ਇੱਕ ਗੱਲ ਚੇਤੇ ਆਉਂਦੀ ਹੈ, 2008 ਜਾਂ 10 ਦੇ ਵਿੱਚ ਨਾ ਪਹਿਲੀ ਵਾਰ ਮੈਂ ਚਾਈਨਾ ਗਿਆ ਸੀਗਾ ਇੰਡੀਆ ਤੋਂ, ਇੰਡੀਆ ਤੋਂ ਬਾਹਰ ਮੈਂ ਪਹਿਲੀ ਵਾਰ ਚਾਈਨਾ ਗਿਆ। ਸਾਡੇ ਇੱਕ ਮਿੱਤਰ ਸੀ, ਉਹਨਾਂ ਦਾ ਬਿਜ਼ਨਸ ਸੀਗਾ ਕਾਫੀ ਅੱਛਾ, ਤੇ ਉਹਨਾਂ ਦੇ ਨਾਲ ਮੈਂ ਵੈਸੇ ਹੀ ਚਲਾ ਗਿਆ। ਹੁਣ ਉਸ ਵੇਲੇ, ਅੱਜ ਨੀ ਮੈਨੂੰ ਪਤਾ ਚਾਈਨਾ 'ਚ ਕੀ ਹੁੰਦਾ ਪਿਆ, ਉਸ ਵੇਲੇ ਉੱਥੋਂ ਦੇ ਜਿਹੜੇ ਸਿਰਫ ਬੱਚੇ ਸੀ ਨਾ, ਉਹਨਾਂ ਨੇ ਸਟਾਰਟ ਹੀ ਕੀਤਾ ਸੀ ਇੰਗਲਿਸ਼ ਨੂੰ ਪੜ੍ਹਨਾ, ਆਈ ਥਿੰਕ 2008-10 ਦੇ ਆਸ ਪਾਸ ਦੀ ਗੱਲ ਕਰ ਰਹੇ ਹਾਂ। ਤੇ ਅਸੀਂ ਜਦੋਂ ਚਾਈਨਾ ਗਏ ਤੇ ਉਹਨਾਂ ਨੂੰ ਈਵਨ 1-2 ਵੀ ਨਹੀਂ ਸੀ ਕਹਿਣਾ ਆਉਂਦਾ, ਤੇ ਹੁਣ ਸਾਨੂੰ ਚਾਈਨੀਜ਼ ਬਿਲਕੁਲ 0। ਤੇ ਅੱਜ ਤੇ ਸਾਡੇ ਕੋਲ ਟਰਾਂਸਲੇਟ ਸੋਫਟਵੇਅਰ ਹੈਗੇ ਆ, ਗੂਗਲ ਟਰਾਂਸਲੇਟ ਔਰ ਸਮਥਿੰਗ, ਹਨਾ, ਉਹਦੇ ਚ ਕਈ ਕੁਛ ਆਪਾਂ ਕਰ ਲਈਦਾ ਇੱਕ ਮਿੰਟ ਕਰ ਲਾ ਕੇ। ਤੇ ਮੈਨੂੰ ਯਾਦ ਹੈ ਅਸੀਂ ਦੋ ਜਾਣੇ ਸੀ, ਅਸੀਂ ਬੜੀ ਬੁਰੀ ਤਰ੍ਹਾਂ ਫਸੇ। ਹੁਣ ਜਿਹੜੇ ਜਿਨ੍ਹਾਂ ਦੇ ਨਾਲ ਮੈਂ ਗਿਆ ਸੀ ਉਹਨਾਂ ਨੇ ਉੱਥੇ ਬਿਜ਼ਨਸ ਵੀ ਕਰਨਾ ਸੀਗਾ, ਸਮਾਨ ਲੈਣਾ ਸੀਗਾ। ਹੁਣ ਕਿਸੇ ਵੀ ਦੁਕਾਨ ਤੇ ਜਾਈਏ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਸਾਨੂੰ ਚਾਈਨੀਜ਼ ਨਹੀਂ ਆਉਂਦੀ। ਬੜਾ ਚੱਕ, ਸਾਡੇ ਦਿਨ ਨਿਕਲਦੇ ਜਾਣ, ਕੰਮ ਹੋਏ ਨਾ ਕੋਈ, ਤੇ ਕੋਸ਼ਿਸ਼ ਕਰੀਏ ਕਿ ਸਾਨੂੰ ਉਦੋਂ ਆਈ ਡੋਂਟ ਨੋ ਕੀ ਹੋਇਆ ਕਿ ਸਾਨੂੰ ਕੋਈ ਟਰਾਂਸਲੇਟਰ ਵੀ ਨਾ ਮਿਲੇ। ਮਤਲਬ ਪਤਾ ਨੀ ਕਿੱਦਾਂ ਕੋਈ ਏਦਾਂ ਦਾ ਪੈਡਲਕ ਸੀਗਾ ਸਾਡਾ, ਸਾਨੂੰ ਕੋਈ ਟਰਾਂਸਲੇਟ ਹੀ ਨਾ ਮਿਲੇ, ਨਾ ਕੋਈ ਇੰਟਰਨੈਟ ਦੀ ਸੁਵਿਧਾ ਏਦਾਂ ਦੀ ਕੋਈ ਨਹੀਂ ਸੀ ਹੈਗੀ। ਫਿਰ ਜਿਹੜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਉੱਥੇ ਆਵਾਂ, ਲੰਬੀ ਨਾ ਹੋ ਜਾਏ ਗੱਲ।
ਅਸੀਂ ਕੀ ਕੀਤਾ, ਅਸੀਂ ਨਾ ਬੜੇ ਫਰਸਟ੍ਰੇਟ ਹੋਏ। ਅਸੀਂ ਕਿਹਾ ਵੀ ਚਲੋ ਕੋਈ ਨੀ, ਆਪਣੇ ਜੇ ਮੰਨ ਲਓ ਬੰਦਾ ਬੋਲ ਹੀ ਨੀ ਸਕਦਾ, ਉਹ ਕਿੱਦਾਂ ਆਪਣੀ ਗੱਲ ਸਮਝਾਉਂਦਾ, ਰਾਈਟ? ਵੀ ਉਹਦੇ ਕੋਲ ਕਿਹੜੀ ਭਾਸ਼ਾ ਹੁੰਦੀ ਹੈ। ਅਸੀਂ ਟਾਈਪ ਸਾਡਾ ਜ਼ਬਰਦਸਤ ਟਾਸਕ ਹੋ ਗਿਆ ਉਹ, ਹਨਾ। ਤੇ ਅਸੀਂ ਦੋਵੇਂ ਜਾਣੇ ਕਿੱਦਾਂ ਸ਼ੁਰੂ ਕੀਤਾ ਕੰਮ, ਮੈਨੂੰ ਅੱਜ ਵੀ ਯਾਦ ਹੈ ਕਿ ਅਸੀਂ ਉਹਨਾਂ ਨੂੰ ਇਸ਼ਾਰਿਆਂ ਚ ਸਮਝਾਈਏ। ਅਸੀਂ ਇਸ਼ਾਰਿਆਂ ਚ ਵੀ ਸਾਨੂੰ ਆਹ ਚੀਜ਼ ਚਾਹੀਦੀ ਹੈ, ਏਦਾਂ ਦੀ ਚਾਹੀਦੀ ਹੈ, ਹਨਾ। ਤੇ ਮੈਨੂੰ ਲੱਗਦਾ ਤਕਰੀਬਨ, ਮੈਂ ਭੁੱਲਦਾ ਨਾ ਹੋਵਾਂ, ਤੇ ਅਸੀਂ 30-40 ਲੱਖ ਰੁਪੀਜ਼ ਦਾ, ਇੰਡੀਅਨ ਰੁਪੀਜ਼ ਦਾ ਸਮਾਨ ਖਰੀਦਿਆ। ਮਤਲਬ ਜਿਹੜੇ ਭਾਜੀ ਸੀ ਨਾਲ, ਉਹਨਾਂ ਨੇ ਡੀਲ ਕੀਤੀ। ਤੇ ਸਮਾਨ ਲੈਣ ਦੀ ਇੰਨੀ ਖੁਸ਼ੀ ਨਹੀਂ ਸੀਗੀ ਜਿੰਨੀ ਇਹ ਕਿ ਅਸੀਂ ਬਿਨਾਂ ਭਾਸ਼ਾ ਜਾਣਦੇ ਹੋਏ ਇੰਨੇ ਵਧੀਆ ਤਰੀਕੇ ਨਾਲ ਅਸੀਂ ਡੀਲ ਕਰਕੇ ਆਏ, ਰਾਈਟ? ਤੇ ਇਹ ਗੱਲ ਮੈਨੂੰ ਫਿਰ ਕਈ ਵਾਰ ਇੱਦਾਂ ਲੱਗਦੀ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਪਛਾਣੋ ਨਾ, ਤੁਸੀਂ ਆਪਣੇ ਆਪ ਨੂੰ ਸਮਝੋ, ਰੱਬ ਨੇ, ਪਰਮਾਤਮਾ ਨੇ ਇਨਸਾਨ ਸੁਪਰ ਪਾਵਰ ਤੋਂ ਵੀ ਜ਼ਬਰਦਸਤ ਪਾਵਰ ਬਣਾਈ ਹੈ, ਰਾਈਟ? ਕਿਉਂਕਿ ਆਪਾਂ ਕੁਛ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਨਾ, ਅਸਲ ਦੇ ਵਿੱਚ ਹੋ ਸਕਦਾ ਬੜੇ ਜਾਣੇ ਮੈਨੂੰ ਐਗਰੀ ਨਾ ਕਰਨ, ਪਰ ਮੈਨੂੰ ਇੱਦਾਂ ਲੱਗਦਾ ਕਿ ਆਪਾਂ ਨਿੱਕੀਆਂ ਨਿੱਕੀਆਂ ਚੀਜ਼ਾਂ 'ਚ ਬੜੀ ਬੁਰੀ ਤਰ੍ਹਾਂ ਫਸ ਚੁੱਕੇ ਹਾਂ, ਰਾਈਟ? ਤੇ ਆਪਾਂ ਨੂੰ ਲੱਗਦਾ ਕਿ ਬਸ ਆਹ ਚੀਜ਼ਾਂ, ਇੰਨੀਆਂ ਕੁ ਚੀਜ਼ਾਂ ਆਪਣੇ ਕਬਜ਼ੇ 'ਚ ਆ ਜਾਣ ਨਾ, ਅਸੀਂ ਸੁਪੀਰੀਅਰ ਆ, ਰਾਈਟ? ਬਟ ਮੈਨੂੰ ਇੱਦਾਂ ਲੱਗਦਾ ਕਿ ਆਪਣੇ ਕੋਲ ਆਲਰੇਡੀ ਬੜੀ ਜ਼ਬਰਦਸਤ ਚੀਜ਼ ਹੈਗੀ ਆ। ਕਈ ਪੋਡਕਾਸਟ 'ਚ ਤੁਸੀਂ ਵੀ ਦੱਸਿਆ ਕਿ ਆਪਣਾ ਜਿਹੜਾ ਮਾਇੰਡ ਆ ਉਹ ਬਹੁਤ ਪਾਵਰਫੁਲ ਆ, ਤੇ ਬੰਦਾ ਸ਼ਾਇਦ 2-3% ਤੋਂ ਜ਼ਿਆਦਾ ਯੂਜ਼ ਹੀ ਨਹੀਂ ਕਰਦਾ ਉਹਨੂੰ। ਤੇ ਮੋਸਟਲੀ ਆਪਾਂ ਜੋ ਵੀ ਕੰਮ ਕਰਦੇ ਹਾਂ, ਆਪਣੇ ਅਰਾਊਂਡ ਜੋ ਕੁਛ ਚੱਲ ਰਿਹਾ ਉਹਨੂੰ ਹੀ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਹਿਸਾਬ ਨਾਲ। ਆਪਾਂ ਬਹੁਤ ਘੱਟ ਨੇ ਬੰਦੇ ਜਿਹੜੇ ਆਪਣੇ ਹਿਸਾਬ ਨਾਲ ਕਰਦੇ, ਉਹ ਅੱਜ ਬਹੁਤ ਅੱਗੇ ਨਿਕਲੇ ਹੋਏ ਨਹੀਂ। ਚੱਕਰ ਇਹ ਕਿ ਆਪਾਂ ਪਹਿਲੀ ਗੱਲ ਤੇ ਲੋੜ ਤੋਂ ਬਿਨਾਂ ਆਪਾਂ ਕੋਈ ਕ੍ਰੀਏਟਿਵ ਚੀਜ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਕਿਉਂਕਿ ਲੋੜਾਂ ਆਪਾਂ ਆਪਣੇ ਆਪ ਨੂੰ ਨਾ, ਖਾਸ ਕਰ ਵੈਸਟ ਕੰਟਰੀਜ਼ ਦੇ ਵਿੱਚ, ਇੰਡੀਆ ਦੇ ਵਿੱਚ ਮਾਹੌਲ ਅਲੱਗ ਹੈ। ਹਜੇ ਇੱਥੇ ਲਾਈਫ ਇੰਨੀ ਜ਼ਿਆਦਾ ਕੰਫਰਟੇਬਲ ਹੋ ਗਈ ਹੈ ਕਿ ਆਪਾਂ ਨੂੰ ਕਿਸੇ ਚੀਜ਼ ਦਾ ਸੋਚਣਾ ਨਹੀਂ ਪੈਂਦਾ। ਠੀਕ ਹੈ, ਆਪਾਂ ਚੱਲ ਪਏ ਹਾਂ, ਠੀਕ ਹੈ, ਸਵੇਰੇ ਉੱਠ ਪਏ, ਕੰਮ ਦੇ ਚਲੇ ਗਏ, ਉਹ ਪੈਸੇ ਆ ਗਏ ਬੈਂਕ ਅਕਾਊਂਟ 'ਚ। ਉਹ ਕਹਿੰਦੇ ਨੇ ਕਿ ਲਾਈਫ ਦੇ ਵਿੱਚ ਦੋ ਤਰ੍ਹਾਂ ਦੇ ਨਸ਼ੇ ਨੇ, ਇੱਕ ਤੇ ਕੋਕੇਨ ਹੋ ਗਿਆ ਕਿ ਜਿਹੜਾ ਨਹੀਂ ਲੱਥਦਾ, ਫਿਰ ਦੂਜਾ ਹੋ ਗਿਆ ਤੁਹਾਡੀ ਮੰਥਲੀ ਸੈਲਰੀ। ਜਦੋਂ ਨਸ਼ਾ ਲੱਗ ਗਿਆ ਨਾ, ਬੰਦਾ ਕੋਈ ਕ੍ਰੀਏਟਿਵ ਕਰਨਾ ਚਾਹੁੰਦਾ ਹੀ ਨਹੀਂ। ਉਹ ਕਹਿੰਦਾ ਠੀਕ ਹੈ, ਲਾਈਫ ਚੱਲਦੀ ਵੀ ਡਾਲਰ ਪੈਸੇ ਆਉਂਦੇ ਪਏ, ਠੀਕ ਹੈ, ਕਿਉਂ ਕਰਨਾ? ਤੇ ਬੰਦੇ ਦੇ ਵਾਸਤੇ ਥੋੜ੍ਹਾ ਜਿਹਾ ਟਰੋਮਾ ਲਾਈਫ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਆ। ਥੋੜ੍ਹਾ ਜਿਹਾ ਟਰੋਮਾ ਚਾਹੀਦਾ, ਥੋੜ੍ਹੀ ਜਿਹੀ ਸੈਡਨੈਸ ਚਾਹੀਦੀ ਆ, ਕਿ ਉਹ ਬੰਦੇ ਨੂੰ ਕੋਈ ਕ੍ਰੀਏਟਿਵ ਚੀਜ਼ ਕਰਨ ਦੇ ਵਿੱਚ ਮਜਬੂਰ ਕਰਦਾ ਆ। ਠੀਕ ਹੈ, ਉਹ ਕਹਿੰਦੇ ਨਾ ਕਿ ਸਵਰਗ ਜਿੱਦਾਂ ਆਪਾਂ ਪਹੁੰਚ ਗਏ, ਉੱਥੇ ਕੋਈ ਦੁੱਖ ਹੀ ਨਹੀਂ ਆ, ਠੀਕ ਹੈ, ਸਾਰੇ ਚੱਲਦੇ ਪਏ ਆ, ਬਟ ਹਿਊਮੈਨਿਟੀ ਦਾ ਪਰਪਸ ਇਹੀ ਹੈ ਇੱਥੇ ਆ ਕੇ ਕਿ ਆਪਾਂ ਨੂੰ ਇੱਕ ਇੱਕ ਲੈਵਲ ਦਾ ਸੁੱਖ ਸੁੱਖ ਵੀ ਮਿਲੇ ਤੇ ਥੋੜ੍ਹੇ ਜਿਹੇ ਲੈਵਲ ਦਾ ਦੁੱਖ ਵੀ ਮਿਲੇ। ਤੇ ਅਗਰ ਮੈਂ ਜਦੋਂ ਡੇਟਾ ਕਦੀ ਕਦੀ ਮੈਂ ਦੇਖਦਾ ਨਾ, ਮੈਂ ਕੱਲ੍ਹ ਪਰਸੋਂ ਇਹ ਆਰਟੀਕਲ ਪੜ੍ਹਨ ਦਿਆ ਸੀ, ਮੈਂ ਦੇਖਣ ਦਿਆ ਸੀ ਕਿ ਕਿੰਨੇ ਸੀਈਓਜ਼ ਇੰਡੀਅਨਸ ਬਣ ਗਏ ਨੇ ਇਸ ਟਾਈਮ, ਕਿੰਨੀਆਂ ਕੰਪਨੀਜ਼ ਦੇ ਸੀਈਓਜ਼ ਇੰਡੀਅਨ ਨੇ। ਤੇ ਮੈਂ ਸੋਚਦਾ ਸੀ ਇੱਦਾਂ ਕਿਉਂ ਹੈ। ਠੀਕ ਹੈ, ਉਹ ਸਾਰੇ ਸੀਈਓਜ਼ ਨੂੰ ਮੈਂ ਦੇਖਿਆ, ਉਹ ਬੋਰਨ ਹੋਏ ਸੀ ਇੰਡੀਆ ਦੇ ਵਿੱਚ। ਹਾਂਜੀ, ਉਹ ਸਾਰੇ ਲਗਭਗ ਮੈਜੋਰਿਟੀ ਆਫ ਦੋਜ਼ ਸੀਈਓਜ਼ ਬੋਰਨ ਹੋਏ ਸੀ ਇੰਡੀਆ ਦੇ ਵਿੱਚ। ਜੇ ਤੁਸੀਂ ਇੰਡੀਆ 'ਚ ਬੋਰਨ ਹੁੰਦੇ ਹੋ ਨਾ, ਆਈ ਫੀਲ ਲਾਈਕ ਕਿ ਤੁਹਾਡੇ ਕੋਲ ਇੱਕ ਲੈਵਲ ਦਾ ਇੱਕ ਟਰੋਮਾ ਹੁੰਦਾ ਆ, ਟਰੋਮਾ ਕਿ ਉਹ ਘਾਟ ਹੁੰਦੀ ਆ ਲਾਈਫ ਦੇ ਵਿੱਚ। ਸ਼ੁਰੂ 'ਚ ਹੀ ਹਰੇਕ ਚੀਜ਼ ਨਹੀਂ ਮਿਲਦੀ ਤੁਹਾਨੂੰ। ਜਿਹੜੇ ਇੰਡੀਅਨਸ ਇੰਡੀਆ 'ਚ ਜੰਮੇ ਨੇ ਅਤੇ ਜਿਹੜੇ ਇੰਡੀਅਨਸ ਇੱਧਰ ਜੰਮੇ ਨੇ, ਠੀਕ, ਉਹਨਾਂ ਦੇ ਵਿੱਚ ਸਕਸੈਸ ਨੂੰ ਅਗਰ ਤੁਸੀਂ ਕੰਪੇਅਰ ਕਰੋ ਨਾ, ਜਿਹੜੇ ਇੰਡੀਆ 'ਚ ਜੰਮੇ ਨੇ ਉਹ ਬਹੁਤ ਜ਼ਿਆਦਾ ਸਕਸੈਸਫੁਲ ਨੇ। ਠੀਕ ਹੈ, ਹੁਣ ਅਗਰ ਮੈਂ ਆਪਣੀ ਗੱਲ ਕਰਾਂ, ਆਪਣੀ ਗੱਲ ਕਰਾਂ, ਮੇਰੇ ਮਨ 'ਚ ਹਜੇ ਵੀ ਡਰ ਹੁੰਦਾ ਕਿ ਯਾਰ ਮੈਂ ਕਿਤੇ ਵਾਪਸ ਨਾ ਚਲਾ ਜਾਵਾਂ। ਇਹ ਨਹੀਂ ਕਿ ਮੈਨੂੰ ਇੰਡੀਆ ਤੋਂ, ਇੱਦਾਂ ਨਹੀਂ ਕਿ ਇੰਡੀਆ 'ਚ ਕੋਈ ਪ੍ਰੋਬਲਮ ਹੈ, ਠੀਕ ਹੈ, ਜਾਂ ਮੇਰੇ ਉੱਥੇ ਮਾਹੌਲ ਦੇ ਵਿੱਚ ਕੋਈ ਪ੍ਰੋਬਲਮ ਹੈ। ਮੈਨੂੰ ਹੁੰਦਾ ਕਿ ਜਿਹੜੀ ਚੀਜ਼ ਦੇ ਵਿੱਚੋਂ ਮੈਂ ਨੰਗਿਆ ਵਾਂ, ਜਿੱਦਾਂ ਪਿੰਡ ਦੇ ਵਿੱਚ ਬੱਤੀ ਨਹੀਂ ਸੀ ਹੁੰਦੀ, ਜਿੱਦਾਂ ਨਾ 4 ਜਾਂ 8 ਘੰਟੇ ਬੱਤੀ ਆਉਣੀ 24 ਘੰਟੇ ਦੇ ਵਿੱਚ, ਤੇ ਅਸੀਂ ਬੈਠੇ ਰਹਿਣਾ, ਤੂਧ ਦੇ ਥੱਲੇ ਬੈਠੇ ਰਹਿਣਾ, ਡੇਗ ਦੇ ਥੱਲੇ ਬੈਠੇ ਰਹਿਣਾ, ਤਾਸ਼ ਖੇਡਦੇ ਰਹਿਣਾ, ਤੇ ਗਰਮੀ ਪੂਰੀ ਅੱਤ ਦੀ, ਤੇ ਪਰਨਾ ਜਦੋਂ ਗਿੱਲਾ ਕਰਕੇ ਬਾਹਰ ਨਿਕਲਦਾ ਨਾ ਗਰਮੀਆਂ ਦੇ ਵਿੱਚ, ਮੋਟਰ ਤੇ ਜਾਣਾ, ਕੱਦੂ ਕਰਨਾ ਜਾਂ ਕੁਛ ਵੀ ਕਰਨਾ, ਤੇ ਪਰਨਾ ਨਿਕਲਦਿਆਂ ਸਾਰੀ ਸੁੱਕ ਜਾਂਦਾ ਹੁੰਦਾ ਸੀ, ਇੰਨੀ ਗਰਮੀ ਹੁੰਦੀ ਸੀ। ਮੈਨੂੰ ਹੁੰਦਾ ਕਿ ਮੈਂ ਉਹ ਸਿਚੁਏਸ਼ਨ ਦੇ ਵਿੱਚ ਵਾਪਸ ਨਹੀਂ ਜਾਣਾ, ਤੇ ਉਹ ਸਿਚੁਏਸ਼ਨ ਦੇ ਵਿੱਚ ਵਾਪਸ ਮੈਂ ਕਿਉਂ ਨਹੀਂ ਜਾਣਾ, ਉਹਦੇ ਵਾਸਤੇ ਮੈਂ ਕੀ ਕਰ ਸਕਦਾ? ਆਈ ਹੈਵ ਟੂ ਵਰਕ ਹਾਰਡ,
ਮੇਰੀ ਕੰਪਨੀ ਵਿੱਚ ਆਈ ਹੈਵ ਟੂ ਵਰਕ ਹਾਰਡ ਟੂ ਮੇਨਟੇਨ ਦੈਟ ਪੋਜੀਸ਼ਨ, ਆਪਾਂ ਉਹਨਾਂ ਤੋਂ ਜ਼ਿਆਦਾ ਕੰਮ ਕਰ ਜਾਂਦੇ ਹਾਂ ਤੇ ਉਹ ਰੀਜ਼ਨ ਕਰਕੇ ਆਪਾਂ ਅੱਗੇ ਪਹੁੰਚਦੇ ਪਏ ਆ। ਇਹ ਤੁਸੀਂ ਦੇਖਿਓ ਕਿਸੇ ਵੀ ਆਸੇ ਪਾਸੇ, ਤੁਸੀਂ ਦੇਖਿਓ ਕੰਪਨੀ ਚ ਦੇਖਿਓ, ਮੇਰੇ ਅਰਾਊਂਡ ਸਾਰੇ ਐਗਜ਼ਾਮਪਲ ਇਦਾਂ ਹੀ ਆ ਜਿਹੜੀ ਤੁਸੀਂ ਗੱਲ ਕਹੀ ਆ। ਆਈ ਥਿੰਕ ਹਰ ਬੰਦਾ ਜਿਹੜਾ ਬਾਹਰ ਹੈ ਨਾ ਉਹ ਐਗਰੀ ਕਰੇਗਾ ਇਸ ਚੀਜ਼ ਨੂੰ ਕਿ ਜਿਹੜੇ ਅਸੀਂ ਇੰਡੀਆ ਤੋਂ ਆਏ ਆ, ਜਿਹੜੇ 20-25 ਸਾਲ ਜਾਂ 15-20 ਸਾਲ ਇੰਡੀਆ ਜਿਹਨਾਂ ਨੇ ਆਪਣੇ ਬਤੀਤ ਕੀਤੇ ਆ ਤੇ ਬਾਅਦ ਚੋਂ ਬਾਹਰ ਆਏ ਨੇ, ਉਹ ਵਾਕਈ ਗੋਰੇ ਜਿਹੜਾ 40-50 ਸਾਲਾਂ ਚ ਸ਼ਾਇਦ ਨਹੀਂ ਜਿੱਥੇ ਪਹੁੰਚਦੇ, ਉਹ 5-10 ਸਾਲਾਂ ਚ ਉੱਥੇ ਪਹੁੰਚ ਜਾਂਦੇ ਆ। ਬਿਲਕੁਲ, ਤੇ ਇਹ ਇਹ ਸੱਚੀ ਗੱਲ ਆ। ਤੇ ਇਹਦੇ ਵਿੱਚ ਜਿਹੜੀ ਜਿਹੜਾ ਤੁਸੀਂ ਐਗਜ਼ਾਮਪਲ ਦਿੱਤਾ ਉਹ ਵੀ ਬਿਲਕੁਲ ਰਾਈਟ ਆ ਕਿ ਇੱਦਾਂ ਹੀ ਹੈ ਐਕਚੁਅਲ ਚ, ਕਿਉਂਕਿ ਅਸੀਂ ਬੜੀਆਂ ਚੀਜ਼ਾਂ ਦੇਖੀਆਂ। ਹੁਣ ਮੈਂ ਕਹਿ ਲਓ ਕਿ ਪੈਦਲ ਵੀ ਆਪਣੇ ਸਕੂਲ ਗਿਆ, ਸਾਈਕਲ ਤੇ ਵੀ ਗਿਆ ਹਨਾ, ਫੇਰ ਉਹ ਕੱਲਾ ਮੈਂ ਸਾਈਕਲ ਤੇ ਨਹੀਂ ਗਿਆ, ਗਰਮੀ ਦੇ ਵਿੱਚ ਮੈਂ ਗਿਆ, ਉਹ ਵੀ ਦੇਖੋ ਰਾਈਟ। ਫਿਰ ਕਈ ਵਾਰ ਜਦੋਂ ਚੈਨ ਉਤਰੀ ਹੈ ਤੇ ਮੈਂ ਉਹ ਵੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਹਨਾ। ਤੇ ਜੇ ਸੜਕ ਨਹੀਂ ਹੈਗੀ ਤੇ ਮਿੱਟੀ ਆ ਬਹੁਤ ਜ਼ਿਆਦਾ ਤੇ ਉਹਦੇ ਚ ਵੀ ਜ਼ੋਰ ਲਾ ਕੇ ਸਾਈਕਲ ਚਲਾਇਆ ਵੀ ਫਸਦਾ ਹੋਇਆ, ਤੇ ਹੁਣ ਉਹ ਜਿਹੜੀਆਂ ਚੀਜ਼ਾਂ ਨੇ ਉਹ ਅੱਜ ਕੰਮ ਆਉਂਦੀਆਂ ਪਈਆਂ। ਬਿਲਕੁਲ, ਹੁਣ ਜਿਹਨੇ ਕਦੀ ਇਹ ਚੀਜ਼ਾਂ ਫੇਸ ਹੀ ਨਹੀਂ ਕੀਤੀਆਂ ਉਹ ਕਿੱਦਾਂ ਹਨਾ ਇਹ ਚੀਜ਼ ਨੂੰ ਹੈਂਡਲ ਕਰ ਸਕਦਾ। ਹੁਣ ਮੈਂ ਕਈ ਵਾਰ ਇੱਥੇ ਗੋਰੇ ਦੇਖਦਾ, ਜਦੋਂ ਹੀ ਉਹਨਾਂ ਦਾ 8 ਘੰਟੇ ਪੂਰੇ ਹੋ ਗਏ ਨਾ, ਉਹ ਏਦਾਂ ਹੋ ਜਾਂਦੇ ਆ ਕਿ ਆ ਪਿਆ ਸਾਰਾ ਕੁਛ ਹਨਾ। ਇੱਕ ਦਿਨ ਮੈਂ ਟਰੱਕ ਦੇ ਵਿੱਚ ਇੱਕ ਪੈਲਟ ਰਹਿ ਗਈ ਸਿਰਫ, ਤੇ ਉਹ ਕੱਢਣੀ ਸੀ, ਕਿੰਨਾ ਕੁ ਟਾਈਮ ਲੱਗਦਾ ਫੋਕ ਲਿਫਟ ਅੰਦਰ ਲਿਜਾ ਕੇ ਪੈਲਟ ਬਾਹਰ ਕੱਢਣੀ, ਉਹ ਬੰਦੇ ਦਾ ਟਾਈਮ ਅਪ ਹੋ ਗਿਆ, ਮਤਲਬ ਜੋਬ ਟਾਈਮ ਡਨ ਹੋ ਗਿਆ। ਨੈਕਸਟ ਸ਼ਿਫਟ ਸ਼ੁਰੂ ਹੋਣੀ ਸੀ 1.5 ਘੰਟੇ ਬਾਅਦ, ਹਾਂਜੀ, ਉਹ ਵਿੱਚ ਹੀ ਛੱਡਤਾ ਉਹਨੇ। ਮੈਂ ਉਹਨੂੰ ਰਿਕੁਐਸਟ ਕੀਤੀ, ਮੈਂ ਕਿਹਾ ਯਾਰ ਮੈਂ ਲੇਟ ਹੋ ਰਿਹਾ, ਲਾਈਕ ਮੈਂ ਫਿਰ ਦੂਸਰਾ ਪਿਕਅਪ ਕਰਕੇ ਆਪਣੇ ਘਰ ਜਾਣਾ, ਤੇ ਕਹਿੰਦਾ ਇਹ ਮੇਰੀ ਸਿਰਦਰਦੀ ਨਹੀਂ ਹੈਗੀ ਹਨਾ, ਮੇਰਾ ਹੁਣ ਕੰਮ ਇੱਥੇ ਤੱਕ ਹੀ ਸੀਗਾ। ਮੈਂ ਬੜਾ ਹੈਰਾਨ, ਮੈਂ ਕਿਹਾ ਯਾਰ ਬੰਦੇ ਸ਼ਾਇਦ ਇੱਥੇ ਕੰਡੀਸ਼ਨਿੰਗ ਹੀ ਇੱਦਾਂ ਆ, ਇਹਨਾਂ ਦੀ ਸਿਸਟਮ ਇੱਦਾਂ ਆ। ਖਾਸ ਕਰ ਨਾ ਅਮੈਰੀਕਾ ਦੇ ਵਿੱਚ, ਹੁਣ ਮੈਂ ਇੱਕ ਕਿੱਸਾ ਸ਼ੇਅਰ ਕਰਾਂ ਤੇਰੇ ਨਾਲ ਹੋਰ, ਕਿ ਮੈਂ ਕੈਨੇਡਾ ਸੀ ਕੁਛ ਮਹੀਨੇ ਪਹਿਲਾਂ, ਤੇ ਉੱਥੇ ਹੋਸਟਲ ਦੇ ਵਿੱਚ ਮੈਂ ਰੁਕਿਆ, ਤੇ ਹੋਸਟਲ ਦੇ ਵਿੱਚ ਨਾ ਇੱਕ ਅਮੈਰੀਕਨ, ਆਈ ਥਿੰਕ ਉਹ ਹੋਏਗਾ 55 ਸਾਲਾਂ ਦਾ ਸੀ ਉਹ, ਅਮੈਰੀਕਨ, ਉਹ ਮੇਰਾ ਫਰੈਂਡ ਬਣ ਗਿਆ ਸੀ। 2-3 ਦਿਨ ਇਕੱਠੇ ਰਹੇ, ਘੁੰਮੇ ਫਿਰੇ, ਬਾਰ ਬੂਰ ਗਏ, ਤੇ ਬੜਾ ਉਹ ਵਧੀਆ ਬਿਜ਼ਨਸਮੈਨ ਸੀ। ਉਹਨੂੰ ਮੈਂ ਪੁੱਛਿਆ ਸਾਰਾ ਕੁਛ ਕਿ ਕਿੱਦਾਂ ਤੂੰ ਕਰਦਾ, ਉਹਨੇ ਸਾਰੀ ਡਿਟੇਲ ਮੈਨੂੰ ਦੱਸੀ ਕਿ ਕਿੱਦਾਂ ਆਪਣਾ ਮੈਨੇਜ ਕਰਦਾ ਬਿਜ਼ਨਸ ਵਗੈਰਾ ਵਗੈਰਾ। ਚਲੋ ਇੱਕ ਇੱਕ ਚੀਜ਼ ਰਹੀ। ਫਿਰ ਨਾ ਜਦੋਂ ਵੀ ਅਸੀਂ ਕਿਸੇ ਕੌਫੀ ਸ਼ੋਪ 'ਚ ਜਾਣਾ, ਹਾਂਜੀ, ਠੀਕ ਹੈ, ਹੁਣ ਮੈਂ ਆਪਣੇ ਆਪ ਨੂੰ ਦੇਖਦਾ ਕਿ ਜਦੋਂ ਵੀ ਮੈਂ ਬਾਹਰ ਨਿਕਲਦਾ ਵਾਂ, ਮੈਂ ਨਾ ਇੱਦਾਂ ਦੇਖਣਾ, ਮੇਰਾ ਫੋਨ, ਮੇਰੀਆਂ ਚਾਬੀਆਂ, ਮੇਰਾ ਵਾਲਟ, ਮੇਰਾ ਫੋਨ, ਮੇਰੀਆਂ ਚਾਬੀਆਂ, ਮੇਰਾ ਦਿਮਾਗ ਦੇ ਵਿੱਚ ਹਮੇਸ਼ਾ ਰਹਿੰਦਾ। ਕਿਤੇ ਮੈਂ ਜਾਵਾਂ ਦੁਕਾਨ 'ਚੋਂ ਨਿਕਲਣ ਲੱਗਾ, ਮੇਰਾ ਫੋਨ, ਮੇਰੀਆਂ ਚਾਬੀਆਂ ਵਗੈਰਾ ਵਗੈਰਾ, ਠੀਕ ਹੈ। ਉਹ ਬੰਦੇ ਦੇ ਨਾਲ ਜਿੱਥੇ ਵੀ ਮੈਂ ਗਿਆ, ਉਹਨੇ ਨਾ ਆਪਣਾ ਫੋਨ ਗੱਲ ਕਰਦੇ ਕਰਦੇ ਉਹਨੇ ਫੋਨ ਟੇਬਲ 'ਤੇ ਰੱਖ ਦੇਣਾ, ਅਤੇ ਆਪ ਚਲ ਜਾਣਾ ਦੂਜੇ ਟੇਬਲ 'ਤੇ ਜਾਂ ਕੋਈ ਕੰਮ ਕਰਨ ਲਾ ਆਪਣਾ, ਫਿਰ ਜੈਕਟ ਕਿਤੇ ਹੋਰ ਰੱਖ ਦੇਣੀ ਵਗੈਰਾ ਵਗੈਰਾ ਵਗੈਰਾ। ਮੈਨੂੰ ਨਾ ਥੋੜ੍ਹਾ ਜਿਹਾ ਇਹ ਲੱਗਾ ਕਿ ਅਮੈਰੀਕਨਸ ਦੇ ਵਿੱਚ ਇਹ ਐਟੀਟਿਊਡ ਜ਼ਿਆਦਾ ਹੁੰਦਾ ਕਿ ਯੂ ਨੋ ਵੀ ਡੋਂਟ ਕੇਅਰ, ਵੀ ਆਰ ਅਮੈਰੀਕਨਸ, ਠੀਕ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਸੀ ਮੇਰੀ ਕਿ ਆਈ ਥਿੰਕ ਉਹ ਥੋੜ੍ਹੇ ਖੁੱਲ੍ਹੇ ਵਿਚਾਰਧਾਰਾ ਦੇ ਹੁੰਦੇ ਨੇ ਜਾਂ ਉਹਨਾਂ ਨੂੰ ਉਹ ਕੇਅਰ ਜੀ ਨਹੀਂ ਹੁੰਦੀ, ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤੀ ਨਾ ਕਿ ਮੇਰੀ ਮੇਰੀ ਸਰਦਰਦੀ ਨਹੀਂ, ਠੀਕ ਹੈ, ਮੇਰੀ ਸਰਦਰਦੀ ਨਹੀਂ ਜਾਂ ਮੇਰਾ ਫੋਨ ਉੱਥੇ ਪਿਆ, ਮੇਰੀ ਜੈਕਟ ਉੱਥੇ ਪਈ ਹੈ, ਉਹ ਕਿਸੇ ਹੋਰ ਦੀ ਪ੍ਰੋਬਲਮ, ਮੇਰੀ ਪ੍ਰੋਬਲਮ ਨਹੀਂ। ਅਤੇ ਜਦੋਂ ਮੈਂ ਪੂਰਾ ਦੇਖਾਂ ਨਾ ਪੂਰੀ ਦੁਨੀਆ ਦੇ ਵਿੱਚ ਕੰਟਰੀਜ਼ ਨੂੰ ਕੰਪੇਅਰ ਕਰਾਂ, ਮੈਨੂੰ ਉਹ ਫੀਲਿੰਗ ਆਉਂਦੀ ਅਮੈਰੀਕਾ ਦੇ ਵਿੱਚੋਂ ਕਿ ਸਾਡੀ ਪ੍ਰੋਬਲਮ ਨਹੀਂ ਹੈਗੀ ਹੈ, ਠੀਕ ਹੈ, ਜਿੱਥੇ ਜੋ ਚੀਜ਼ ਸਾਨੂੰ ਸਹੀ ਲੱਗਦੀ ਨਾ ਅਸੀਂ ਉਹ ਚੀਜ਼ ਕਰਨੀ। ਕੀ ਇੱਦਾਂ ਇੱਦਾਂ ਤੁਸੀਂ ਫੀਲ ਕਰਦੇ ਹੋ ਅਮੈਰੀਕਾ ਦੇ ਵਿੱਚ? ਮੈਂ ਬਹੁਤ ਜ਼ਿਆਦਾ ਫੀਲ ਕਰਦਾ ਇਹਦੇ ਇਹਦੇ ਇਸ ਟੌਪਿਕ ਦੇ ਰਿਲੇਟਿਡ। ਮੇਰੇ ਕੋਲ ਬੜੇ ਉਦਾਹਰਣ ਵੀ ਹੈ, ਮੈਂ ਹੋਰ ਵੀ ਤੁਹਾਨੂੰ ਡਿਟੇਲ 'ਚ ਇਸ ਗੱਲ ਨੂੰ ਦੱਸ ਸਕਦਾ। ਇਹ ਬਿਲਕੁਲ ਸਹੀ ਗੱਲ ਆ, ਮੈਂ ਵੀ ਇੱਦਾਂ ਹੀ ਫੀਲ ਕੀਤਾ ਹਨਾ। ਹੁਣ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ, ਥੋੜੇ ਦਿਨ ਪਹਿਲੇ ਮੇਰਾ ਨਾ ਟਰੱਕ ਖਰਾਬ ਹੋ ਗਿਆ, ਤੇ ਉਹਦੇ ਵਿੱਚ ਸ਼ਾਇਦ ਸਾਰੀਆਂ ਗੱਲਾਂ ਮੈਂ ਕਵਰ ਕਰ ਲੈਣੀਆਂ। ਟਰੱਕ ਖਰਾਬ ਹੋਇਆ ਤੇ ਟਰੱਕ ਦੇ ਉੱਪਰ ਨਾ ਕੋਡ ਆ ਗਿਆ ਜੀ, ਫਲਾਣਾ ਨੰਬਰ ਕੋਡ ਆ ਗਿਆ, ਪ੍ਰੋਬਲਮ ਆ ਗਈ ਟਰੱਕ ਦੇ ਵਿੱਚ। ਹਾਂਜੀ, ਮੈਂ ਡੀਲਰ ਦੇ ਕੋਲ ਚਲਾ ਗਿਆ ਤੇ ਮੈਂ ਡੀਲਰ ਨੂੰ ਕਿਹਾ, ਮੈਂ ਕਿਹਾ ਵੀ ਆ ਮੇਰੇ ਟਰੱਕ 'ਚ ਪ੍ਰੋਬਲਮ ਆ ਗਈ, ਮੈਨੂੰ ਦੱਸੋ ਕੀ ਪ੍ਰੋਬਲਮ ਆ। ਉਹਨੇ ਮੈਨੂੰ ਆਖਿਆ ਕਿ ਅੱਜ ਅਸੀਂ ਨਹੀਂ ਠੀਕ ਕਰ ਸਕਦੇ,
ਤੁਸੀਂ ਸੁਣਿਓ ਉਹਨੇ ਕਿੱਦਾਂ ਮੈਨੂੰ ਡੀਲ ਕੀਤਾ ਰਾਈਟ। ਮੈਂ ਕਿਹਾ ਓਕੇ ਜੇ ਤੁਸੀਂ ਨਹੀਂ ਠੀਕ ਕਰ ਸਕਦੇ ਮੈਂ ਕਿੱਥੇ ਜਾ ਨਹੀਂ ਸਕਦਾ। ਹਾਈਵੇ ਦੇ ਉੱਪਰ ਸੀਗਾ ਹਨਾ, 8 ਮੀਲ ਮੈਨੂੰ ਵਾਪਸ, ਲੱਕੀਲੀ ਕੋਲ ਹੀ ਮੇਰੇ ਡੀਲਰ ਸੀ ਤਾਂ ਮੈਂ ਵਾਪਸ ਉੱਥੇ ਟਰੱਕ ਲਿਆ ਕੇ ਖੜਾ ਕਰਤਾ। ਕਹਿੰਦਾ ਅੱਜ ਅਸੀਂ ਨਹੀਂ ਠੀਕ ਕਰ ਸਕਦੇ। ਅਰਾਊਂਡ ਸਵੇਰੇ 11-12 ਵਜੇ ਦਾ ਟਾਈਮ ਸੀਗਾ। ਓਕੇ, ਉਹਨੇ ਕੀ ਕੀਤਾ, ਇੱਕ ਦਿਨ ਪੂਰਾ ਮੇਰਾ ਖਰਾਬ ਕੀਤਾ। ਉਸ ਤੋਂ ਬਾਅਦ ਅਗਲੇ ਦਿਨ ਫੇਰ ਦੁਬਾਰਾ ਮੈਨੂੰ ਕਹਿੰਦਾ ਕਿ ਹਾਂ ਅੱਜ 5 ਵਜੇ ਤੱਕ ਤੈਨੂੰ ਟਰੱਕ ਅਸੀਂ ਦੇ ਦਾਂਗੇ। ਮੈਂ ਕਿਹਾ ਓਕੇ ਜੀ ਠੀਕ ਹੈ ਦੇ ਦਿਓ ਜੀ। ਹੁਣ ਮੇਰੇ ਕੋਲ ਕੋਈ ਚਾਰਾ ਨਹੀਂ ਸੀ, ਕੁਛ ਨੀ ਮੈਂ ਕਰ ਸਕਦਾ। ਹਾਲਾਂਕਿ ਮੈਂ ਆਲਰੇਡੀ ਮਕੈਨਿਕ ਹੈਗਾ, ਮੈਨੂੰ ਕਾਫੀ ਹੱਦ ਤੱਕ ਪਤਾ ਸੀਗਾ ਕਿ ਸ਼ਾਇਦ ਕਿੱਥੇ ਪ੍ਰੋਬਲਮ ਹੋ ਸਕਦੀ ਹੈ। ਟਰੱਕ ਨਵਾਂ ਸੀ ਤਾਂ ਮੈਂ ਪੰਗਾ ਨਹੀਂ ਸੀ ਲੈ ਸਕਦਾ। ਚਲੋ ਦੋ ਦਿਨ ਵੇਸਟ ਹੋਏ। ਉਸ ਤੋਂ ਬਾਅਦ ਉਹਨਾਂ ਨੇ ਮੇਰਾ ਟਰੱਕ ਠੀਕ ਕਰਤਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜਿਹੜੀ ਪ੍ਰੋਬਲਮ ਆਈ ਹੈ ਕਿਉਂ ਆਈ ਹੈ? ਕਹਿੰਦੇ ਕਿ ਆਹ ਚੀਜ਼ ਸੀ, ਆਹ ਚੀਜ਼, ਬੜੇ ਹੈਵੀ ਵਰਡਸ ਦੱਸਣ ਲੱਗ ਗਏ। ਮੈਂ ਕਿਹਾ ਓਕੇ ਜੀ ਠੀਕ ਹੈ। ਹੁਣ ਮੈਂ ਕਿਹਾ ਨੈਕਸਟ, ਕਹਿੰਦੇ ਹੁਣ ਜਦੋਂ ਵੀ ਪ੍ਰੋਬਲਮ ਆਏ 1 ਸਾਲ ਦੀ ਤੇਰੇ ਲਈ ਅਸੀਂ ਗਰੰਟੀ ਹੈ ਹਨਾ, ਵੀ ਅਸੀਂ ਇਹਨੂੰ ਫਿਕਸ ਕਰਾਂਗੇ। ਹਾਂਜੀ। ਮੈਂ ਕਿਹਾ ਓਕੇ, ਬਿੱਲ ਪੇ ਕਰ ਦਿੱਤਾ, ਲੇਬਰ ਪੇ ਕੀਤੀ $1500 ਰਾਈਟ। ਹਾਂਜੀ। ਟਰੱਕ ਦੇ ਵਿੱਚ ਉਹਨਾਂ ਨੇ ਕੀਤਾ ਕਿ ਸਿਰਫ 15 ਮਿੰਟ ਕੋਡ ਕਲੀਅਰ ਕਰਕੇ ਮੈਨੂੰ ਟਰੱਕ ਦੇ ਤਾ 2 ਦਿਨਾਂ ਦੇ ਵਿੱਚ, ਮੇਰੇ ਤੋਂ ਇਹ ਪੈਸੇ ਚਾਰਜ ਕੀਤੇ। ਠੀਕ ਹੈ, ਚਲੋ ਮੈਨੂੰ ਸੀ ਠੀਕ ਹੈ। ਓਕੇ, ਨੈਕਸਟ ਵੀਕ ਸੇਮ ਪ੍ਰੋਬਲਮ ਆ ਗਈ। ਮੈਂ ਉਸ ਡੀਲਰ ਕੋਲ ਨਹੀਂ ਗਿਆ, ਮੈਂ ਕਿਸੇ ਹੋਰ ਮਿਸਤਰੀ ਕੋਲ ਗਿਆ ਤੇ ਮੈਂ ਉਹਨਾਂ ਤੋਂ ਪੁੱਛਿਆ, ਮੈਂ ਕਿਹਾ ਜੀ ਆਹ ਕੀ ਪ੍ਰੋਬਲਮ ਹੈ? ਉਹਨਾਂ ਨੇ ਮੈਨੂੰ ਦੱਸਿਆ, ਉਹਨਾਂ ਨੇ ਮੈਨੂੰ ਡਿਟੇਲ ਚ ਦੱਸਤਾ, ਸੋਫਟਵੇਅਰ ਦਿਖਾਤਾ ਕਿ ਆਹ ਏਦਾਂ ਏਦਾਂ ਆਹ ਵਾਲੀਆਂ ਪ੍ਰੋਬਲਮਸ ਆਈਆਂ ਨੇ, ਐਵੇਂ ਐਵੇਂ ਆਹ ਚੀਜ਼ ਚੱਲਦੀ ਪਈ ਹੈ। ਹੁਣ ਅਮੈਰੀਕਾ ਦੇ ਵਿੱਚ ਸਿਸਟਮ ਕੀ ਇਹਨਾਂ ਨੇ ਬਣਾਇਆ, ਬਾਹਰੋਂ ਕਿਤੋਂ ਪਾਰਟ ਨਹੀਂ ਮਿਲਣਾ ਟਰੱਕ ਦਾ ਜਾਂ ਜਿਹੜੀ ਵੀ ਮਸ਼ੀਨਰੀ ਤੁਸੀਂ ਯੂਜ਼ ਕਰ ਰਹੇ ਹੋ, ਕੁਛ ਵੀ ਅਮੈਰੀਕਨ ਕੰਪਨੀਜ਼ ਦਾ ਚੀਜ਼ ਯੂਜ਼ ਕਰ ਰਹੇ ਹੋ, ਉਹ ਬਾਹਰੋਂ ਨਹੀਂ ਮਿਲਣੀ, ਉਹ ਇੱਥੋਂ ਹੀ ਮਿਲਣੀ ਹੈ ਰਾਈਟ। ਤੇ ਇੱਕ ਏਦਾਂ ਦਾ ਟਾਈਮ ਆਉਂਦਾ ਆ ਕਿ ਆਪਣੇ ਆਪ ਹੀ ਪ੍ਰੋਬਲਮਸ ਸਾਹਮਣੇ ਆ ਜਾਂਦੀਆਂ, ਜਿਵੇਂ ਮਸ਼ੀਨ ਟਰੱਕ ਦੇ ਵਿੱਚ, ਤੇ ਹੁਣ ਪਾਰਟ ਮਿਲਣਾ ਉਹਨਾਂ ਤੋਂ ਹੀ। ਫਿਰ ਜਿਹੜੇ ਮਿਸਤਰੀ ਟ੍ਰੇਨਡ ਹੋਏ ਆ ਨਾ ਉਹਨਾਂ ਤੋਂ, ਉਹਨਾਂ ਨੂੰ ਵੀ ਉਹਨਾਂ ਨੇ ਉਦਾਂ ਦਾ ਹੀ ਸਿਖਾਇਆ ਕਿ ਤੁਸੀਂ ਕਿਸੇ ਚੀਜ਼ ਨੂੰ ਰਿਪੇਅਰ ਨਹੀਂ ਕਰਨਾ, ਤੁਸੀਂ ਸਿਰਫ ਰਿਪਲੇਸ ਕਰਨਾ। ਇੱਥੇ ਕੋਈ ਜਿਹੜੇ ਰਿਪੇਅਰ ਕਰਦੇ ਉਹ ਰਿਪੇਅਰ ਗਾਇਜ਼ ਨਹੀਂ ਹੈਗੇ, ਉਹ ਰਿਪਲੇਸ ਕਰਦੇ ਆ ਕਿ ਟ੍ਰਾਂਸਮਿਸ਼ਨ ਖਰਾਬ ਹੋ ਗਿਆ ਉਹਨੂੰ ਚੱਕ ਕੇ ਨਵਾਂ, ਠੀਕ ਹੈ, ਜਾਂ ਨਵੀਂ ਚੀਜ਼ ਲਾਉਣੀ ਹੈ ਰਾਈਟ। ਸੋ ਹੁਣ ਹੁੰਦਾ ਕੀ ਹੈ ਕਿ ਸਿਸਟਮ ਸਾਰਾ ਇਹਨਾਂ ਨੇ ਇੱਕ ਦੂਸਰੇ ਦੇ ਵਿੱਚ ਏਦਾਂ ਫਸਾਇਆ ਹੋਇਆ ਕਿ ਆਪਣਾ ਦਿਮਾਗ ਅਸੀਂ ਨਹੀਂ ਯੂਜ਼ ਕਰਨਾ ਜਾਣ ਬੁੱਝ ਕੇ। ਲਾਈਕ ਜਿਹੜੇ ਡੀਲਰਸ ਤੇ ਜਾ ਕੇ ਜੇ ਤੁਸੀਂ ਮੰਨ ਲਓ ਮਕੈਨਿਕ ਬਣਨਾ ਆ, ਤੁਸੀਂ ਮਕੈਨਿਕੀ ਦੀ ਪੜ੍ਹਾਈ ਕਰਦੇ ਪਏ ਹੋ, ਤੇ ਉਹਨਾਂ ਨੇ ਤੁਹਾਨੂੰ ਪਹਿਲੇ ਹੀ ਕਹਿਣਾ ਯਾਦ ਨੀ ਰੱਖਣਾ ਕੁਛ ਵੀ। ਇਹ ਮੇਰੇ ਫਰੈਂਡ ਨੇ ਮੈਨੂੰ ਦੱਸਿਆ, ਉਹ ਵੀ ਮਕੈਨਿਕ ਹੈ, ਉਹਨਾਂ ਨੇ ਦੱਸਿਆ, ਕਹਿੰਦੇ ਮੈਂ ਕਿਹਾ ਤੁਸੀਂ ਯਾਦ ਨੀ ਕਰਨਾ ਕੁਛ ਵੀ, ਈਵਨ ਇੱਕ ਨੱਟ ਵੀ ਕੱਸਣਾ, ਕਿੰਨੇ ਟੋਰਕ ਤੇ ਤੁਸੀਂ ਉਹਨੂੰ ਟਾਈਟ ਕਰਨਾ, ਉਹ ਵੀ ਕੰਪਿਊਟਰ ਤੇ ਸੋਫਟਵੇਅਰ ਔਨ ਕਰਕੇ ਉੱਥੇ ਚੈੱਕ ਕਰਨਾ ਕਿ ਇਹ ਨੱਟ ਨੂੰ ਕਿੰਨੇ ਟੋਰਕ ਤੇ ਤੁਸੀਂ ਟਾਈਟ ਕਰਨਾ। ਹੁਣ ਆਹ ਚੀਜ਼ ਦੇਖੋ ਕਿੰਨੀ ਜ਼ਿਆਦਾ ਡੇਂਜਰਸ ਆ, ਕਿ ਜਿਹੜਾ ਮਕੈਨਿਕ ਆਪਣੇ ਆਪ ਨੂੰ ਸਰਟੀਫਾਈਡ ਮਕੈਨਿਕ ਸਮਝਦਾ ਪਿਆ ਕਿ ਮੈਂ ਬਹੁਤ ਜ਼ਬਰਦਸਤ ਮਕੈਨਿਕ ਹਾਂ, ਉਹ ਵੀ ਥਰੂ ਸੋਫਟਵੇਅਰ ਦੇ ਹੀ ਜਾਏਗਾ। ਜੇ ਪਿੱਛੋਂ ਸੋਫਟਵੇਅਰ ਅਪਡੇਟ ਹੋ ਗਿਆ, ਜਿੰਨੀ ਉਹਨੇ ਪੜ੍ਹਾਈ ਕੀਤੀ ਆ ਉਹ ਰੁਕ ਜਾਣੀ ਹੈ ਰਾਈਟ। ਤੇ ਮਤਲਬ ਮੈਂ ਹੈਰਾਨ ਸੀਗਾ ਕਿ ਹੁਣ ਮੇਰੇ ਡੈਡੀ ਹੋਰੀ ਜਾਂ ਸਾਡੇ ਦਾਦਾ ਜੀ ਹੋਣੀ ਚੀਜ਼ ਦੇ ਤਹਿ ਤੱਕ ਚਲੇ ਜਾਂਦੇ ਹੁੰਦੇ ਸੀਗੇ ਕਿ ਯਾਰ ਆਹ ਪ੍ਰੋਬਲਮ ਕਿਉਂ ਆਈ ਹੈ, ਪਤਾ ਲੱਗ ਜਾਣਾ ਉਹਨਾਂ ਨੂੰ ਕਿ ਹਾਂ ਆਹ ਚੀਜ਼ ਇੱਥੇ ਏਦਾਂ ਖਰਾਬ ਸੀ ਤੇ ਆਪਾਂ ਹੁਣ ਇਹਨੂੰ ਫਿਕਸ ਕਰਤੀ, ਹੁਣ ਪ੍ਰੋਬਲਮ ਨਹੀਂ ਆਉਣੀ। ਤੇ ਮੈਂ ਆਪਣਾ ਟਰੱਕ ਠੀਕ ਕਰਾ ਕੇ ਉਹਨਾਂ ਨੂੰ ਕਿਹਾ, ਮੈਂ ਕਿਹਾ ਹੁਣ ਪ੍ਰੋਬਲਮ ਨਹੀਂ ਆਏਗੀ? ਨਹੀਂ ਸੋਰੀ, ਇਹਦੇ ਬਾਰੇ ਅਸੀਂ ਨਹੀਂ ਦੱਸ ਸਕਦੇ, ਆ ਸਕਦੀ ਹੈ ਮੇਰੇ। ਅਮੇਰੀਕਾ ਦੀ ਇੱਕ ਸਕਸੈਸ ਦਾ ਰਾਜ ਆ, ਜਿੱਦਾਂ ਕਿ ਹਨਾ ਕਿ ਅਮੇਰੀਕਾ ਆਲਵੇਸ ਵਾਂਟਸ ਦ ਬੈਸਟ, ਬੈਸਟ ਇਹ, ਹੋਰ ਕੁਛ ਨਹੀਂ ਚਾਹੀਦਾ। ਹੁਣ ਦੇਖੋ ਆਪਣੀ ਮੈਂਟੈਲਿਟੀ ਇਦਾਂ ਦੀ ਹੈ, ਹੁਣ ਕੋਈ ਮੇਰੀ ਕੋਈ ਚੀਜ਼ ਟੁੱਟ ਜਾਏ ਨਾ, ਪਹਿਲਾਂ ਮੈਂ ਇਹਨੂੰ ਗੂੰਦਣਾ ਜੋੜਾਂਗਾ, ਚੇਪੀ ਵੀ ਲਾਵਾਂਗਾ,
ਜਿੰਨਾ ਚਿਰ ਉਹਦਾ ਮੈਂ ਗੂੰ ਹੀ ਕੱਢ ਦਿੰਦਾ ਨਾ, ਸੋਰੀ ਮੇਰੀ ਲੈਂਗੁਏਜ ਤੁਹਾਡੇ ਨਾਲ, ਮੈਂ ਬੜੇ ਜਦੋਂ ਵੀ ਆਪਾਂ ਗੱਲ ਕੀਤੀ ਨਾ ਆਪਣੇ ਬੜੇ ਲਹਿਜੇ ਨਾਲ ਗੱਲ ਕੀਤੀ, ਬਟ ਹੁਣ ਮੈਂ ਆਪਣੀ ਨਾ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਮੈਂ ਕਿ ਜਿੰਨਾ ਚਿਰ ਉਹਦਾ ਮੈਂ ਕੱਢ ਜੂਸ ਨਹੀਂ ਨਾ ਕੱਢ ਦਿੰਦਾ ਚੰਗੀ ਤਰ੍ਹਾਂ, ਉਹ ਜੇਕਰ ਮੈਂ ਚੀਜ਼ ਸੁੱਟਣੀ ਨਹੀਂ, ਆਪਾਂ ਕਿਸੇ ਵੀ ਚੀਜ਼ ਦਾ ਮੈਕਸੀਮਮ ਯੂਜ ਆਪਾਂ ਕੱਢ ਕੇ ਦੇਖਣਾ, ਠੀਕ ਹੈ। ਤੇ ਹੁਣ ਅਗਰ ਮੈਂ ਅਮੈਰੀਕਾ ਦੀ ਗੱਲ ਕਰਦਾ ਵਾ, ਜਿੱਦਾਂ ਮੈਂ ਉਹ ਮੁੰਡੇ ਦੀ ਗੱਲ ਕੀਤੀ, ਹੁਣ ਤੁਸੀਂ ਆਪਣੀ ਸਟੋਰੀ ਦੱਸੀ ਕਿ ਵੀ ਜਸਟ ਨੀਡ ਬੈਸਟ, ਕੋਈ ਪ੍ਰੋਬਲਮ ਆ ਗਈ ਨਾ ਚੱਕ ਕੇ ਮਾਰੋ, ਕਿਉਂਕਿ ਵੀ ਕੈਨ ਸੈਲ ਦਿਸ ਟੂ ਚਾਈਨਾ ਟੂ ਇੰਡੀਆ ਟੂ ਪੂਅਰ ਕੰਟਰੀਜ਼, ਜੋ ਹੁੰਦਾ ਪਿਆ ਆ। ਕੋਈ ਵੀ ਰਿਸਾਈਕਲ ਵਾਲੀ ਨਾ, ਮੈਂ ਕਿਸੇ ਪੋਡਕਾਸਟ 'ਚ ਕਿਹਾ ਕਿ ਕੋਈ ਵੀ ਚੀਜ਼ ਰਿਸਾਈਕਲ ਨਹੀਂ ਹੁੰਦੀ, ਖਾਸ ਕਰ ਵੈਸਟ ਕੰਟਰੀਆਂ ਦੇ ਵਿੱਚ ਉਹਨੂੰ ਟੈਗ ਜ਼ਰੂਰ ਲਾ ਦਿੱਤਾ ਜਾਂਦਾ ਕਿ ਯਾਰ ਤੁਸੀਂ ਇਹ ਬਿਨ 'ਚ ਚੀਜ਼ਾਂ ਪਾਓ, ਅਸੀਂ ਇਹਨੂੰ ਰਿਸਾਈਕਲ ਕਰਾਂਗੇ। ਕੁਛ ਨਹੀਂ ਹੁੰਦਾ, ਉਹ ਚੀਜ਼ਾਂ ਵੇਚੀਆਂ ਜਾਂਦੀਆਂ ਨੇ ਚਾਈਨਾ ਦੇ ਵਿੱਚ, ਇੰਡੀਆ ਦੇ ਵਿੱਚ, ਜਾਂ ਗਰੀਬ ਕੰਟਰੀਜ਼ ਦੇ ਵਿੱਚ, ਅਫਰੀਕਾ ਦੇ ਵਿੱਚ। ਤੇ ਆਈ ਥਿੰਕ ਕਿਤੇ ਨਾ ਕਿਤੇ ਜੋ ਤੁਸੀਂ ਸਟੋਰੀ ਦੱਸੀ, ਹਾਂ ਠੀਕ ਹੈ ਹਰੇਕ ਚੀਜ਼ ਮਹਿੰਗੀ ਹੈ ਅਮੈਰੀਕਾ ਦੇ ਵਿੱਚ, ਬਟ ਇਸੇ ਲਈ ਹੀ ਅਮੈਰੀਕਾ ਬੈਸਟ ਆ ਇਹ ਚੀਜ਼ਾਂ ਦੇ ਵਿੱਚ, ਮਟੀਰੀਅਲਿਜ਼ਮ ਦੇ ਵਿੱਚ, ਕਿਉਂਕਿ ਤੁਹਾਨੂੰ ਬੈਸਟ ਤੋਂ ਬੈਸਟ ਚੀਜ਼ ਆਉਂਦੀ ਪਈ ਹੈ, ਕਿ ਕੋਈ ਰਿਪੇਅਰ ਵਾਲੀ ਚੀਜ਼ ਨੂੰ ਰਿਪਲੇਸ ਕਰ ਦਿਓ, ਠੀਕ ਹੈ। ਇਹਨੂੰ ਆਪਾਂ ਦੋ ਤਰੀਕੇ ਵਾਂਗੂ ਆਪਾਂ ਦੇਖ ਸਕਦੇ ਹਾਂ, ਕਿ ਇੱਕ ਤਰੀਕਾ ਆਪਾਂ ਦੇਖ ਸਕਦੇ ਹਾਂ ਕਿ ਯਾਰ ਇਹ ਇੰਡੀਆ ਵਾਂਗੂ ਚੀਜ਼ਾਂ ਨਹੀਂ ਕਰਦੇ, ਰਿਪੇਅਰ ਨਹੀਂ ਕਰਦੇ, ਠੀਕ ਹੈ। ਤੇ ਫਿਰ ਆਪਾਂ ਕਹਿ ਸਕਦੇ ਹਾਂ, ਦੂਜਾ ਕਾਊਂਟਰ ਆਰਗੂਮੈਂਟ ਹੋ ਸਕਦਾ ਕਿ ਤਾਈਓ ਤੇ ਇਹ ਅਮੈਰੀਕਾ ਬੈਸਟ ਆ, ਕਿਉਂਕਿ ਉਹਨੇ ਰਿਪਲੇਸ ਹੀ ਕਰ ਦੇਣਾ ਆ। ਕਿਉਂਕਿ ਹੁਣ ਦੇਖੋ ਦੂਸਰੇ ਪੱਖ ਦੀ ਆਪਾਂ ਗੱਲ ਕਰੀਏ ਕਿ ਉਹਨਾਂ ਨੇ ਜਿੱਦਾਂ ਕਹਿ ਲਓ ਕਿ ਚਾਰ ਬੰਦੇ ਇਹਨਾਂ ਦੇ, ਚਾਰੇ ਬੰਦਿਆਂ ਦੇ ਥਰੂ ਪੈਸੇ ਘੁਮਾ ਦੇਣੇ ਆ, ਰਾਈਟ। ਇੱਥੇ ਸਿਰਫ ਇਹ ਨਹੀਂ ਹੈਗਾ ਕਿ ਹੁਣ ਜਿੱਦਾਂ ਜਿਹੜੇ ਟਰੱਕਰ ਭਰਾ ਆਪਣੀ ਗੱਲਬਾਤ ਸੁਣਦੇ ਆ ਉਹ ਇਸ ਚੀਜ਼ ਨਾਲ ਬੜਾ ਰਿਲੇਟ ਕਰਨਗੇ ਕਿ ਹੁਣ ਜਦੋਂ ਇੱਕ ਬੰਦਾ ਅਮੈਰੀਕਾ 'ਚ ਟਰੱਕ ਚਲਾ ਰਿਹਾ ਨਾ, ਤੇ ਇਕੱਲਾ ਇਹ ਨਹੀਂ ਹੈ ਕਿ ਜਿਹਨੇ ਸਮਾਨ ਭੇਜਣਾ ਉਹਨੇ ਪੈਸੇ ਦੇਣੇ ਆ ਟਰੱਕ ਵਾਲੇ ਨੂੰ, ਵਿੱਚ ਤਿੰਨ ਚਾਰ ਜਣੇ ਹੈਗੇ ਨੇ ਜਿਹਨਾਂ ਦੇ ਥਰੂ ਪੈਸੇ ਆਉਣਗੇ, ਰਾਈਟ। ਸਭ ਤੋਂ ਪਹਿਲੇ ਜਿਹਨੇ ਸਮਾਨ ਭੇਜਣਾ ਇੱਕ ਪਲੇਸ ਤੋਂ ਦੂਸਰੇ ਪਲੇਸ ਤੇ, ਉਹ ਬ੍ਰੋਕਰ ਨੂੰ ਪੈਸੇ ਦੇਗਾ, ਬ੍ਰੋਕਰ ਅੱਗੇ ਡਿਸਪੈਚਰ ਨੂੰ ਪੈਸੇ ਦੇਗਾ, ਡਿਸਪੈਚਰ ਫੈਕਟਰਿੰਗ ਕੰਪਨੀ ਨੂੰ ਵੀ ਪੈਸੇ ਦੇਗਾ, ਫਿਰ ਉਸ ਤੋਂ ਬਾਅਦ ਥੋੜੇ ਜਿਹੇ ਪੈਸੇ ਮਤਲਬ ਜਿੱਦਾਂ ਫੈਕਟਰਿੰਗ ਕੰਪਨੀ ਕੋਲ ਜਾਣਗੇ, ਫਿਰ ਉਸ ਤੋਂ ਬਾਅਦ ਜਿਹੜੇ ਪੈਸੇ ਹੈਗੇ ਡਰਾਈਵਰ ਆਪਣੇ ਟਰੱਕ ਦੇ ਮਾਲਕ ਕੋਲ ਪਹੁੰਚਣੇ ਆ, ਫਿਰ ਡਰਾਈਵਰ ਕੋਲ ਪਹੁੰਚਣੇ ਆ। ਸੋ ਪੰਜ ਚਾਰ ਜਾਣਿਆਂ ਨੂੰ ਬੜੇ ਵਧੀਆ ਤਰੀਕੇ ਨਾਲ ਪੈਸੇ ਵੰਡੇ ਜਾਂਦੇ ਆ ਇੱਥੇ। ਸੋ ਏਦਾਂ ਹੀ ਜਿਵੇਂ ਮੰਨ ਲਓ ਤੁਸੀਂ ਕਿਸੇ ਵੀ, ਕਿਉਂਕਿ ਮੈਂ ਇਸ ਬਿਜ਼ਨਸ 'ਚ ਹਾਂ ਤਾਂ ਮੈਂ ਇਹਦੀ ਗੱਲ ਕਰਦਾ ਕਿ ਤੁਸੀਂ ਜੇ ਕਿਸੇ ਮਰਜ਼ੀ ਬਿਜ਼ਨਸ 'ਚ ਚਲੇ ਜਾਓ, ਜੇ ਤੁਸੀਂ ਘਰ ਵੀ ਬਣਾਉਣਾ ਆ ਉਹਦੇ ਵਿੱਚ ਵੀ ਬੜੀਆਂ ਚੀਜ਼ਾਂ ਇੱਦਾਂ ਦੀਆਂ ਨੇ ਕਿ ਸਾਰਿਆਂ ਪਾਸੇ ਪੈਸੇ ਘੁੰਮਦੇ ਆ। ਸੋ ਜਿੱਦਾਂ ਕਹਿੰਦੇ ਆ ਨਾ ਕਿ ਚੌਮੁਖੀ ਵਿਕਾਸ ਵਰਡ ਹੁੰਦਾ ਸੀ ਆਪਣਾ ਹਿੰਦੀ 'ਚ ਨਾ, ਤੇ ਉਹ ਇੱਥੇ ਪਤਾ ਲੱਗਦਾ ਕਿ ਅਮੈਰੀਕਾ ਦੇ ਦੇਸ਼ ਇੱਦਾਂ ਦੇ ਦੇਸ਼ ਦੇ ਵਿੱਚ ਤੁਸੀਂ ਆਓ ਨਾ, ਤੇ ਉਦੋਂ ਪਤਾ ਲੱਗਦਾ ਕਿ ਹੁਣ ਜਿਵੇਂ ਹੁਣ ਕਈ ਵਾਰ ਆਪਾਂ ਕਹਿ ਦਿੰਦੇ ਕਿ ਇੰਡੀਆ 'ਚ ਜਿਹੜੇ ਅਮੀਰ ਨੇ ਉਹ ਅਮੀਰ ਹੀ ਹੋਈ ਜਾਂਦੇ ਆ, ਗਰੀਬ ਆ ਉਹ ਗਰੀਬ ਹੀ ਹੋਈ ਜਾਂਦੇ ਆ। ਸੋ ਉੱਥੇ ਚੌਮੁਖੀ ਵਿਕਾਸ ਨਹੀਂ ਹੁੰਦਾ, ਜੇ ਇੱਕ ਬੰਦੇ ਦਾ ਜਿੱਥੇ ਕੁੰਡੀ ਫਸ ਗਈ ਤੇ ਉੱਥੋਂ ਬਸ ਉਹ ਲਈ ਜਾਂਦਾ। ਇੱਥੇ ਇੱਦਾਂ ਆ ਕਿ ਜੇ ਤੁਸੀਂ ਚਾਹੇ ਜਿੰਨੇ ਮਰਜ਼ੀ ਵੱਡੇ ਬਿਜ਼ਨਸਮੈਨ ਹੋ ਤੇ ਤੁਸੀਂ ਪੈਸੇ ਆ ਜਿਹੜੇ ਉਹ ਸਾਰਿਆਂ ਪਾਸੇ ਜਾਣਗੇ, ਪ੍ਰੋਪਰ ਜਾਣਗੇ ਸਾਰੇ। ਵਧੀਆ ਚੀਜ਼ ਮੰਨਦੇ ਹੋ, ਵਧੀਆ ਚੀਜ਼ ਮੰਨਦੇ ਹੋ ਕਿ ਸਾਰਿਆਂ ਦਾ ਵਿਕਾਸ ਹੁੰਦਾ? ਇਹਨੂੰ ਮੈਂ ਵਧੀਆ ਇੱਦਾਂ ਮੰਨਦਾ ਆ, ਦੋ ਚੀਜ਼ਾਂ ਨੇ ਭਾਜੀ। ਜੇ ਤੇ ਆਪਾਂ ਇੰਡੀਅਨ ਮੈਂਟੈਲਿਟੀ ਰੱਖ ਕੇ ਗੱਲ ਕਰਾਂਗੇ ਤੇ ਵਧੀਆ ਚੀਜ਼ ਨਹੀਂ ਮੰਨਦੇ ਆਪਾਂ ਇਸ ਚੀਜ਼ ਨੂੰ। ਆਪਾਂ ਜੇ ਮੈਂ ਸ਼ੋਰਟਸ ਬਿਲਕੁਲ ਛੋਟੀ ਥੋੜੇ ਜਿਹੇ ਵਰਡ 'ਚ ਗੱਲ ਕਰਾਂ ਕਿ ਕੋਟ ਪੈਂਟ ਪਾ ਕੇ ਬਹੁਤ ਵਧੀਆ ਤਰੀਕੇ ਨਾਲ ਇੱਕ ਬੰਦੇ ਨੂੰ ਪਾ ਦਿੱਤਾ ਗਿਆ ਕਿ ਤੂੰ ਮਾਲਕ ਹੈ ਤੇ ਕੰਮ ਉਹਦੇ ਤੋਂ ਬਹੁਤ ਜ਼ਿਆਦਾ, ਜਿੱਦਾਂ ਆਪਣੇ ਪਿੰਡਾਂ 'ਚ ਬਈਏ ਕਰਦੇ ਆ ਵਿਚਾਰੇ, ਓਦਾਂ ਕਰਾਇਆ ਜਾਂਦਾ ਅਮੈਰੀਕਾ ਦੇ ਵਿੱਚ। ਆਹ ਅਮੈਰੀਕਾ ਦਾ ਥੋੜੇ ਵਰਡਾਂ 'ਚ ਜੇ ਮੈਂ ਤੁਹਾਨੂੰ ਦੱਸਾਂ, ਮੈਂ ਨੈਗੇਟਿਵ ਨਹੀਂ ਕਰਨਾ ਚਾਹੁੰਦਾ, ਹੋ ਸਕਦਾ ਮੇਰੀ ਗੱਲ ਕੋਈ ਗਲਤ ਨਾ ਲੈ ਜੇ, ਪਰ ਇੱਥੇ ਹੁਣ ਮੇਰੇ ਕੋਲ ਮੰਨ ਲਓ 10 ਲੱਖ ਦਾ ਘਰ ਹੈ, ਮੇਰੇ ਕੋਲ 1.5-2 ਲੱਖ ਦੀਆਂ ਗੱਡੀਆਂ ਖਲੋਤੀਆਂ, ਮੇਰੇ ਕੋਲ ਬਿਜ਼ਨਸ ਹੈਗਾ, $1 million ਦਾ ਬਿਜ਼ਨਸ ਚੱਲਣ ਡਿਆ, ਤੇ ਕਿਸੇ ਨੇ ਦੇਖਣਾ ਮੈਨੂੰ ਕਹਿਣਾ ਕਿ ਯਾਰ ਇਹਦੇ ਵਰਗਾ ਤੇ ਕੋਈ ਬੰਦਾ ਹੀ ਨਹੀਂ ਆ, ਮੈਨੂੰ ਵੀ ਵਹਿਮ ਹੋਣਾ ਕਿ ਮੈਂ ਤੇ ਬਹੁਤ ਟੋਪ ਦਾ ਲਾਈਨ ਹਾਂ, ਬਟ ਸੱਚਾਈ ਇਹ ਹੈ ਕਿ ਮੈਂ ਬਈਆ ਅਮੈਰੀਕਨ ਗੌਰਮੈਂਟ ਦਾ।
ਸੋ ਜੇ ਮੈਂ ਬਹੁਤ ਸਪੀਡ ਤੇ ਚੱਲਾਂਗਾ ਜਾਂ ਕਹਾਂਗਾ ਕਿ ਕੰਮ ਤੇ ਚੜ ਕੇ ਰਵਾਂਗਾ ਜਿੱਦਾਂ ਆਪਾਂ ਵਰਡ ਯੂਜ਼ ਕਰਦੇ ਪੰਜਾਬੀ ਚ, ਤਾਂ ਹੀ ਉਹ ਸਾਰੀਆਂ ਚੀਜ਼ਾਂ ਮੇਰੇ ਨਾਲ ਰਹਿਣਗੀਆਂ, ਨਹੀਂ ਤਾਂ ਇੰਨੀ ਲਾਈਕ ਵਿਦ ਇਨ ਵੀਕ ਵਿਦ ਇਨ ਮੰਥ ਦੇ ਵਿੱਚ ਸਾਰਾ ਕੁਛ ਪੁੱਠਾ ਹੋ ਸਕਦਾ ਜੇ ਤੁਸੀਂ ਥੋੜੀ ਜਿਹੀ ਢਿੱਲ ਵਰਤੀ ਤਾਂ। ਅਮੈਰੀਕਾ ਦੇ ਵਿੱਚ ਇੱਦਾਂ ਆ। ਚਲੋ ਦੋ ਚੀਜ਼ਾਂ ਨੇ, ਇਹੀ ਪਹਿਲੀ ਗੱਲ ਮੈਂ ਕਹਾਂ ਕਿ ਦਿਸ ਇਜ਼ ਕਾਲਡ ਅਮੈਰੀਕਨ ਡ੍ਰੀਮ, ਜਿਹਨੂੰ ਕਹਿੰਦੇ ਆ ਤੁਸੀਂ ਅਮੈਰੀਕਨ ਡ੍ਰੀਮ। ਪਹਿਲੀ ਜਦੋਂ ਤੁਸੀਂ ਗੱਲ ਕੀਤੀ ਕਿ ਪੈਸੇ ਘੁਮਾ ਤੇ ਚਾਰ ਜਾਣਿਆਂ ਦੇ ਵਿੱਚ ਜਾਂ ਹਰੇਕ ਬੰਦੇ ਦੇ ਕੋਲ ਹੁੰਦਾ, ਉਹਨੂੰ ਮੈਂ ਵਧੀਆ ਚੀਜ਼ ਇਸ ਲਈ ਮੰਨਦਾ ਵਾਂ ਕਿ ਇੱਕ ਤੁਸੀਂ ਰਿਸਪੋਂਸੀਬਿਲਿਟੀ ਨੂੰ ਡਿਸਟ੍ਰੀਬਿਊਟ ਕਰਤਾ, ਠੀਕ ਹੈ, ਇੱਕ ਚੀਜ਼ ਹੋ ਗਈ। ਫਿਰ ਜਦੋਂ ਤੁਸੀਂ ਕਹੀ ਕਿ ਮਕੈਨਿਕ ਨੇ ਹਰੇਕ ਚੀਜ਼ ਸੋਫਟਵੇਅਰ ਦੇ ਥਰੂ ਕਰਨੀ ਆ, ਹੁਣ ਇੱਥੇ ਚੀਜ਼ਾਂ ਇਸ ਤਰ੍ਹਾਂ ਸੈੱਟ ਕੀਤੀਆਂ ਗਈਆਂ ਕਿ ਕੋਈ ਐਕਸੀਡੈਂਟ ਹੋ ਗਿਆ ਕਿਸੇ ਵੀ ਚੀਜ਼ ਦਾ, ਉਹਨਾਂ ਨੇ ਤਹਿ ਤੱਕ ਜਾਣਾ ਕਿਉਂ ਹੋਇਆ ਤੇ ਜਿਹਦੀ ਗਲਤੀ ਹੋਈ ਨਾ ਉਹਨੂੰ ਚੱਕ ਲੈਣਾ, ਠੀਕ ਹੈ। ਜਦੋਂ ਕੋਈ ਵੀ ਮਕੈਨਿਕ ਸੋਫਟਵੇਅਰ ਦੇ ਥਰੂ ਕੋਈ ਕੰਮ ਕਰਦਾ, ਉਹ ਨਹੀਂ ਚਾਹੁੰਦਾ ਕਿ ਮੈਂ ਆਪਣੀ ਫੀਲਿੰਗ ਦੇ ਹਿਸਾਬ ਨਾਲ ਕੰਮ ਕਰਾਂ, ਮੈਨੂੰ ਜੋ ਸੋਫਟਵੇਅਰ ਦੱਸਣ ਦਿਆ ਕਿ ਪ੍ਰਿਸਾਈਜ਼ਲੀ ਇਹੀ ਚੀਜ਼ ਕਰ, ਕੱਲ ਨੂੰ ਕੋਈ ਐਕਸੀਡੈਂਟ ਹੋ ਗਿਆ, ਇਨਵੈਸਟੀਗੇਸ਼ਨ ਖੁੱਲ ਗਈ, ਉਹਨਾਂ ਨੇ ਪੂਰਾ ਦੇਖਣਾ ਕਿ ਅੱਛਾ ਸੋਫਟਵੇਅਰ ਦੇ ਵਿੱਚ ਲੌਗ ਪਾਇਆ ਸੀ ਤੂੰ, ਕਿ ਕਿੰਨੇ ਟੋਰਕ ਤੇ ਤੂੰ ਨਟ ਨੂੰ ਕੱਸਿਆ ਸੀ, ਨਟ ਕੱਸਿਆ ਸੀ, ਜਿਹਦੇ ਉਹਨੇ ਸੋਫਟਵੇਅਰ ਨਹੀਂ ਵਰਤਿਆ ਉਹਨੂੰ ਚੱਕ ਲੈਣਾ, ਠੀਕ ਹੈ। ਉਹ ਇੱਕ ਚੀਜ਼ ਹੋ ਗਈ, ਜਦੋਂ ਪੈਸਾ ਚਾਰੇ ਜਾਣੇ ਚਾਰ ਪੰਜ ਜਾਣਿਆਂ ਦਾ ਘੁਮਾਇਆ ਜਾਂਦਾ ਨਾ, ਠੀਕ ਹੈ, ਚੀਜ਼ ਮਹਿੰਗੀ ਜ਼ਰੂਰ ਹੋ ਜਾਂਦੀ ਹੈ, ਬਟ ਉਹ ਰਿਸਪੋਂਸੀਬਿਲਿਟੀ ਬਣਦੀ ਹਰੇਕ ਬੰਦੇ ਨੂੰ, ਪਤਾ ਕਿ ਆਪਣੀ ਜੋਬ ਮੈਂ ਹੁਣ ਸੀਰੀਅਸਲੀ ਲੈਣੀ ਹੈ, ਕੋਈ ਇੰਸੀਡੈਂਟ ਐਕਸੀਡੈਂਟ ਹੁੰਦਾ ਹੈ ਤਾਂ ਮੈਂ ਫਸ ਜਾਣਾ ਹੈ, ਅਤੇ ਉਹ ਸਟ੍ਰੈਸ ਦੇ ਹੀ ਆਪਾਂ ਪੈਸੇ ਉਹ ਚਾਰਜ ਕਰਨ ਦੇ ਨੇ, ਠੀਕ ਹੈ। ਇੱਕ ਚੀਜ਼ ਹੋ ਗਈ ਚੀਜ਼ ਮਹਿੰਗੀ ਹੋ ਗਈ, ਦੇਖੋ ਮੇਰੇ ਲਈ ਹੁਣ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਚੀਪ ਚੀਜ਼ ਦੇ ਵਿੱਚ ਇਨਵੈਸਟ ਨਾ ਕਰਾਂ। ਜਦੋਂ ਮੈਂ ਪੌਡਕਾਸਟ ਸ਼ੁਰੂ ਕੀਤਾ ਨਾ, ਮੈਂ ਵੀਹ ਡਾਲਰ ਦੀਆਂ ਆਰਮਾਂ ਲਿਆਂਦੀਆਂ, ਠੀਕ ਹੈ, $50-60 ਡਾਲਰ ਦਾ ਮੈਂ ਮਾਈਕ ਲਿਆਂਦਾ, ਠੀਕ ਹੈ, ਕੰਮ ਚਲਾਊ ਜਿਹਾ ਹੋ ਗਿਆ, ਬਟ ਉਹਨਾਂ ਮੈਂ ਸੈਟਿਸਫਾਈ ਨਹੀਂ ਸੀ। ਓਵਰ ਦਾ ਟਾਈਮ ਚੀਪ ਚੀਜ਼ਾਂ ਲੈ ਕੇ ਮੈਂ ਜ਼ਿਆਦਾ ਪੈਸੇ ਲਾ ਲਏ, ਸਗੋਂ ਮੈਂ ਸ਼ੁਰੂਆਤ ਦੇ ਵਿੱਚ ਵਧੀਆ ਚੀਜ਼ ਇਨਵੈਸਟ ਨਹੀਂ ਕੀਤੀ, ਹੁਣ ਮੈਂ ਮਹਿੰਗੀਆਂ ਚੀਜ਼ਾਂ ਦੇ ਵਿੱਚ ਇਨਵੈਸਟ ਕੀਤਾ ਆ। ਹੁਣ ਮੈਨੂੰ ਪਤਾ ਕੰਪਨੀ 'ਚ ਰਿਲਾਏ ਕਰ ਸਕਦਾ ਮੈਂ, ਮਹਿੰਗੀ ਜ਼ਰੂਰ ਆ ਬਟ ਇਹਦੇ ਵਿੱਚੋਂ ਮੈਂ ਮੈਕਸੀਮਮ ਯੂਜ਼ ਕੱਢਦਾ ਪਿਆ ਹਾਂ। ਚਲੋ ਇੱਕ ਪੁਆਇੰਟ ਹੋ ਗਿਆ। ਦੂਜੀ ਪੁਆਇੰਟ ਤਾਂ ਤੁਸੀਂ ਗੱਲ ਕਹੀ ਕਿ ਬਈਆਂ ਵਾਲਾ ਕੰਮ ਹੈ ਇੱਥੇ ਅਮੈਰੀਕਾ ਦੇ ਵਿੱਚ, ਕਿ ਸੂਟ ਪਾਇਆ ਆ ਵਗੈਰਾ ਵਗੈਰਾ, ਠੀਕ ਹੈ। ਹੁਣ ਇੰਡੀਆ ਦੇ ਵਿੱਚ ਨਾ ਆਪਾਂ ਹਰਾਰਕੀ ਨੂੰ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਹਾਂ ਕਿ ਇਹ ਮੇਰਾ ਸੇਠ ਆ, ਇਹ ਜੋ ਕਹੂਗਾ ਇਹ ਚੱਲੂਗਾ, ਉਹਨੇ ਕੰਮ ਨਹੀਂ ਕਰਨਾ, ਉਹਨੇ ਸਾਰਾ ਜ਼ਮੀਨਾਂ ਜ਼ਮੀਨਾਂ ਲਾ ਲਈਆਂ ਵਗੈਰਾ ਵਗੈਰਾ, ਬੰਦੇ ਅੱਗੇ ਰੱਖੇ ਹੋਏ ਆ, ਠੀਕ ਹੈ, ਭਈਏ ਰੱਖੇ ਹੋਏ ਕੰਮ ਵਗੈਰਾ ਵਗੈਰਾ, ਠੀਕ ਹੈ, ਜੋ ਕਿਸੇ ਹੱਦ ਤੱਕ ਮਾਡਲ ਸਹੀ ਹੋ ਸਕਦਾ ਹੈ। ਹੁਣ ਇੱਥੇ ਇੱਦਾਂ ਆ ਕਿ ਹਰਾਰਕੀ ਦੇ ਨਾਲ ਨਾਲ ਜਿੱਦਾਂ ਜਿੱਦਾਂ ਤੁਹਾਡੇ ਕੱਪੜੇ ਚੇਂਜ ਹੋਈ ਜਾਂਦੇ ਆ ਨਾ, ਵਧੀਆ ਤੁਸੀਂ ਪਾਈ ਜਾਂਦੇ ਆ ਕੱਪੜੇ, ਸੂਟ ਤੱਕ ਤੁਸੀਂ ਪਹੁੰਚ ਗਏ, ਸਟ੍ਰੈਸ ਲੈਵਲ ਤੁਹਾਡਾ ਓਨਾ ਹੀ ਵਧੂਗਾ, ਜਿਵੇਂ ਜਿਵੇਂ ਤੁਹਾਨੂੰ ਟਾਈਮ ਇੱਥੇ ਜਿੱਦਾਂ ਜਿੱਦਾਂ ਬੀਤਦਾ ਜਾਏਗਾ ਨਾ ਅਮੈਰੀਕਾ ਦੇ ਵਿੱਚ, ਅਸਲ ਦੇ ਵਿੱਚ ਸਾਰੀ ਲਾਈਫ ਉਦੋਂ ਸਮਝ ਆਉਣੀ ਆ। ਮੈਂ ਪਿੱਛੇ ਜੀ ਮੈਂ ਯੂਟਿਊਬ ਤੇ ਕਈ ਵਾਰ ਮਾੜੀਆਂ ਮਾੜੀਆਂ ਵੀਡੀਓਜ਼ ਪਾਉਂਦਾ ਹੁੰਦਾ, ਉਹਦੇ ਵਿੱਚ ਮੈਂ ਇੱਕ ਥੋੜੀ ਡਿਟੇਲ ਜੀ ਦੱਸੀ ਸੀ ਕਿ ਜਦੋਂ ਆਪਾਂ ਇੰਡੀਆ ਹੁੰਦੇ ਹਾਂ ਨਾ, ਜਿੱਦਾਂ ਦੀ ਲਾਈਫ ਅਮੈਰੀਕਾ ਦੀ ਖਾਸ ਕਰਕੇ ਜਾਂ ਬਾਹਰ ਦੀ ਅਸੀਂ ਜੋ ਸੋਚਦੇ ਹਾਂ, ਸਾਨੂੰ ਲੱਗਦਾ ਕਿ ਜਾਂਦੇ ਹੀ ਉਦਾਂ ਦੀ ਹੋ ਜਾਣੀ ਹੈ, ਉਹ ਲਾਈਫ ਅਸਲ ਦੇ ਵਿੱਚ ਉਹਦੇ ਚ ਗੈਪ 10-15 ਸਾਲ ਦਾ ਹੁੰਦਾ, ਬਿਲਕੁਲ ਰਾਈਟ, ਉਹਦੇ ਚ 10-15 ਸਾਲ ਦਾ ਗੈਪ ਹੁੰਦਾ। ਅੱਜ ਜਿਹੜੇ ਵੀ ਬੱਚੇ ਜਾਂ ਜੋ ਵੀ ਇੰਡੀਆ ਬੈਠੇ ਜੋ ਸੋਚਦੇ ਆ ਨਾ ਕਿ ਅਸੀਂ ਕੱਲ ਨੂੰ ਬਾਹਰ ਚਲੇ ਜਾਣਾ ਤੇ ਏਦਾਂ ਸਾਡਾ ਲਾਈਫ ਹੋ ਜਾਣਾ, ਮਾਫ ਕਰਿਓ, ਉਹਦੇ ਚ 10-15 ਸਾਲ ਦਾ ਗੈਪ ਹੈਗਾ ਆ, ਹਨਾ, ਹੋਏਗਾ ਜ਼ਰੂਰ, ਉਹਦੇ ਚ ਕੋਈ ਸ਼ੱਕ ਨਹੀਂ ਆ, ਪਰ ਉਹ 15 ਸਾਲ ਬਾਅਦ ਹੋਏਗਾ। ਬਟ ਮੇਰਾ ਜੀ ਕਰਦਾ ਕਿ ਮੈਂ ਅੱਜ ਉਦਾਂ ਦੀ ਲਾਈਫ ਸਪੈਂਡ ਕਰਾਂ, ਬਟ ਉਹ ਪੋਸੀਬਲ ਹੈ ਨਹੀਂ ਆ, ਉਹ ਪੋਸੀਬਲ ਨਹੀਂ ਆ, ਤੇ ਤਾਂ ਕਰਕੇ ਆਪਾਂ ਨੂੰ ਲੱਗਦਾ ਕਿ ਯਾਰ ਯਾਰ ਜ਼ਿੰਦਗੀ ਬਈਏ ਵਰਗੀ ਹੋ ਗਈ ਆ, ਹਨਾ, ਯਾਰ ਇੰਨਾ ਕੁਛ ਕਰਦੇ ਪਏ, ਕਿਉਂਕਿ ਉਹ ਚੀਜ਼ਾਂ ਮਿਲਣੀਆਂ ਜ਼ਰੂਰ ਨੇ ਤੁਹਾਨੂੰ, ਜਿਹੜੇ ਕੋਈ ਜੋ ਕੁਛ ਮੇਰੇ ਕੋਲ ਅੱਜ ਹੈ ਨਾ, ਅੱਜ ਤੋਂ 10 ਸਾਲ ਪਹਿਲੇ ਮੈਂ ਮੈਨੂੰ ਲੱਗਦਾ ਸੀ ਮੈਨੂੰ ਉਦੋਂ ਮਿਲਣਾ ਚਾਹੀਦਾ ਸੀ, ਰਾਈਟ, ਬਟ ਇਹ ਮਿਲਿਆ ਮੈਨੂੰ 10 ਸਾਲ ਬਾਅਦ, ਹੁਣ ਅੱਜ ਜੋ ਸੋਚਦਾ ਪਿਆ ਉਹ ਮੈਨੂੰ ਅਗਲੇ 10 ਸਾਲ ਬਾਅਦ ਮਿਲਣਾ, ਬਟ ਮੈਨੂੰ ਜ਼ਰੂਰਤ ਅੱਜ ਹੈ। ਤੇ ਉਦੋਂ ਤੱਕ ਇੱਦਾਂ ਹੁੰਦਾ ਕਿ ਕਈ ਵਾਰ ਫਿਰ ਬੰਦਾ ਉਸ ਚੀਜ਼ ਦੀ ਤਵੱਜੋ ਥੋੜੀ ਜਿਹੀ ਘੱਟ ਜਾਂਦੀ ਹੈ ਲਾਈਫ ਦੇ ਵਿੱਚ, ਰਾਈਟ। ਸੋ ਮੈਂ ਇਸ ਵਾਸਤੇ ਇਹ ਚੀਜ਼ ਨੂੰ ਕਲੀਅਰ ਕਰਨਾ ਚਾਹੁੰਦਾ, ਕੋਈ ਕਿਸੇ ਨੂੰ ਇੱਦਾਂ ਨਾ ਲੱਗੇ, ਹੋ ਸਕਦਾ ਕਿਸੇ ਨੂੰ ਇੱਦਾਂ ਲੱਗੇ ਕਿ ਯਾਰ ਆਪ ਬਾਹਰ ਬੈਠਾ ਤੇ ਹੁਣ ਇੱਦਾਂ ਦੀ ਗੱਲ ਕਰਦਾ, ਵੀ ਇੱਦਾਂ ਨਹੀਂ ਹੈਗਾ, ਬੜਾ ਵਧੀਆ ਹੈ,
रिलेशनशिप दे विच तुसी कुड़ी ना गल करदे पए हो, सोचो अपनी गर्लफ्रेंड ना या वाइफ ना भी तुसी गल बात करदे पए हो, और डिपेंड करदा वाइफ दे उत्ते कि उहदा मूड किदां दा, गल जिदा की मर्जी तुसी कर दो ना, अगर मूड वधिया आ ਉਹਨੇ ਗੱਲ ਨੂੰ ਵਧੀਆ ਤਰੀਕੇ ਨਾਲ ਲੈਣਾ, ਅਗਰ ਉਹਦਾ ਮੂਡ ਮਾੜਾ ਆ ਤੇ ਉਹਨੇ ਫਿਰ ਹਰੇਕ ਗੱਲ ਨੂੰ ਮਾੜੇ ਤਰੀਕੇ ਨਾਲ ਲੈਣਾ, ਠੀਕ ਹੈ। ਤੁਹਾਨੂੰ ਯਾਦ ਆ ਤੁਸੀਂ ਇੱਕ ਪੋਡਕਾਸਟ ਦੇ ਵਿੱਚ ਪੂਰਾ ਡਿਸਕਸ ਕੀਤਾ ਸੀਗਾ ਕਿ ਮੈਰਿਜ ਕਿਹੜੀ ਏਜ 'ਚ ਹੋਣੀ ਚਾਹੀਦੀ ਹੈ, ਹਾਂਜੀ ਸ਼ਾਇਦ 8-10 ਪੋਡਕਾਸਟ ਪਹਿਲੇ ਸੀ, ਹਾਂਜੀ, ਤੇ ਮੈਂ ਉਹ ਸਾਰਾ ਪੋਡਕਾਸਟ ਸੁਣਿਆ ਤੇ ਮੈਂ ਤੁਹਾਡੇ ਨਾਲ ਐਗਰੀ ਨਹੀਂ ਕੀਤਾ, ਹਾਂਜੀ ਹਨਾ, ਉਸ ਪੋਡਕਾਸਟ ਸ਼ਾਇਦ ਆਪਣੀ ਗੱਲ ਹੋਈ ਸੀ, ਗੱਲਬਾਤ ਬਾਅਦ 'ਚ ਹੋਈ ਸੀ ਆਪਣੀ, ਤੇ ਮੈਂ ਸੋਚੀ ਜਾਵਾਂ, ਮੈਂ ਉਹ ਦੋ ਵਾਰ ਤੁਹਾਡਾ ਪੋਡਕਾਸਟ ਸੁਣਿਆ, ਸਾਰੀ ਗੱਲਬਾਤ ਦੋ ਵਾਰ ਸੁਣੀ, ਮੈਂ ਕਿਹਾ ਮੈਂ ਦੁਬਾਰਾ ਦੁਬਾਰਾ ਸੁਣੀ ਜਾਵਾਂ। ਮੈਂ ਕਈ ਵਾਰ ਉਹੀ ਗੱਲ ਤੁਹਾਡੇ ਵਾਲੀ ਵੀ, ਕਈ ਵਾਰ ਆਪਣਾ ਮੂਡ ਹੋਰ ਤਰ੍ਹਾਂ ਦਾ ਹੁੰਦਾ ਤੇ ਆਪਾਂ ਨੂੰ ਲੱਗਦਾ ਕਿ ਯਾਰ ਆਪਾਂ ਫਿਰ ਜਦੋਂ ਫਰੈਸ਼ ਹੋ ਕੇ ਉਹ ਗੱਲ ਨੂੰ ਸੁਣਦੇ ਹਾਂ ਨਾ, ਤੇ ਸਾਡੇ ਕੋਲ ਉਹ ਗੱਲ ਫਿਰ ਹੋਰ ਤਰੀਕੇ ਨਾਲ ਅਸੀਂ ਅਬਜ਼ਰਵ ਕਰਦੇ ਹਾਂ, ਪਰ ਮੈਂ ਦੋਨਾਂ ਵਾਰ ਐਗਰੀ ਨਹੀਂ ਕੀਤਾ, ਮੈਂ ਕਿਹਾ ਯਾਰ ਇਹ ਗੱਲ ਨਾ ਸਹੀ ਹੋ ਨਹੀਂ ਰਹੀ। ਫਿਰ ਲਾਸਟ 'ਚ ਜਿਹੜਾ ਸਾਬੀ ਭਾਜੀ ਨੇ ਜਿਹੜਾ ਓਪੀਨੀਅਨ ਰੱਖਿਆ ਨਾ, ਮੈਂ ਉਹਦੇ ਨਾਲ ਐਗਰੀ ਕਰ ਗਿਆ ਬਿਲਕੁਲ, ਮੈਂ ਕਿਹਾ ਯਾਰ ਇਹਨਾਂ ਨੇ ਸਹੀ ਕੀਤਾ। ਉਹ ਮੈਂ ਤਾਂ ਐਗਰੀ ਕਰ ਗਿਆ ਕਿਉਂਕਿ ਮੈਂ ਸਾਬੀ ਭਾਜੀ ਦੇ ਏਜ ਦੇ ਆਸ ਪਾਸ ਹਾਂ, ਮੈਂ ਉਸੇ ਸਟੇਜ ਦੇ ਕੋਲ ਘੁੰਮਦਾ ਪਿਆ, ਰਾਈਟ, ਮੇਰਾ ਵਿਆਹ ਹੋ ਗਿਆ, ਮੇਰੇ ਬੱਚੇ ਹੋ ਗਏ, ਤੇ ਪਰ ਬਾਕੀ ਜਿੰਨੇ ਜਾਣਿਆਂ ਨੂੰ ਵੀ ਤੁਸੀਂ ਪੋਡਕਾਸਟ ਲਿਆ, ਉਹਨਾਂ ਦਾ ਵਿਆਹ ਨਹੀਂ ਸੀ ਹੋਇਆ, ਕੋਈ ਹਜੇ ਸਟੂਡੈਂਟ ਕੋਈ ਇਹੀ ਗੱਲ ਕਹਿ ਰਹੇ ਸੀ ਕਿ ਵਿਆਹ 40-30 ਸਾਲ ਤੋਂ ਬਾਅਦ ਹੋਣਾ ਚਾਹੀਦਾ। ਮੈਂ ਸੋਚਾਂ ਚਲੋ ਇਹ ਵੀ ਆਪਣੀ ਥਾਂ ਤੇ ਠੀਕ ਨੇ, ਰਾਈਟ, ਤੇ ਫਿਰ ਮੈਂ ਸ਼ਾਇਦ ਤੁਹਾਨੂੰ ਯਾਦ ਹੈ ਮੈਂ ਤੁਹਾਨੂੰ ਕਿਹਾ ਸੀ ਭਾਜੀ ਜਿਹੜਾ ਬੰਦਾ ਨਿਊਯਾਰਕ ਗਿਆ ਹੀ ਨੀ, ਤੁਸੀਂ ਉਹਦੇ ਤੋਂ ਕਿੱਦਾਂ ਪੁੱਛ ਸਕਦੇ ਹੋ ਨਿਊਯਾਰਕ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ। ਸੋ ਉਹੀ ਗੱਲ ਆ ਕਿ ਤੁਸੀਂ ਜਿੰਨੇ ਵਿਆਹ ਕੀਤਾ ਹੀ ਨੀ ਹਨਾ, ਉਹਦੇ ਤੋਂ ਕਿੱਦਾਂ ਪੁੱਛ ਸਕਦੇ ਹੋ ਕਿ ਮੈਨੂੰ ਦੱਸੀ ਯਾਰ ਵਿਆਹ ਦੀ ਸਹੀ ਉਮਰ ਕਿਹੜੀ ਹੈ, ਉਹ ਕਦੀ ਨੀ ਦੱਸ ਸਕਦਾ, ਕਦੀ ਨੀ ਉਹ ਦੱਸ ਸਕਦਾ। ਤੇ ਮੇਰੇ ਖਿਆਲ 'ਚ ਵਿਆਹ ਦੀ ਸਹੀ ਉਮਰ ਕੋਈ ਹੁੰਦੀ ਨੀ, ਮੈਨੂੰ ਇੱਦਾਂ ਲੱਗਦਾ ਹਨਾ, ਤੇ ਜਿਹੜੀ ਉਮਰ 'ਚ ਤੁਹਾਡਾ ਵਿਆਹ ਹੋ ਗਿਆ ਨਾ, ਉਹ ਉਮਰ ਨੂੰ ਤੁਸੀਂ ਸਹੀ ਕਰਨਾ। ਤੁਸੀਂ ਕਹਿੰਦੇ ਵੀ ਵਿਆਹ ਨਹੀਂ ਕਰਾਉਣਾ ਚਾਹੀਦਾ, ਤੁਸੀਂ ਕਹਿੰਦੇ ਵੀ ਵਿਆਹ ਨਹੀਂ ਕਰਾਉਣਾ ਚਾਹੀਦਾ। ਨਹੀਂ ਮੈਂ ਇੱਦਾਂ ਨੀ ਕਹਿੰਦਾ, ਵਿਆਹ ਉਦੋਂ ਕਰਾਉਣਾ ਚਾਹੀਦਾ, ਇਹ ਹੁਣ ਤੁਸੀਂ ਮੈਨੂੰ ਫਸਾਓ ਨਾ, ਵਿਆਹ ਉਦੋਂ ਕਰਾਉਣਾ ਚਾਹੀਦਾ ਜਦੋਂ ਤੁਸੀਂ ਵਾਕਈ ਐਗਰੀ ਕਰੋ ਉਸ ਚੀਜ਼ ਤੋਂ। ਬਟ ਅੱਜ ਦਾ ਦੌਰ ਇੱਦਾਂ ਦਾ ਹੈ ਕਿ ਬਹੁਤ ਘੱਟ ਜਾਣੇ ਐਗਰੀ ਕਰਦੇ ਨੇ, ਤੇ ਮੈਨੂੰ ਇੱਦਾਂ ਲੱਗਦਾ ਆ ਹਨਾ, ਜਿਹੜੇ ਵਿਆਹੇ ਨੇ ਉਹ ਵੀ ਨੀ ਐਗਰੀ ਕਰਦੇ ਇਸ ਚੀਜ਼ ਨੂੰ, ਉਹ ਸਿਰਫ ਇਸ ਕਰਕੇ ਨਹੀਂ ਕਰਦੇ ਕਿਉਂਕਿ ਉਹੀ ਜਿੱਦਾਂ ਤੁਸੀਂ ਪਹਿਲੇ ਗੱਲ ਕਹੀ ਕਿ ਆਪਣੀ ਦੌੜ ਬੜੀ ਜ਼ਿਆਦਾ ਹੋਰ ਹੀ ਚੀਜ਼ਾਂ ਵੱਲ ਲੱਗੀ ਹੋਈ ਹੈ ਹਨਾ। ਮੈਂ ਕਈ ਵਾਰ ਸੋਚਦਾ ਹੁੰਦਾ, ਇੱਥੇ ਸਾਡੇ ਇੱਕ ਫੈਮਿਲੀ ਹੈ, ਉਹ ਭਾਜੀ ਦਾ ਵਿਆਹ ਹੋ ਗਿਆ ਸੀਗਾ 17 ਸਾਲ ਦੀ ਉਮਰ ਚ, ਠੀਕ ਹੈ, 18-19 ਸਾਲ ਚ ਉਹਨਾਂ ਦੇ ਬੱਚਾ ਹੋ ਗਿਆ। ਹੁਣ ਸੁਣਨ ਚ ਗੱਲ ਬੜੀ ਅਜੀਬ ਲੱਗਦੀ ਹੈ, ਆਪਣੇ ਜਾਣੇ ਨੂੰ ਲੱਗਣਾ ਯਾਰ ਕੀ ਹੈ ਨਾ, ਤੇ ਉਸ ਤੋਂ ਬਾਅਦ ਮੇਰੇ ਖਿਆਲ ਜਦੋਂ ਉਹਨਾਂ ਦੇ, ਹੁਣ ਮੈਂ ਸਿੱਧਾ ਦੱਸਾਂ ਕਿ ਉਹਨਾਂ ਦਾ ਪੋਤਾ 20 ਸਾਲ ਦਾ ਆ, ਤੇ ਉਹ ਆਪ ਤੁਸੀਂ ਹਿਸਾਬ ਲਾਓ ਵੀ ਜਿੱਦਾਂ ਉਹਨਾਂ ਉਹ ਤਿੰਨੇ ਦਾਦਾ ਪਿਓ ਪੁੱਤ ਤੇ ਪੋਤਾ ਤਿੰਨੇ ਉਹਨਾਂ ਤੇ ਵਿੱਚੋਂ ਜਿਹੜਾ ਉਹਨਾਂ ਦਾ ਪਿਓ ਹੈ ਨਾ ਉਹ ਸਕਿੱਪ ਹੋ ਜਾਂਦਾ, ਉਹ ਜੇ ਸਕਿੱਪ ਕਰੋ ਨਾ ਤੁਸੀਂ ਕਹਿ ਨੀ ਸਕਦੇ ਦਾਦਾ ਪੋਤਾ, ਉਹ ਦੋਵੇਂ ਪਿਓ ਪੁੱਤ ਹੀ ਲੱਗਦੇ ਆ, ਰਾਈਟ। ਸੋ ਅੱਜ ਉਹ ਫੈਮਿਲੀ ਨੂੰ ਤੁਸੀਂ ਜਦੋਂ ਦੇਖੋਗੇ ਨਾ, ਤੇ ਤੁਹਾਨੂੰ ਬੜਾ ਚੰਗਾ ਲੱਗੇਗਾ, ਵਾਓ ਹਨਾ, ਦਾਦਾ ਵੀ ਬਿਲਕੁਲ ਫਿੱਟ ਹੈ, ਪੋਤਾ ਉਹਨਾਂ ਦਾ ਮੁੰਡਾ ਵੀ ਫਿੱਟ ਹੈ, ਤੇ ਪੋਤਾ ਵੀ ਵਿਆਹੁਣ ਵਾਲਾ, ਉਹ ਤੇ ਪੋਤੇ ਤੱਕ ਜਾ ਸਕਦੇ, ਰਾਈਟ। ਬਟ ਜੇ ਉਹਨਾਂ ਦੇ ਉਹੀ ਮੈਂ ਜਿੱਦਾਂ ਕਿਹਾ ਕਿ ਉਹਨਾਂ ਦਾ 17 ਸਾਲ ਦੀ ਉਮਰ ਚ ਵਿਆਹ ਹੋ ਗਿਆ ਸੀ, ਤੇ ਬੜੇ ਜਾਣੇ ਨੂੰ ਲੱਗਣਾ ਯਾਰ 17 ਸਾਲ ਦੀ ਉਮਰ ਚ ਵਿਆਹ ਕਰਤਾ, ਉਹ ਕੋਈ ਉਮਰ ਹੁੰਦੀ ਵਿਆਹ ਕਰਨ ਵਾਲੀ ਹਨਾ। ਬਟ ਜਿੱਦਣ ਇੱਕ ਮੁੰਡਾ ਜਾਂ ਇੱਕ ਕੁੜੀ ਗਰਲਫ੍ਰੈਂਡ ਜਾਂ ਬੋਏਫ੍ਰੈਂਡ ਹੈਂਡਲ ਕਰ ਸਕਦਾ ਨਾ, ਤੇ ਮੈਨੂੰ ਲੱਗਦਾ ਉਹ ਵਿਆਹ ਵੀ ਕਰ ਸਕਦਾ, ਕਿਉਂਕਿ ਉਹ ਚੀਜ਼ਾਂ ਹੈਂਡਲ ਕਰਨੀਆਂ ਜ਼ਿਆਦਾ ਔਖੀਆਂ ਹੁੰਦੀਆਂ ਬਜਾਏ ਆਪਣੀ ਵਾਈਫ ਜਾਂ ਹਸਬੈਂਡ ਨੂੰ, ਮੈਨੂੰ ਇੱਦਾਂ ਲੱਗਦਾ। ਆਈ ਡੋਂਟ ਨੋ ਮੈਂ ਸਹੀ ਹਾਂ ਗਲਤ ਹਾਂ। ਨਹੀਂ ਨਹੀਂ ਦੇਖੋ, ਹਰੇਕ ਬੰਦੇ ਦਾ ਇੱਕ ਨਜ਼ਰੀਆ ਆ ਇਸ ਪੱਖੋਂ, ਮੈਂ ਦੇਖਦਾ ਵਾਂ ਹੁਣ ਜਿੱਦਾਂ ਦਾ ਏਜ ਦੇ ਨਾਲ ਮੈਂ ਵੱਧਦਾ ਪਿਆ, ਪ੍ਰੋਗਰੈਸ ਕਰਦਾ ਪਿਆ ਨਾ, ਤੇ ਮੈਂ ਆਪਣੀ ਫਰੀਡਮ ਇੰਜੋਏ ਕਰਦਾ ਵਾਂ, ਕਿ ਕਹਿ ਲਈਏ ਕਿ ਹੁਣ ਜਦੋਂ ਵੀ ਮੈਂ ਕੰਮ ਤੋਂ ਆਵਾਂ ਜਾਂ ਪੋਡਕਾਸਟ ਕਰਦਾ ਵਾਂ ਜਾਂ ਮੈਂ ਸਵੇਰੇ ਉੱਠਦਾ ਵਾਂ ਵੀਕਐਂਡ ਦੇ ਵਿੱਚ, ਮੈਨੂੰ ਫੀਲ ਹੁੰਦਾ ਕਿ ਆਈ ਡੋਂਟ ਹੈਵ ਟੂ ਆਨਸਰ ਟੂ ਐਨੀਬਡੀ,
ਠੀਕ ਹੈ ਜੋ ਇੱਕ ਹਾਂਜੀ ਹਾਂਜੀ ਚਲੋ ਨਹੀਂ ਨਹੀਂ ਮੈਂ ਇੱਥੋਂ ਹੀ ਆਪਾਂ ਸ਼ੁਰੂ ਕਰਾਂਗੇ ਕਿਉਂਕਿ ਫਿਰ ਗੱਲ ਹਾਂਜੀ ਹੁਣ ਤੁਹਾਨੂੰ ਲੱਗਦਾ ਕਿ ਮੈਂ ਆਨਸਰ ਨਹੀਂ ਕਰ ਸਕਦਾ ਕਿਸੇ ਨੂੰ ਜਬਰਦਸਤ ਚੀਜ ਮਿਲਣੀ ਹੈ ਮੇਰਾ ਘਰ ਹੈ ਨਾ ਜਿਹੜਾ ਮੇਰਾ ਜਿਹੜਾ ਘਰ ਆ ਉਹ ਮੇਰੀ ਵਾਈਫ ਨੇ ਇੰਨਾ ਸੰਭਾਲ ਕੇ ਰੱਖਿਆ ਹੋਇਆ ਰਾਈਟ ਮੈਂ ਜਦੋਂ ਘਰ ਆਉਣਾ ਨਾ ਤੇ ਮੈਨੂੰ ਇੱਦਾਂ ਲੱਗਦਾ ਮੈਂ ਕਿਸੇ ਕੰਪਨੀ ਦੇ ਮਾਡਲ ਹਾਊਸ ਚ ਆ ਗਿਆ ਰਾਈਟ ਸੋ ਹਰ ਚੀਜ਼ ਟਿਕਾਣੇ ਤੇ ਹੁੰਦੀ ਹੈ ਹਰ ਚੀਜ਼ ਮਤਲਬ ਮੈਨੂੰ ਜਿੱਥੇ ਚਾਹੀਦੀ ਉਹੀ ਗੱਲ ਤੇ ਮੈਂ ਆਉਣ ਲੱਗਾ ਸੀ ਤੁਸੀਂ ਵਿੱਚ ਮੈਨੂੰ ਪਹਿਲੋਂ ਫੜ ਲਿਆ ਤੁਸੀਂ ਮੈਨੂੰ ਫੀਲ ਹੁੰਦਾ ਕਦੀ ਕਦੀ ਬਟ ਕਹਿੰਦੇ ਨਾ ਕਿ ਹਰੇਕ ਚੀਜ਼ ਦੇ ਵਿੱਚ ਅਗਰ ਤੁਸੀਂ ਵਧੀਆ ਚੀਜ਼ ਨੂੰ ਮਾਣਦੇ ਪਏ ਹੋ ਇੰਜੋਏ ਕਰਦੇ ਪਏ ਹੋ ਦੇਰ ਹੈਜ਼ ਟੂ ਬੀ ਅ ਕੋਸਟ ਉੱਥੇ ਕਿਤੇ ਨਾ ਕਿਤੇ ਕੋਸਟ ਬੰਨੀ ਹੋਈ ਆ ਉਹਦੀ ਉਹਦੀ ਕੀ ਕੋਸਟ ਆ ਮੇ ਬੀ ਮੈਨੂੰ ਹੁਣ ਨਹੀਂ ਪਤਾ ਮੇ ਬੀ ਪ੍ਰੋਬਲੀ 5 ਸਾਲ ਬਾਅਦ 6 ਸਾਲ ਬਾਅਦ ਅਗਰ ਮੈਂ ਇਹੀ ਲਾਈਫ ਨੂੰ ਕੰਟੀਨਿਊ ਕਰਦਾ ਵਾਂ ਅਨਮੈਰਿਡ ਲਾਈਫ ਨੂੰ ਕੰਟੀਨਿਊ ਕਰਦਾ ਮੇ ਬੀ ਮੈਨੂੰ ਰੀਅਲਾਈਜ਼ ਹੋਏਗਾ 10 ਸਾਲ ਬਾਅਦ ਯਾਰ ਆਈ ਸ਼ੁੱਡ ਹੈਵ ਮੇਡ ਅ ਡਿਫਰੈਂਟ ਡਿਸੀਜਨ ਨਾ ਚਲੋ ਇਹ ਚੀਜ਼ ਹੋ ਗਈ ਜਿੱਦਾਂ ਨਾ ਕਹਿੰਦੇ ਨੇ ਕਿਹਨੂੰ ਮੈਂ ਸੁਣਦਾ ਪਿਆ ਸੀ ਕਹਿੰਦੇ ਦੇਖੋ ਤੁਹਾਡੀ ਲਾਈਫ ਦੇ ਬੜੇ ਪੱਖ ਨੇ ਅਲੱਗ ਅਲੱਗ ਪੱਖ ਨੇ ਠੀਕ ਹੈ ਤੁਸੀਂ ਚੂਜ਼ ਕਰ ਸਕਦੇ ਹੋ ਕਿ ਇੱਕ ਪੱਖ ਦੇ ਵਿੱਚ ਤੁਸੀਂ 10/10 ਲੈਣੇ ਨੇ ਤੇ ਦੂਜੇ ਪੱਖ ਤੁਹਾਡੇ ਸਫ਼ਰ ਕਰਨਗੇ ਜਾਂ ਤੁਸੀਂ ਸਾਰੇ ਪੱਖਾਂ ਦੇ ਵਿੱਚ 7/10 ਲੈਣੇ ਨੇ ਇਹ ਤੁਹਾਡੀ ਚੋਇਸ ਆ ਜਾਂ ਤੇ ਸਾਰੇ ਪੱਖਾਂ ਦੇ ਵਿੱਚ ਤੁਸੀਂ ਐਵਰੇਜ ਹੋ ਤੁਸੀਂ 7/10 ਤੁਸੀਂ ਹਸਬੈਂਡ ਹੋ 7/10 ਤੁਸੀਂ ਘਰ ਵਾਲੇ ਹੋ ਜਾਂ ਫਾਦਰ ਹੋ 7/10 ਤੁਸੀਂ ਬੇਟੇ ਹੋ ਕਿਸੇ ਦੇ ਜਾਂ 7/10 ਤੁਸੀਂ ਬਿਜ਼ਨਸਮੈਨ ਹੋ ਠੀਕ ਹੈ ਜਾਂ ਤੁਸੀਂ 10/10 ਬਿਜ਼ਨਸਮੈਨ ਹੋ ਬਾਕੀ ਸਾਰੇ ਆਸ ਪਾਸ ਤੁਹਾਡੇ ਸਫ਼ਰ ਕਰਦੇ ਪਏ ਨੇ ਉਹ ਤੁਹਾਡੀ ਚੋਇਸ ਹੈ ਤੇ ਮੇਰੀ ਮੈਂ ਇਸ ਸਟੇਜ 'ਤੇ ਹਾਂ ਲਾਈਫ ਦੇ ਵਿੱਚ ਕਿ ਆਈ ਹੈਵ ਟੂ ਮੇਕ ਅ ਡਿਸੀਜਨ ਨਾਓ ਠੀਕ ਹੈ ਹੁਣ ਰਿਲੇਸ਼ਨਸ਼ਿਪ ਦੇ ਵਿੱਚ ਮੈਂ ਰਿਹਾ ਵਾਂ ਮੈਨੂੰ ਮੈਂ ਸਮਝਦਾ ਵਾਂ ਕਿ ਤੁਸੀਂ ਕਿਸ ਚੀਜ਼ ਦੀ ਗੱਲ ਕਰਦੇ ਪਏ ਹੋ ਕਿ ਜਦੋਂ ਤੁਸੀਂ ਕਮਰੇ 'ਚ ਆਉਂਦੇ ਹੋ ਆਪਣੇ ਘਰ ਆਉਂਦੇ ਹੋ ਐਵਰੀਥਿੰਗ ਇਜ਼ ਸੋ ਨਾਈਸ ਲਾਈਕ ਐਵਰੀਥਿੰਗ ਇਜ਼ ਸੈਟ ਅਪ ਇਨ ਅ ਵੇ ਕਿ ਤੁਹਾਨੂੰ ਜੋ ਤੁਸੀਂ ਥਕਾਨ ਤੁਸੀਂ ਬਾਹਰ ਲਾ ਕੇ ਆਏ ਹੋ ਨਾ ਘਰੇ ਉਹ ਤੁਹਾਨੂੰ ਥਕਾਨ ਨਹੀਂ ਮਿਲਦੀ ਉਹ ਤੁਸੀਂ ਰਿਲੈਕਸ ਕਰ ਸਕਦੇ ਹੋ ਜਿੱਦਾਂ ਹਰੇਕ ਬੰਦਾ ਨਾ ਕਰਕੇ ਦੁਬਾਰਾ ਕੰਮ ਤੇ ਜਾ ਸਕਦਾ ਉਹ ਨਾ ਕਿ ਵਿਆਹ ਦੇ ਵਿੱਚ ਠੀਕ ਹੈ ਵਾਈਫ ਹੈ ਤੁਹਾਡੀ ਆ ਗਰਲਫ੍ਰੈਂਡ ਹੈ ਤੁਹਾਡਾ ਹਸਬੈਂਡ ਹੈ ਬਟ ਯੂ ਹੈਵ ਟੂ ਮੇਕ ਸ਼ੋਰ ਕਿ ਉਹ ਤੁਹਾਡਾ ਫਰੈਂਡ ਵੀ ਹੈ ਤੇ ਤੁਹਾਡਾ ਪਾਰਟਨਰ ਵੀ ਹੈ ਠੀਕ ਹੈ ਕਦੀ ਕਦੀ ਕੀ ਹੁੰਦਾ ਹੁਣ ਮੈਂ ਨਾ ਕੁਛ ਸਟੋਰੀਜ਼ ਉਹੀ ਜਿਹੜੀਆਂ ਸਟੋਰੀਜ਼ ਮੈਂ ਸੁਣਦਾ ਵਾਂ ਉਹ ਕਿਤੇ ਨਾ ਕਿਤੇ ਮੇਰੇ ਡਿਸੀਜਨਸ ਨੂੰ ਚੇਂਜ ਕਰ ਦਿੰਦੀਆਂ ਨੇ ਠੀਕ ਹੈ ਹੁਣ ਤੁਸੀਂ ਆਪਣੀ ਸਟੋਰੀ ਦੱਸੀ ਉਹ ਇੱਕ ਵਧੀਆ ਸਟੋਰੀ ਦੱਸੀ ਉਹ ਮੇਰੇ ਡਿਸੀਜਨ ਨੂੰ ਥੋੜ੍ਹਾ ਕਿਤੇ ਨਾ ਕਿਤੇ ਚੇਂਜ ਕਰੇਗਾ ਕਿ ਹਾਂ ਯਾਰ ਇਹ ਚੀਜ਼ ਵਧੀਆ ਹੋ ਸਕਦੀ ਹੈ ਫਿਰ ਮੈਂ ਕਿਸੇ ਦੀ ਸਟੋਰੀ ਸੁਣਦਾ ਵਾਂ ਉਹ ਕਹਿੰਦਾ ਕਿ ਯਾਰ ਮੇਰੇ ਨਾਲ ਇੱਦਾਂ ਹੋ ਗਿਆ ਫਿਰ ਮੈਂ ਦੇਖਦਾ ਵਾਂ ਕਿ ਯਾਰ ਦੇ ਆਰ ਸਫਰਿੰਗ ਅ ਲੋਟ ਠੀਕ ਹੈ ਕਿਉਂਕਿ ਉਹ ਵਾਈਫ ਜਾਂ ਹਸਬੈਂਡ ਤੇ ਬਣ ਗਏ ਉਹ ਕਦੀ ਪਾਰਟਨਰ ਨਹੀਂ ਬਣ ਪਾਏ ਕਦੀ ਫਰੈਂਡ ਨਹੀਂ ਬਣ ਪਾਏ ਅੱਜ ਕੱਲ੍ਹ ਜ਼ਿਆਦਾ ਇੱਦਾਂ ਹੁੰਦਾ ਕਿ ਆਪਾਂ ਆਪਾਂ ਡਿਵਾਈਡ ਨਹੀਂ ਕਰ ਪਾਉਂਦੇ ਕਿ ਕਿਹੜਾ ਬੰਦਾ ਡਿਊਟੀ ਕਿਹੜੀ ਕਰੇਗਾ ਉਹਦੇ ਵਿੱਚ ਈਗੋ ਜ਼ਿਆਦਾ ਆ ਜਾਂਦੀ ਹੈ ਕਿ ਅੱਛਾ ਹੁਣ ਇਹਨੇ ਇਹ ਚੀਜ਼ ਕੀਤੀ ਹੈ ਤੇ ਮੈਂ ਵੀ ਇਹ ਚੀਜ਼ ਕਰਨੀ ਜੋ ਮੇਰੇ ਨਾਲ ਬੜਾ ਹੁੰਦਾ ਮੈਂ ਥੋੜ੍ਹਾ ਕੰਪੈਟੀਟਿਵ ਹਾਂ ਤੇ ਜਦੋਂ ਮੈਂ ਕਿਸੇ ਪਾਰਟਨਰ ਨੂੰ ਚੂਜ਼ ਕਰਦਾ ਵਾਂ ਉਹ ਮੈਨੂੰ ਲੱਗਦਾ ਕਿ ਯਾਰ ਮੇਰੇ ਵਰਗਾ ਹੀ ਹੋਵੇ ਪਾਰਟਨਰ ਠੀਕ ਹੈ ਫਿਰ ਜੋ ਮੇਰੇ ਵਰਗੀ ਹੀ ਹੋਏਗੀ ਤੇ ਉਹ ਵੀ ਕੰਪੈਟੀਟਿਵ ਹੋਏਗੀ ਤੇ ਉੱਥੇ ਫਿਰ ਕਲੈਸ਼ ਬੜਾ ਹੋ ਜਾਂਦਾ ਫਿਰ ਮੈਨੂੰ ਹੁੰਦਾ ਕਿ ਅਗਰ ਯਾਰ ਹਾਂਜੀ ਹਾਂਜੀ ਇੱਥੇ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹੋ ਸਕਦਾ ਮੈਂ ਗਲਤ ਹੋਵਾਂ ਇੱਦਾਂ ਨਾ ਤੁਹਾਨੂੰ ਤੁਹਾਡੀ ਮਰਜ਼ੀ ਦਾ ਪਾਰਟਨਰ ਮੈਨੂੰ ਇੱਦਾਂ ਲੱਗਦਾ ਕਦੀ ਨਹੀਂ ਮਿਲ ਸਕਦਾ ਹਾਂਜੀ ਸੋਰੀ ਮੈਂ ਇਹਨੂੰ ਥੋੜੀ ਡਿਟੇਲ ਚ ਦੱਸਦਾ ਹਾਂਜੀ ਤੁਹਾਨੂੰ ਤੁਹਾਡੀ ਮਰਜ਼ੀ ਦਾ ਪਾਰਟਨਰ ਬਣਾਉਣਾ ਪੈਣਾ ਮਿਲਣਾ ਕਦੀ ਨਹੀਂ ਹੈਗਾ ਹਾਂਜੀ ਤੁਸੀਂ ਆਪ ਸੋਚੋ ਮੈਂ ਕਿਸੇ ਦੀ ਗੱਲ ਸੁਣਦਾ ਪਿਆ ਸੀਗਾ ਮੈਨੂੰ ਚੇਤਾ ਭੁੱਲ ਗਿਆ ਪਰ ਮੈਨੂੰ ਗੱਲ ਯਾਦ ਆਉਣ ਡਈ ਹੈ
ਆਪਾਂ ਅਸਲ ਚ ਆਪਣੇ ਆਪ ਨੂੰ ਵੀ ਹੈਂਡਲ ਨਹੀਂ ਕਰ ਸਕਦੇ। ਤੁਸੀਂ ਜੇ ਕਦੀ ਸ਼ੀਸ਼ੇ ਦੇ ਅੱਗੇ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰੋ ਨਾ, ਥੋੜੀ ਦੇਰ 5-10 ਮਿੰਟ ਦੇਖਣਾ ਸ਼ੁਰੂ ਕਰੋ, ਤੁਸੀਂ ਆਪਣੇ ਆਪ ਵਰਗਾ ਵੀ ਬੰਦਾ ਆਪਣੇ ਨਾਲ ਅਲਾਓ ਨਹੀਂ ਕਰ ਸਕਦੇ। ਜੇ ਪਰਮਾਤਮਾ ਕਵੇ ਨਾ ਵੀ ਅੱਲਾ ਤੇਰੀ ਜੋਰੋਕਸ ਕਾਪੀ ਰੱਖਦਾ, ਅੱਲਾ ਚੱਕ ਤੇ ਹੁਣ ਤੁਸੀਂ ਦੋਵੇਂ ਇਕੱਠੇ ਰਹੋ, ਤੁਸੀਂ 5 ਮਿੰਟ ਨਹੀਂ ਰਹਿ ਸਕਦੇ। ਬਿਲਕੁਲ। ਉਹ ਬਲੈਕ ਮਿਰਰ ਇੱਕ ਵੈਬ ਸੀਰੀਜ਼ ਦੇਖੀ ਨਾ ਤੁਸੀਂ, ਜਿਹਦੇ ਵਿੱਚ ਉਹਦੀ ਵਾਈਫ ਕੋਮਾ ਚ ਚਲੀ ਜਾਂਦੀ ਹੈ ਤੇ ਉਹਦਾ ਸਾਰਾ ਕੁਛ ਉਹਦੇ ਮਾਇੰਡ ਚ ਪਾ ਦਿੰਦੇ ਆ ਉਹ, ਤੇ ਸ਼ਾਇਦ ਪਤਾ ਨੀ ਆਇਆ ਤੁਹਾਨੂੰ ਯਾਦ ਕਿ ਮੈਂ ਪੂਰੀ ਸਟੋਰੀ ਨਹੀਂ ਸੁਣਾਉਣਾ ਚਾਹੁੰਦਾ। ਸੋ ਮੈਂ ਉੱਥੇ ਆਉਂਦਾ ਕਿ ਤੁਹਾਨੂੰ ਪਾਰਟਨਰ ਹੈ ਨਾ ਜਿਹੜਾ, ਉਹ ਕਦੀ ਤੁਹਾਡੇ ਵਰਗਾ ਮਿਲਣਾ ਨੀ, ਤੁਹਾਨੂੰ ਬਣਾਉਣਾ ਪੈਣਾ। ਉਹ ਬਣੇਗਾ ਕਿੱਦਾਂ ਕਿ ਥੋੜਾ ਜਿਹਾ ਤੁਹਾਨੂੰ ਚੇਂਜ ਹੋਣਾ ਪੈਣਾ, ਥੋੜਾ ਜਿਹਾ ਫਿਰ ਉਹ ਅਗਲਾ ਚੇਂਜ ਉਦੋਂ ਹੀ ਹੋਏਗਾ ਜਦੋਂ ਤੁਸੀਂ ਚੇਂਜ ਹੋਵੋਗੇ। ਇਹ ਸੱਚਾਈ ਹੈ। ਜੇ ਤੁਸੀਂ ਕਹੋ ਕਿ ਨਹੀਂ ਮੈਂ ਘਰ ਆਉਂਦੇ ਜੁੱਤੇ ਉੱਥੇ ਸੁੱਟਤੇ, ਜਾਂ ਲੇਡੀਜ਼ ਕਹੇ ਕਿ ਮੈਨੂੰ ਤੇ ਸਾਰਾ ਕੁਛ ਬਾਹਰੋਂ ਆਵੇ, ਜਾਂ ਲਾਈਕ ਜੋ ਵੀ ਹੁੰਦੀਆਂ ਚੀਜ਼ਾਂ, ਮੈਂ ਹੁਣ ਇੱਦਾਂ ਨਹੀਂ ਕਹਿ ਸਕਦਾ ਵੀ ਮੇਰੇ ਹਿਸਾਬ ਨਾਲ ਸਾਰਾ ਕੁਛ ਚੱਲੇ, ਤੇ ਕਦੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਹਾਨੂੰ ਕਦੀ ਪਾਰਟਨਰ ਨਹੀਂ ਲੱਭਣਾ। ਭਾਜੀ ਇਹ ਮੇਰੀ ਥਿਉਰੀ ਹੈ। ਭਾਜੀ ਮੈਨੂੰ ਇਦਾਂ ਕਿਉਂ ਲੱਗਦਾ ਪਿਆ ਕਿ ਤੁਸੀਂ ਮੇਰੀ ਕਲਾਸ ਲੈਂਦੇ ਪਏ ਹੋ? ਨਹੀਂ, ਮੈਂ ਪੁਰਾਣੇ ਪੋਡਕਾਸਟ ਦੇ ਵਿੱਚ ਮਿਸ ਕਰ ਗਿਆ ਸੀਗਾ ਤੇ ਮੈਂ ਉਹਦੀ ਗੱਲ ਕਰ ਰਿਹਾ। ਤੁਸੀਂ ਉਦੋਂ ਮੈਨੂੰ ਕਿਹਾ ਸੀ ਭਾਜੀ ਤੁਸੀਂ ਕਿਉਂ ਨਹੀਂ ਉਸ ਪੋਡਕਾਸਟ 'ਚ ਆਏ, ਹਨਾ? ਨਹੀਂ, ਮੈਂ ਤੁਹਾਨੂੰ ਉਦੋਂ ਕਿਹਾ ਸੀ, ਉਦੋਂ ਮੈਂ ਕੀ ਕਰਦਾ ਹੁੰਦਾ ਕਿ ਪੋਡਕਾਸਟ ਤੋਂ ਪਹਿਲਾਂ ਮੈਂ ਬੜੀ ਵਾਰੀ ਕੀਤਾ ਕਿ ਕਦੀ ਕਦੀ ਮੈਂ ਕਿਸੇ ਚੀਜ਼ ਦੇ ਵਿੱਚ ਕਨਫਿਊਜ਼ ਹੋਵਾਂ ਨਾ, ਮੈਂ ਕੁਐਸਚਨ ਪਾ ਦਿੰਦਾ ਵਾਂ ਇੰਸਟਾਗ੍ਰਾਮ ਕਿ ਤੁਸੀਂ ਕੀ ਸੋਚਦੇ ਹੋ, ਫਿਰ ਮੈਂ ਦੂਜਿਆਂ ਦੀ ਸੋਚਦਾ ਵਾਂ ਓਪੀਨੀਅਨ, ਤੇ ਆਪਣਾ ਵਾਰਤਾਲਾਪ ਬਹੁਤ ਟਾਈਮ ਤੋਂ ਹੁੰਦਾ ਪਿਆ ਭਾਜੀ, ਬਹੁਤ ਜ਼ਿਆਦਾ ਟਾਈਮ ਤੋਂ ਹੁੰਦਾ ਪਿਆ। ਤੇ ਮੈਨੂੰ ਸੀਗਾ ਕਿ ਤੁਸੀਂ ਕਹੋਗੇ ਕੁਛ, ਬਟ ਪੋਡਕਾਸਟ ਤੋਂ ਬਾਅਦ ਤੁਸੀਂ ਮੈਨੂੰ ਮੈਸੇਜ ਕੀਤਾ ਕਿ ਮੈਂ ਵਿੱਚ ਕਰਨਾ ਸੀਗਾ, ਇਹ ਬੋਲਣਾ ਸੀਗਾ। ਮੈਂ ਕਿਹਾ ਕੋਈ ਨਹੀਂ ਭਾਜੀ, ਨੈਕਸਟ ਟਾਈਮ ਜਦੋਂ ਮੈਂ ਕੋਈ ਕਰਨਾ ਹੋਇਆ ਤੇ ਤੁਹਾਨੂੰ ਮੈਂ ਪਹਿਲਾਂ ਮੈਂ ਉੱਦਾਂ ਮੈਸੇਜ ਕਰ ਦਾਂਗਾ ਤੇ ਫਿਰ ਤੁਸੀਂ ਦੱਸ ਦਿਓ। ਨਹੀਂ, ਉਦੋਂ ਵੀ ਤੁਹਾਡੀ ਗੱਲ ਮੈਨੂੰ ਬੜੀ ਵਧੀਆ ਲੱਗੀ, ਬਟ ਜਿੱਦਾਂ ਨਾ ਮੈਂ ਗੱਲ ਕਹਿੰਦਾ ਪਿਆ ਕਿ ਜਿੱਦਾਂ ਜਿੱਦਾਂ ਮੇਰੀ ਏਜ ਹੁਣ ਵੱਧਦੀ ਪਈ ਨਾ, ਮੇਰੇ ਲਈ ਇਹ ਡਿਸੀਜਨ ਲੈਣਾ ਔਖਾ ਇੱਦਾਂ ਕਿ ਹੁਣ ਦੇਖੋ ਮੈਂ ਇੰਨੀਆਂ ਚੀਜ਼ਾਂ ਕਰਨ ਦਿਆ ਵਾਂ ਤੇ ਮੇਰੇ ਕੋਲ ਨਾ ਟਾਈਮ ਖਤਮ ਹੋ ਜਾਂਦਾ ਭਾਜੀ, ਜੋਬ ਦਾ ਹੋ ਗਿਆ, ਪੋਡਕਾਸਟਿੰਗ ਦਾ, ਫਿਰ ਮੈਂ ਕਦੀ ਕਦੀ ਰਾਈਟਿੰਗ ਕਰਨੀ ਹੁੰਦੀ ਹੈ, ਮੈਂ ਬਾਹਰ ਪਾਰਕ ਚਲ ਜਾਂਦਾ ਰਾਈਟਿੰਗ ਕਰਨ, ਠੀਕ ਹੈ, ਫਿਰ ਜਿੱਦਾਂ ਵੀਡੀਓ ਐਡੀਟਿੰਗ, ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਜਦੋਂ ਮੈਂ ਗਿਣਦਾ ਵਾਂ ਨਾ, ਫਿਰ ਮੈਨੂੰ ਹੁੰਦਾ ਕਿ ਯਾਰ ਜਦੋਂ ਇੱਕ ਦੂਜਾ ਬੰਦਾ ਮੇਰੀ ਲਾਈਫ 'ਚ ਆ ਗਿਆ, ਫਿਰ ਬੱਚੇ ਵੀ ਆਉਣਗੇ, ਠੀਕ ਹੈ, ਉਹ ਕਿੱਦਾਂ ਮੈਂ ਮੈਨੇਜ ਕਰਾਂਗਾ? ਹੁਣ ਮੈਂ ਤੁਹਾਡੀ ਲਾਈਫ ਦੇਖਦਾ ਵਾਂ, ਬਿਲਕੁਲ ਤੁਸੀਂ ਵਧੀਆ ਤਰੀਕੇ ਨਾਲ ਮੈਨੇਜ ਕਰਦੇ ਹੋ। ਹੁਣ ਆਪਾਂ ਪੋਡਕਾਸਟ ਦੀ ਆਪਾਂ ਗੱਲ ਕਰਨ ਦੇ ਸੀ ਤੇ ਤੁਸੀਂ ਬੜੀ ਤਵੱਜੋ ਦਿੱਤੀ ਕਿ ਮੈਂ ਹੁਣ ਇੱਥੇ ਬੱਚਿਆਂ ਦੇ ਕੋਲ ਆਇਆ ਵਾਂ, ਬੱਚੇ ਫਸਟ, ਹਨਾ? ਮੈਨੂੰ ਬੜੀ ਵਧੀਆ ਚੀਜ਼ ਲੱਗੀ ਨਾ, ਮੈਂ ਕਿਹਾ ਹਾਂ ਭਾਜੀ ਇਟਸ ਓਕੇ, ਤੁਸੀਂ ਟੇਕ ਯੋਰ ਟਾਈਮ, ਮੈਨੂੰ ਪਤਾ ਤੁਸੀਂ ਬਹੁਤ ਟਾਈਮ ਬਾਅਦ ਘਰੇ ਆਉਂਦੇ ਹੋ, ਟੇਕ ਯੋਰ ਟਾਈਮ ਵਿਦ ਯੋਰ ਫੈਮਿਲੀ, ਆਪਾਂ ਬਾਅਦ ਚੋਂ ਕਰ ਲਾਂਗੇ। ਫਿਰ ਮੈਂ ਜਦੋਂ ਆਪਣੇ ਆਪ ਨੂੰ ਮੈਂ ਕਹਿ ਲਵਾਂ ਕਿ ਮੈਂ ਥੋੜ੍ਹਾ ਜਿਹਾ ਸੈਲਫਿਸ਼ ਹੋ ਜਾਂਦਾ ਵਾਂ, ਬਟ ਮੈਂ ਇਹ ਚੀਜ਼ ਨੂੰ ਜ਼ਰੂਰ ਮੰਨਦਾ ਕਿ ਜਦੋਂ ਸ਼ਾਦੀ ਹੋ ਜਾਵੇ, ਵਿਆਹ ਹੋ ਜਾਵੇ, ਬੱਚੇ ਹੋ ਜਾਣ, ਤੁਹਾਡੀ ਬਾਇਓਲੋਜੀਕਲ ਚੇਂਜ ਬਹੁਤ ਆਉਂਦੇ, ਤੁਹਾਡੀ ਮਾਈਂਡ ਇੱਦਾਂ ਬਣ ਜਾਂਦਾ ਕਿ ਬੱਚੇ ਪਹਿਲੋਂ, ਬਟ ਇਸ ਟਾਈਮ ਮੈਂ ਇੱਦਾਂ ਹੀ ਸਟੇਜ ਤੇ ਹਾਂ, ਮੈਨੂੰ ਫੀਲ ਹੁੰਦਾ ਕਿ ਯਾਰ ਇੰਨਾ ਟਾਈਮ। ਪਤਾ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਹੋਰ, ਜੇ ਤੁਸੀਂ ਕਰੋੜਪਤੀ ਬਣਨਾ ਚਾਹੁੰਦੇ ਹੋ ਨਾ, ਹਾਂਜੀ, ਜਾਂ ਤੁਹਾਨੂੰ ਤੁਹਾਡਾ ਦਿਲ ਕਰਦਾ ਕਿ ਮੇਰਾ ਮੇਰਾ ਮੰਥਲੀ ਪੈਕੇਜ 10 ਲੱਖ ਰੁਪਇਆ ਹੋਵੇ, ਹਨਾ, ਤੇ ਭਾਜੀ ਤੁਹਾਨੂੰ ਦੋਸਤ ਘੱਟੋ ਘੱਟ 50 ਲੱਖ ਜਿਹੜਾ ਮੰਥਲੀ ਕਮਾਉਂਦਾ ਨਾ, ਉਹ ਬਣਾਉਣਾ ਪੈਣਾ, ਰਾਈਟ? ਇਹ ਗਰੰਟੀ ਆ। ਇਹ ਨਹੀਂ ਹੈਗਾ ਕਿ ਤੁਹਾਨੂੰ ਜੇ ਤੁਸੀਂ 10 ਘੰਟੇ ਕੰਮ ਕਰਦੇ ਤੁਹਾਨੂੰ 20 ਘੰਟੇ ਕੰਮ ਕਰਨ ਲੱਗ ਜਾਓ ਤਾਂ ਤੁਹਾਨੂੰ ਪੈਸੇ ਇੰਨੇ ਮਿਲਣ ਲੱਗ ਜਾਣਗੇ, ਇਹਦੇ 'ਚ ਕੋਈ ਸੱਚਾਈ ਨਹੀਂ ਆ। ਜੇ ਤੁਹਾਨੂੰ 10 ਲੱਖ 20 ਲੱਖ ਰੁਪਇਆ ਮਹੀਨੇ ਦਾ ਚਾਹੀਦਾ ਤਾਂ ਤੁਹਾਨੂੰ ਦੋਸਤ 80-90 ਲੱਖ ਰੁਪਇਆ ਕਮਾਉਂਦਾ ਜਿਹੜਾ ਉਹ ਬਣਾਉਣਾ ਪੈਣਾ। ਬਿਲਕੁਲ। ਸੋ ਉਹੀ ਗੱਲ ਹੈ ਕਿ ਜੇ ਤੁਸੀਂ ਵਾਕਈ ਵਿਆਹ ਕਰਾਉਣਾ ਚਾਹੁੰਦੇ ਹੋ ਤੇ ਆਪਣੇ ਸਰਕਲ 'ਚ ਇੱਦਾਂ ਦੇ ਬੰਦੇ ਲੈ ਕੇ ਆਓ ਜਿਹਨਾਂ ਦਾ ਆਲਰੇਡੀ ਉਹ ਜਿਹੜੇ ਹੈਪੀ ਮੈਰਿਡ ਕਪਲ ਨੇ, ਬਟ ਉਹ ਤੁਹਾਨੂੰ ਬਹੁਤ ਔਖੇ ਲੱਭਣੇ ਨੇ। ਨਹੀਂ, ਇੱਕ ਤੇ ਤੁਸੀਂ ਲੱਭ ਗਏ ਮੈਨੂੰ, ਤੇ ਉਹ ਵੀ ਮੈਂ ਤੁਹਾਨੂੰ ਦੱਸਦਾ ਜਿਹੜਾ ਹੈਪੀ ਨਹੀਂ ਹੈਗਾ, ਹਨਾ। ਹੁਣ ਕਈ ਜਣੇ ਕਹਿਣਗੇ ਕਿ ਨਹੀਂ ਯਾਰ ਪਤਾ ਨੀ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ, ਤਾਂ ਅੱਜ ਕੱਲ੍ਹ ਨਹੀਂ ਹੁੰਦਾ, ਤੇ ਮੈਂ ਤੁਹਾਨੂੰ ਦੱਸਦਾ ਜੇ ਤੁਸੀਂ ਹੈਪੀ ਨਹੀਂ ਹੈਗੇ ਤੇ ਕਿੱਦਾਂ ਹੈਪੀ ਹੋ ਸਕਦੇ ਹੋ। ਹਾਂਜੀ, ਗੁਰਬਾਣੀ ਹੈ ਨਾ ਜਿਹੜੀ ਭਾਜੀ, ਅਸਲ 'ਚ ਜੋ ਆਪਾਂ ਨੂੰ ਗੁਰੂਆਂ ਨੇ ਦਿੱਤਾ, ਹਾਂਜੀ, ਤੁਸੀਂ ਉਹ ਪੜ੍ਹਨਾ ਸ਼ੁਰੂ ਕਰ ਦਿਓ, ਕਿਤੋਂ ਵੀ ਸ਼ੁਰੂ ਕਰ ਦਿਓ। ਜੇ ਤੁਸੀਂ ਪੜ੍ਹ ਨਹੀਂ ਸਕਦੇ ਤੁਸੀਂ ਸ਼ਬਦ ਸੁਣਨਾ ਹੀ ਸ਼ੁਰੂ ਕਰ ਦਿਓ, ਹਾਂਜੀ, ਰਾਈਟ? ਉਹ ਅਸਲ ਦੇ ਵੇਖੋ, ਅਸੀਂ ਕਿਸੇ ਬੰਦੇ ਤੋਂ, ਹੁਣ ਆਪਾਂ ਗੱਲ ਕਰਦੇ ਪਏ, ਆਪਾਂ ਦੋਵੇਂ ਜਾਣੇ, ਜੇ ਮੈਂ ਆਪਣੀ ਈਗੋ 'ਚ ਰਹਾਂ
ਜਾਂ ਤੁਹਾਨੂੰ ਲੱਗੇ ਕਿ ਨਹੀਂ ਯਾਰ ਇਹ ਬੰਦਾ ਕੁਛ ਜ਼ਿਆਦਾ ਹੀ ਆਈਫਾਈ ਹੈ ਤੇ ਆਪਣੀ ਗੱਲ ਹੋ ਨਹੀਂ ਸਕਦੀ। ਹੁਣ ਆਪਣੀ ਗੱਲ ਤਾਂ ਹੁੰਦੀ ਪਈ ਹੈ ਕਿ ਆਪਾਂ ਇੱਕ ਦੂਜੇ ਨੂੰ ਤਵੱਜੋ ਦੇ ਰਹੇ ਹਾਂ, ਹਨਾ। ਮੈਂ ਪੂਰੇ ਦਿਲ ਦੀਆਂ ਗਹਿਰਾਈਆਂ ਨਾਲ ਤੁਹਾਨੂੰ ਸੁਣ ਰਿਹਾ, ਤੁਸੀਂ ਮੈਨੂੰ ਸੁਣ ਰਹੇ ਹੋ, ਰਾਈਟ, ਤਾਂ ਆਪਣੀ ਗੱਲ ਹੋ ਰਹੀ ਹੈ। ਤੇ ਜੇ ਕੋਈ ਹੋਰ ਵੀ ਸਾਨੂੰ ਸੁਣਦਾ ਪਿਆ ਤੇ ਉਹ ਬਹੁਤ ਧਿਆਨ ਨਾਲ ਸਾਨੂੰ ਸੁਣਦਾ ਪਿਆ ਤਾਂ ਹੀ ਉਹ ਸਾਡੀ ਗੱਲ ਨੂੰ ਸਮਝ ਪਾ ਰਿਹਾ। ਸੋ ਬਿਲਕੁਲ ਆਹੀ ਚੀਜ਼ ਆ ਕਿ ਗੁਰਬਾਣੀ ਹੈ ਨਾ ਜਿਹੜੀ, ਉਹ ਸਾਨੂੰ ਬਿਲਕੁਲ ਜ਼ਮੀਨ ਤੇ ਲੈ ਆਉਂਦੀ ਹੈ। ਜੇ ਅਸੀਂ ਕਿਤੇ ਹਵਾ ਚ ਉੱਡਦੇ ਪਏ ਹਾਂ ਨਾ, ਜ਼ਿਆਦਾ ਹੀ ਆਪਣੇ ਆਪ ਨੂੰ ਕਿਤੇ ਹਾਈਫਾਈ ਸਮਝਦੇ ਹਾਂ, ਤੇ ਜਦੋਂ ਗੁਰਬਾਣੀ ਪੜ੍ਹਦੇ ਹਾਂ ਤੇ ਉਹ ਬਿਲਕੁਲ ਸਾਨੂੰ ਗਰਾਊਂਡ ਤੇ ਲੈ ਕੇ ਆ ਜਾਂਦੀ ਹੈ। ਤੇ ਜਦੋਂ ਅਸੀਂ ਗਰਾਊਂਡ ਤੇ ਆ ਜਾਂਦੇ ਹਾਂ ਨਾ, ਸਾਡੇ ਪੈਰ ਜਦੋਂ ਗਰਾਊਂਡ ਤੇ ਲੱਗ ਜਾਂਦੇ ਆ, ਤੇ ਫੇਰ ਭਾਜੀ ਅਸੀਂ ਹਰ ਬੰਦੇ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਡੀਲ ਕਰ ਸਕਦੇ ਹਾਂ। ਬਹੁਤ ਵਧੀਆ ਤਰੀਕੇ ਨਾਲ, ਜਿੱਦਾਂ ਕਹਿ ਲਓ ਕਿ ਤੁਹਾਨੂੰ ਜਿੱਦਾਂ ਦਾ ਵੀ ਪਾਰਟਨਰ ਚਾਹੀਦਾ ਜਾਂ ਜਿੱਦਾਂ ਦਾ ਵੀ ਤੁਹਾਨੂੰ ਮਿੱਤਰ ਚਾਹੀਦਾ ਆ, ਜਿੱਦਾਂ ਦਾ ਵੀ ਤੁਹਾਡੀ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਨਾ, ਤੁਹਾਨੂੰ ਓਦਾਂ ਦੀ ਮਿਲ ਜਾਣੀ ਹੈ, ਕਿਉਂਕਿ ਤੁਸੀਂ ਉਸ ਚੀਜ਼ ਨੂੰ ਐਕਸੈਪਟ ਕਰ ਲੈਣਾ। ਜਦੋਂ ਤੁਸੀਂ ਐਕਸੈਪਟ ਕਰ ਲਿਆ ਤੇ ਉਹਨੇ ਤੁਹਾਨੂੰ ਐਕਸੈਪਟ ਕਰ ਲੈਣਾ। ਨਹੀਂ ਤਾਂ ਹੁਣ ਮੈਂ ਤੁਹਾਨੂੰ ਕਹਾਂ ਕਿ ਨਹੀਂ ਗਗਨ ਭਾਜੀ ਤੁਹਾਨੂੰ ਆਹ ਵਾਲੀਆਂ ਕੰਡੀਸ਼ਨ ਫੋਲੋ ਕਰਨੀਆਂ ਪੈਣਗੀਆਂ ਤਾਂ ਤੁਹਾਡੀ ਮੇਰੇ ਨਾਲ ਗੱਲ ਹੋ ਸਕਦੀ ਹੈ। ਤੇ ਤੁਸੀਂ ਕਹੋ ਨਹੀਂ ਯਾਰ ਮੈਂ ਕੰਡੀਸ਼ਨ, ਮੈਂ ਅੱਗੇ ਬਹੁਤ ਚੀਜ਼ਾਂ ਹਨਾ ਆ ਕੇ ਦੂਜਿਆਂ ਦੇ ਹਿਸਾਬ ਨਾਲ ਕਰਦਾ, ਮੈਂ ਪਾਗਲ ਥੋੜੀ ਹੈ ਕਿ ਮੈਂ ਹੁਣ ਸਵੇਰ ਦਾ ਕੰਮ ਤੋਂ ਆਇਆ, ਮੈਂ ਰੋਟੀ ਪਾਣੀ ਖਾਣਾ ਇਹ ਕਰਨਾ, ਮੈਂ ਉਹ ਸਾਰਾ ਕੁਛ ਕਰਕੇ ਹੁਣ ਮੈਂ ਉਹ ਵੀ ਛੱਡ ਕੇ ਤੁਹਾਡੇ ਨਾਲ, ਤੁਸੀਂ ਕਹੋਗੇ ਓਕੇ ਭਾਜੀ ਮੈਂ ਖੁਸ਼ ਹਾਂ ਆਪਣੀ ਘਰ, ਤੁਸੀਂ ਆਪਣਾ ਕੰਮ ਕਰੋ। ਐਗਜੈਕਟ ਆਹੀ ਚੀਜ਼ ਹੁੰਦੀ ਹੈ ਜਦੋਂ ਆਪਾਂ ਕਿਸੇ ਦੇ ਨਾਲ ਅਟੈਚ ਨਹੀਂ ਹੋ ਪਾਉਂਦੇ। ਤੇ ਜਿੱਦਣ ਤੁਸੀਂ ਮਤਲਬ ਆਪਣੀ ਪਰਸਨੈਲਿਟੀਜ਼, ਕਿ ਜਦੋਂ ਵੀ ਮੈਂ ਤੁਹਾਡੇ ਨਾਲ ਗੱਲ ਕਰਾਂ ਨਾ ਬਹੁਤ ਜ਼ਿਆਦਾ ਤੁਸੀਂ ਕਾਮ ਹੋ, ਤੇ ਮੈਂ ਥੋੜਾ ਤੁਹਾਡੇ ਬਾਰੇ ਦੱਸਦਾ ਕਿ ਤੁਸੀਂ ਅਮੈਰੀਕਾ ਦੇ ਵਿੱਚ ਹੋ, ਇਸ ਟਾਈਮ ਬਹੁਤ ਸਕਸੈਸਫੁਲ ਬਿਜ਼ਨਸ ਤੁਸੀਂ ਰਨ ਕਰਦੇ ਪਏ ਹੋ। ਇਹ ਵੀ ਨਹੀਂ ਹੈ ਕਿ ਕਿ ਤੁਸੀਂ ਇੰਡੀਆ ਪੱਖੋਂ ਵੀ ਤੁਸੀਂ ਕਿਸੇ ਮਾੜੀ ਫੈਮਿਲੀ 'ਚ ਆਉਂਦੇ ਹੋ, ਤੁਸੀਂ ਇੰਡੀਆ ਦੇ ਵਿੱਚੋਂ ਵੀ ਬੜੀ ਤਗੜੀ ਫੈਮਿਲੀ 'ਚ ਆਉਂਦੇ ਹੋ, ਅਤੇ ਇੱਦਾਂ ਦੇ ਬੰਦੇ ਦੇ ਨਾਲ ਗੱਲ ਕਰਨਾ ਉਹ ਕਿਤੇ ਨਾ ਕਿਤੇ ਨਾ ਈਗੋ ਆ ਜਾਂਦੀ ਹੈ ਬੰਦਿਆਂ ਦੇ ਵਿੱਚ। ਬਟ ਮੈਨੂੰ ਇੱਕ ਪੁਆਇੰਟ ਦੇ ਵਿੱਚ ਵੀ ਸ਼ੁਰੂ ਤੋਂ ਜਦੋਂ ਵੀ ਆਪਾਂ ਗੱਲ ਕੀਤੀ, ਮੈਨੂੰ ਇੱਦਾਂ ਨਹੀਂ ਲੱਗਾ ਕਿ ਇਹ ਬੰਦੇ 'ਚ ਕੋਈ ਨਾ ਕੋਈ ਈਗੋ ਹੋਏਗੀ, ਠੀਕ ਹੈ। ਅਤੇ ਆਈ ਫੀਲ ਲਾਈਕ ਕਿ ਇਹ ਬਾਣੀ ਦਾ ਹੀ ਅਸਰ ਹੈ, ਬਟ ਮੈਂ ਆਪਣੇ ਆਪ 'ਚ ਬੜਾ ਫੀਲ ਕਰਦਾ ਕਿ ਮੇਰੇ 'ਚ ਬਹੁਤ ਟਾਈਮ, ਬਹੁਤ ਜ਼ਿਆਦਾ ਟਾਈਮ ਯੂਜਲੀ ਈਗੋ ਰਹਿੰਦੀ ਮੇਰੇ ਕੋਲ ਕਿ ਮੈਂ ਕਿਸੇ ਨਾਲ ਵੀ ਗੱਲ ਕਰਨੀ ਹੈ, ਮੈਨੂੰ ਹੁੰਦਾ ਕਿ ਆਈ ਅਚੀਵ ਦਿਸ, ਕਿ ਮੈਂ ਇਹ ਚੀਜ਼ ਅਚੀਵ ਕੀਤੀ ਹੈ, ਮੈਂ ਬੜਾ ਪ੍ਰਾਊਡ ਹੋ ਜਾਂਦਾ ਵਾ ਗੱਲ ਕਰਦੇ ਕਰਦੇ। ਜੋ ਬਿਲਕੁਲ ਵੀ ਮੈਨੂੰ ਕਦੀ ਕਦੀ ਬਾਅਦ 'ਚ ਲੱਗਦਾ ਕਿ ਯਾਰ ਆਈ ਵਾਜ਼ ਅ ਡਿਕ ਟੂ ਦੈਟ ਪਰਸਨ, ਕਿ ਮੈਂ ਉਹਦੇ ਨਾਲ ਸਹੀ ਤਰ੍ਹਾਂ ਗੱਲ ਨਹੀਂ ਕੀਤੀ। ਬਟ ਤੁਹਾਡੇ ਜਦੋਂ ਮੈਂ ਦੇਖਦਾ ਨਾ ਕਿ ਜਿੰਨੀ ਕਾਮਨੈਸ ਹੈ ਤੁਹਾਡੇ ਕੋਲ, ਜਾਂ ਜਿਸ ਹਿਸਾਬ ਨਾਲ ਤੁਸੀਂ ਗੱਲ ਕਰਦੇ ਹੋ, ਕਿਸੇ ਨਾਲ ਵੀ ਗੱਲ ਕਰਦੇ ਹੋ, ਕਿਸੇ ਵੀ ਤਰੀਕੇ ਨਾਲ ਕਿਸੇ ਚੀਜ਼ ਨੂੰ ਕਿਸੇ ਨਜ਼ਰੀਏ ਨਾਲ ਦੇਖਦੇ ਹੋ, ਆਈ ਫੀਲ ਲਾਈਕ ਕਿ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਉਹ ਬਾਣੀ ਦੇ ਵਿੱਚੋਂ ਤੁਹਾਨੂੰ ਮਿਲਦਾ, ਜਾਂ ਨੌਲੇਜ ਬਾਣੀ ਦੇ ਵਿੱਚੋਂ ਤੁਹਾਨੂੰ ਮਿਲਦੀ ਹੈ, ਇੱਦਾਂ ਫੀਲ ਕਰਦੇ ਹੋ ਤੁਸੀਂ? ਬਿਲਕੁਲ, ਇਹਦੇ 'ਚ ਇਹ ਬਿਲਕੁਲ ਸੱਚੀ ਗੱਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਤੁਹਾਨੂੰ ਦੱਸਦਾ, ਮੇਰਾ ਇੱਕ ਫਰੈਂਡ ਆ, ਚਲੋ ਮੈਂ ਜ਼ਿਆਦਾ ਨਹੀਂ ਹੁਣ ਕਹਾਂਗਾ, ਜੇ ਉਹ ਸੁਣਦੇ ਵੀ ਹੋਣਗੇ ਤੇ ਉਹਨਾਂ ਨੂੰ ਵੀ ਪਤਾ ਲੱਗੇਗਾ। ਉਹਨਾਂ ਦੀ ਕੰਪਨੀ, ਉਹਨਾਂ ਦਾ ਨੈਟਵਰਕ ਅਰਾਊਂਡ 1.3-1.4 ਮਿਲੀਅਨ ਤੱਕ ਜਾਂਦਾ ਹਰ ਮੰਥ, ਰਾਈਟ, ਹਰ ਮੰਥ ਉਹਨਾਂ ਨੂੰ ਮੰਥ ਦਾ ਉਹਨਾਂ ਦਾ, ਹਾਂਜੀ। ਤੇ ਕੱਲ ਐਕਚੁਅਲੀ ਅਸੀਂ ਉਹਨਾਂ ਦੇ ਘਰ ਹੀ ਸੀ, ਤੇ ਉਹ ਸਾਨੂੰ ਆਪਣੇ ਹੱਥੀ ਹਰ ਚੀਜ਼ ਸਰਵ ਕਰ ਰਹੇ ਸੀਗੇ, ਹਨਾ। ਤੇ ਇਸ 'ਚ ਮੇਰੇ ਨਾਲੋਂ 4 ਸਾਲ ਛੋਟੇ ਨੇ ਉਹ, ਤਕਰੀਬਨ 30-31 ਸਾਲ ਦੀ ਉਮਰ ਹੈ ਉਹਨਾਂ ਦੀ। ਤੇ ਉਹਨਾਂ ਨੂੰ ਜੇ ਤੁਸੀਂ ਮਿਲੋ ਨਾ, ਤੇ ਤੁਸੀਂ ਜੱਜ ਨਹੀਂ ਕਰ ਸਕਦੇ ਕਿ ਇਹ ਬੰਦੇ ਦਾ ਇੰਨਾ ਜ਼ਿਆਦਾ ਬਿਜ਼ਨਸ ਹੈ, ਰਾਈਟ। ਮਤਲਬ ਗੱਲ ਕਰਨ ਦਾ ਤਰੀਕਾ ਜਾਂ ਤੁਹਾਨੂੰ ਮਿਲਣ ਤੋਂ ਬਾਅਦ ਤੁਸੀਂ ਜੱਜ ਹੀ ਨਹੀਂ ਕਰ ਸਕਦੇ ਕਿ ਉਹ ਬੰਦਾ ਵਾਕਈ ਇੰਨਾ ਕੁਛ ਉਹਦੇ ਕੋਲ ਹੈਗਾ, ਹਨਾ। ਤੇ ਮੈਂ ਅਸਲ ਦੇ ਵਿੱਚ ਉਸ ਬੰਦੇ ਤੋਂ ਐਵਰੀ ਸਿੰਗਲ ਟਾਈਮ, ਐਵਰੀ ਸਿੰਗਲ ਸੈਕਿੰਡ ਬੜਾ ਕੁਛ ਸਿੱਖਦਾ। ਮੈਂ ਕੋਸ਼ਿਸ਼ ਕਰਦਾ ਕਿ ਮੈਂ ਉਹਦੇ ਵਰਗਾ ਬਣ ਸਕਾਂ, ਜਾਂ ਮੈਂ ਉਹਦੇ ਤੋਂ ਮੈਕਸੀਮਮ ਚੀਜ਼ਾਂ ਲੈ ਸਕਾਂ, ਹਨਾ। ਹੁਣ ਉਹਨਾਂ ਦੇ ਘਰ ਸਵੇਰੇ 2 ਘੰਟੇ ਨਾਮ ਸਿਮਰਨ ਹੁੰਦਾ, ਸ਼ਾਮੀ ਨਾਮ ਸਿਮਰਨ ਹੁੰਦਾ, ਉਹ ਮੈਕਸੀਮਮ ਜਿੰਨੀਆਂ ਵੀ ਐਕਟੀਵਿਟੀਜ਼ ਹੁੰਦੀਆਂ ਆਪਣੇ ਧਰਮ ਦੀਆਂ, ਆਪਣੀ ਗੁਰਬਾਣੀ ਦੀਆਂ, ਉਹਦੇ ਵਿੱਚ ਉਹ ਪਾਰਟਿਸਪੇਟ ਕਰਦੇ ਆ, ਹਨਾ।
ਤੇ ਮੈਨੂੰ ਕਈ ਵਾਰ ਉਹਨਾਂ ਨੇ ਇਹ ਗੱਲ ਦੱਸੀ ਹੈ, ਕਹਿੰਦੇ ਕਿ ਬਿਜ਼ਨਸ ਕਹਿੰਦੇ ਮੈਂ ਥੋੜੀ ਰਨ ਕਰਦਾ ਇਹ ਤੇ ਪਰਮਾਤਮਾ ਰਨ ਕਰਦਾ, ਵੀ ਮੈਂ ਤੇ ਸਿਰਫ ਉਹਨਾਂ ਦਾ ਥੈਂਕ ਯੂ ਹੀ ਕਰਦਾ ਹਨਾ। ਸੋ ਇਹ ਭਾਜੀ ਇੱਕ ਤੇ ਹੁੰਦਾ ਨਾ ਕਿ ਕਿੱਦਾਂ ਤੁਹਾਨੂੰ ਦੱਸਾਂ ਵੀ ਇੱਕ ਹੁੰਦਾ ਕਿ ਆਪਾਂ ਬਹੁਤ ਜ਼ਿਆਦਾ ਕੋਈ ਚੀਜ਼ ਨੂੰ ਪਿੱਛੇ ਖਿੱਚਦੇ ਪਏ ਹਾਂ ਹਨਾ, ਇੱਕ ਚੀਜ਼ ਆਲਰੇਡੀ ਤੁਹਾਡੇ ਪਿੱਛੇ ਆਈ ਜਾ ਰਹੀ ਹੈ ਜਿੱਥੇ ਜਿੱਥੇ ਤੁਸੀਂ ਜਾ ਰਹੇ ਹੋ ਹਨਾ। ਵੀ ਉਹ ਜਿਵੇਂ ਉਹਦੇ ਚ ਦੱਸਿਆ ਕਿ ਕੋਡੀ ਬਦਲੇ ਰਤਨ ਗਵਾਇਆ, ਗੁਰਬਾਣੀ ਚ ਕਈ ਵਾਰ ਸ਼ਬਦ ਮੈਂ ਆਉਂਦਾ ਮੇਰੇ ਸਾਹਮਣੇ, ਤੁਸੀਂ ਸਮਝਦੇ ਹੋ ਨਾ ਕੋਡੀ ਕੀ ਹੁੰਦਾ ਹਨਾ, ਤੇ ਉਹਦੇ ਬਦਲੇ ਆਪਾਂ ਰਤਨ ਗਵਾ ਰਹੇ ਹਾਂ ਵੀ ਆਪਣੇ ਕੋਲ ਇੰਨੀ ਪਾਵਰ ਹੈ ਨਾ ਕਿ ਉਹ ਜਿਵੇਂ ਕਿਸੇ ਬੰਦੇ ਕੋਲ ਕਹਿੰਦੇ ਆ ਕਿ $10,00,000 ਅਕਾਊਂਟ ਚ ਪਿਆ ਤੇ ਉਹ ਬਿਜ਼ਨਸ ਕਰਦਾ ਪਿਆ ਪੈਸੇ ਹੱਥ ਚ ਫੜ ਕੇ ਬਾਜ਼ਾਰ ਚ, ਕਹਿੰਦਾ ਵੀ ਆ ਜਾਓ ਮੇਰੇ ਨਾਲ ਬਿਜ਼ਨਸ ਕਰ ਲਓ, ਅਕਾਊਂਟ ਚ ਉਹਦੇ $10,00,000 $10,00,000 ਪਏ ਹਨਾ। ਸੋ ਆਪਣੀ ਕਈ ਵਾਰ ਭਾਜੀ ਹਾਲਤ ਆਹ ਹੈ ਆਪਾਂ, ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਇਹਦੇ ਚ ਦੱਸ ਦਵਾਂ, ਸਿਰਫ ਜਿਹੜਾ ਸਾਡਾ ਸਰਕਲ ਹੈ ਨਾ, ਜਿਵੇਂ ਬੜੀਆਂ ਬੁੱਕਸ ਚ ਵੀ ਤੁਸੀਂ ਪੜ੍ਹਿਆ ਹੋਣਾ ਕਿ ਆਪਾਂ ਆਪਣੇ 5 ਕਲੋਜ਼ ਫਰੈਂਡਸ ਦੀ ਐਵਰੇਜ ਹੁੰਦੀ ਹੈ, ਐਵਰੇਜ ਹੁੰਦੀ ਹੈ, ਯੈਸ ਕਰੈਕਟ, ਰਾਈਟ। ਸੋ ਤੁਸੀਂ ਉਹ ਜੇ ਆਪਣੇ ਆਪ ਨੂੰ ਚੇਂਜ ਕਰਨਾ ਚਾਹੁੰਦੇ ਹੋ ਤੇ ਤੁਸੀਂ ਆਪਣੇ ਫਰੈਂਡਸ ਨੂੰ ਦੇਖੋ ਕਿ ਉਹ ਕਿੱਦਾਂ ਦੇ ਨੇ, ਜਾਂ ਆਪਣੀ ਪਰਸਨੈਲਿਟੀ ਜੇ ਤੁਸੀਂ ਨਹੀਂ, ਤੁਹਾਨੂੰ ਲੱਗਦਾ ਕਿ ਯਾਰ ਮੇਰੀ ਪਰਸਨੈਲਿਟੀ ਗੁੱਡ ਨਹੀਂ ਹੈਗੀ ਤੇ ਉਹ ਤੁਹਾਡਾ ਕਸੂਰ ਨਹੀਂ ਹੈ, ਤੁਸੀਂ ਜਿਹਨਾਂ ਦੇ ਵਿੱਚ ਰਹਿੰਦੇ ਹੋ ਨਾ ਤਾਂ ਆ ਤੁਹਾਡੀ ਪਰਸਨੈਲਿਟੀ ਲਾਈਕ ਇੱਦਾਂ, ਮੈਂ ਇਹ ਚੀਜ਼ ਨੂੰ ਸਮਝਦਾ ਹਾਂ ਬਿਲਕੁਲ। ਸੋ ਸਿੱਧੀ ਜੀ ਗੱਲ ਹੈ, ਸਭ ਤੋਂ ਵੱਡੀ ਚੀਜ਼ ਸਾਡੇ ਕੋਲ ਗੁਰਬਾਣੀ ਹੈ, ਮੈਂ ਉਸ ਚੀਜ਼ ਤੋਂ ਪਰੇ ਜਾ ਹੀ ਨਹੀਂ ਸਕਦਾ ਕਿਸੇ ਵੀ ਹਾਲਤ ਚ ਹਨਾ, ਕਿਉਂਕਿ ਮੈਨੂੰ ਹਰ ਚੀਜ਼ ਉਹਦੇ ਥਰੂ ਹੀ ਮਿਲਦੀ ਹੈ, ਮੈਨੂੰ ਪੱਕਾ ਯਕੀਨ ਹੈ ਪਰਮਾਤਮਾ ਤੇ ਗੁਰਬਾਣੀ ਤੇ ਹਨਾ, ਤੇ ਮੈਨੂੰ ਏਦਾਂ ਲੱਗਦਾ ਕਿ ਆਪਾਂ ਜੇ ਉਹਦੇ ਥਰੂ ਜਾਈਏ ਨਾ, ਮਤਲਬ ਉਹਨੂੰ ਮੁੱਖ ਰੱਖੀਏ ਉਸ ਚੀਜ਼ ਨੂੰ ਜਾਂ ਆਪਣੇ ਕਲਚਰ ਨੂੰ, ਤੇ ਬਾਕੀ ਚੀਜ਼ਾਂ ਤੇ ਐਵੇਂ ਪਿੱਛੇ ਆਉਣਗੀਆਂ ਜਿੱਦਾਂ ਚੁੰਮਕ ਲੋਹੇ ਨੂੰ ਖਿੱਚਦੀ ਹੈ ਰਾਈ, ਤੇ ਹੁਣ ਅਸੀਂ ਭੱਜ ਭੱਜ ਕੇ ਫੜਦੇ ਹਾਂ। ਸੋ ਇਹ ਚੀਜ਼ਾਂ ਨੇ ਹਨਾ, ਮੈਨੂੰ ਪਤਾ ਨੀ ਐਗਰੀ ਕਰਨਗੇ ਲੋਕੀ ਸਾਰੇ ਮੇਰੇ ਨਾਲ ਜਾਂ ਤੁਹਾਨੂੰ ਪਤਾ ਨੀ ਕਿੱਦਾਂ ਫੀਲ ਹੋ ਰਿਹਾ, ਬਟ ਮੈਂ ਸਮਝਦਾ ਵਾਂ। ਹੁਣ ਦੇਖੋ ਕੋਈ ਵੀ ਰਿਲੀਜਨ ਹੈ ਨਾ, ਹਾਂਜੀ ਠੀਕ ਹੈ, ਗੁਰਬਾਣੀ ਪੜ੍ਹਨਾ ਇੱਕ ਵਧੀਆ ਚੀਜ਼। ਹੁਣ ਮੈਂ ਨਾ ਥੋੜ੍ਹਾ ਰੈਸ਼ਨਲ ਜਿਹਨੂੰ ਕਹਿੰਦੇ ਸੋਚ ਰੱਖਦਾ, ਥੋੜ੍ਹੀ ਜਿਹੀ ਪ੍ਰੈਕਟੀਕਲ ਸੋਚ ਰੱਖਦਾ ਵਾਂ। ਹੁਣ ਬਾਣੀ ਦੀ ਤੁਸੀਂ ਗੱਲ ਕੀਤੀ, ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਨਾ, ਹੁਣ ਮੇਰੀ ਇਹ ਇੰਟਰਪ੍ਰੀਟੇਸ਼ਨ ਹੈ, ਬਾਣੀ ਪੜ੍ਹਦੇ ਹੋ, ਨਮਾਜ਼ ਪੜ੍ਹਦੇ ਹੋ, ਗੀਤਾ ਪੜ੍ਹਦੇ ਹੋ, ਜਦੋਂ ਉਹ ਤੁਸੀਂ ਪੜ੍ਹਨ ਲੱਗ ਪੈਂਦੇ ਹੋ ਨਾ ਤੁਹਾਡੀ ਲਾਈਫ 'ਚ, ਮੈਨੂੰ ਇਹ ਨਹੀਂ ਲੱਗਦਾ ਕਿ ਉਹ ਐਕਚੁਅਲੀ ਕੋਈ ਰੱਬ ਬੈਠਾ ਹੈ ਤੁਹਾਨੂੰ ਤੁਹਾਡੇ ਤੁਹਾਡੀ ਸਕਸੈਸ ਨੂੰ ਡਿਕਟੇਟ ਕਰਨ ਵਾਸਤੇ। ਮੈਂ ਇੱਦਾਂ ਮੈਂ ਨਹੀਂ ਮੰਨਦਾ ਹੈ। ਮੇਰੀ ਇੰਟਰਪ੍ਰੀਟੇਸ਼ਨ ਕੀ ਹੈ, ਮੇਰੀ ਇੰਟਰਪ੍ਰੀਟੇਸ਼ਨ ਕੀ ਹੈ ਕਿ ਜਦੋਂ ਤੁਸੀਂ ਬਾਣੀ ਪੜ੍ਹਨ ਲੱਗ ਪੈਂਦੇ ਹੋ ਨਾ, ਤੁਹਾਡੀ ਲਾਈਫ ਦੇ ਵਿੱਚ ਨਾ ਇੱਕ ਸਟਰਕਚਰ ਆ ਜਾਂਦਾ, ਠੀਕ ਹੈ, ਸਟਰਕਚਰ ਦੇ ਦਿੱਤਾ। ਹੁਣ ਜਦੋਂ ਧਰਮ ਵੀ ਆਇਆ ਸੀ ਨਾ, ਉਹ ਤੁਹਾਡੀ ਲਾਈਫ ਨੂੰ ਇੱਕ ਸਟਰਕਚਰ ਦੇਣ ਵਾਸਤੇ ਆਇਆ ਸੀ। ਹੁਣ ਜਦੋਂ ਬਾਣੀ ਪੜ੍ਹਨ ਲੱਗ ਪਈ, ਤੁਸੀਂ ਨਾ ਇਹ ਨਹੀਂ ਕਿ ਐਕਚੁਅਲੀ ਰੱਬ ਨੇ ਤੁਹਾਨੂੰ ਪੈਸੇ ਦੇ ਦਿੱਤੇ ਜਾਂ ਰੱਬ ਨੇ ਤੁਹਾਨੂੰ ਪਨਿਸ਼ ਕਰਨਾ, ਤੁਸੀਂ ਬਾਣੀ ਪੜ੍ਹਨ ਤੁਹਾਡੇ ਦਿਮਾਗ 'ਚ ਆਉਣ ਲੱਗ ਪੈਣਾ ਕਿ ਯਾਰ ਹੁਣ ਮੈਂ ਬਾਣੀ ਪੜ੍ਹਨ ਦਿਆ ਵਾ ਨਾ ਕਿ ਮੈਨੂੰ ਕੋਈ ਮਾੜੀ ਚੀਜ਼ ਨਹੀਂ ਮੈਂ ਕਰਨੀ, ਉਹ ਤੁਹਾਡੇ ਦਿਮਾਗ ਦੇ ਵਿੱਚ ਦਿਮਾਗ 'ਚ ਪੈ ਗਿਆ, ਮੈਂ ਮਾੜੀ ਚੀਜ਼ ਨਹੀਂ ਕਰਨੀ, ਮੈਂ ਮਿਹਨਤ ਕਰਨੀ ਹੈ, ਮੈਂ ਕਿਸੇ ਦਾ ਮਾੜਾ ਨਹੀਂ ਕਰਨਾ, ਤੇ ਮੈਂ ਆਈ ਐਮ ਏ ਬਿਗ ਬਿਲੀਵਰ, ਕਰਮ ਦੀ ਗੱਲ ਹੋ ਜੇ ਜਾਂ ਯਿਨ ਐਂਡ ਯੈਂਗ ਦੀ ਗੱਲ ਹੋ ਜੇ, ਯਿਨ ਐਂਡ ਯੈਂਗ ਆਈ ਥਿੰਕ ਇਹ ਏਸ਼ੀਅਨ ਫਿਲੋਸਫੀ ਹੈ ਕੋਈ, ਕਿ ਅਗਰ ਕੋਈ ਚੰਗੀ ਚੀਜ਼ ਹੈ ਨਾ ਉਹਨੂੰ ਬੈਲੈਂਸ ਕਰਨ ਵਾਸਤੇ ਇੱਕ ਮਾੜੀ ਚੀਜ਼ ਵੀ ਹੈ। ਹਾਂਜੀ, ਹੁਣ ਮੈਂ ਕਦੀ ਕਦੀ ਸੋਚਦਾ ਕਿ ਯਾਰ ਜਿੱਦਾਂ ਰਿਲੇਸ਼ਨਸ਼ਿਪ ਦੀ ਗੱਲ ਆਉਂਦੀ ਹੈ, ਰਿਲੇਸ਼ਨਸ਼ਿਪ ਦੇ ਵਿੱਚ ਕਦੀ ਕਦੀ ਮੈਂ ਸਫ਼ਰ ਕਰਦਾ ਵਾਂ, ਕਿਉਂ ਸਫ਼ਰ ਕਰਦਾ ਵਾਂ, ਫਿਰ ਮੈਂ ਉਹਨੂੰ ਲਿੰਕ ਕਰਦਾ, ਮੈਂ ਜਿੰਨੇ ਵੀ ਡਿਸੀਜਨ ਲਏ ਪਹਿਲੋਂ, ਮੈਂ ਬੜੀਆਂ ਫਕਡ ਅਪ ਚੀਜ਼ਾਂ ਕੀਤੀਆਂ ਭਾਜੀ, ਉਹਦਾ ਬੈਲੈਂਸ ਕਰਨ ਲਈ ਮੈਂ ਉਹਦੇ ਥਰੂ ਜਾਂਦਾ ਪਿਆ ਵਾਂ, ਕਿ ਰਿਲੇਸ਼ਨਸ਼ਿਪ ਦੇ ਵਿੱਚ ਸਫ਼ਰ ਕਰਦਾ ਪਿਆ ਵਾਂ। ਕਹਿੰਦੇ ਨੇ ਕਿ ਜਿੰਨੇ ਜ਼ਿਆਦਾ ਪਾਰਟਨਰ ਤੁਹਾਡੇ ਹੋਣ, ਠੀਕ ਹੈ, ਤੁਹਾਡੇ ਮੈਰਿਜ ਦਾ ਜਿੱਦਾਂ ਕਹਿੰਦੇ ਨੇ ਕਿ ਇੱਕ ਅਗਰ ਪਹਿਲਾਂ ਤੁਸੀਂ ਵਿਆਹ ਕਰਾਉਂਦੇ ਹੋ ਤੁਹਾਡੇ ਡਿਵੋਰਸ ਦੇ ਰੇਟ ਨੇ 50%, ਦੂਜਾ ਵਿਆਹ ਕਰਾਉਂਦੇ ਹੋ ਤੁਹਾਡੇ ਡਿਵੋਰਸ ਦੇ ਰੇਟ ਨੇ 69%, ਆਈ ਥਿੰਕ 65% ਸਮਥਿੰਗ, ਫਿਰ ਜਦੋਂ ਤੀਜਾ ਵਿਆਹ ਕਰਾਉਂਦੇ ਹੋ ਤੁਹਾਡੇ ਡਿਵੋਰਸ ਦੇ ਰੇਟ ਨੇ 75%, ਜਿੱਦਾਂ ਜਿੱਦਾਂ ਵਧੀ ਜਾਣਗੇ ਡਿਵੋਰਸ ਦੇ ਪਰਸੈਂਟੇਜ ਵਧੀ ਜਾਂਦੀ ਹੈ। ਹੁਣ ਬੈਕ ਟੂ ਆਵਾਂ ਜਿੱਦਾਂ ਆਪਾਂ ਰਿਲੀਜਨ ਦੀ ਗੱਲ ਕੀਤੀ, ਕਿ ਉਹ ਬੰਦੇ ਦੀ ਪਰਸਨੈਲਿਟੀ ਇੱਦਾਂ ਦੀ ਬਣ ਜਾਂਦੀ ਹੈ ਕਿ ਮੈਂ ਆਊਟ ਆਫ ਦਾ ਵੇ ਨਹੀਂ ਜਾਣਾ, ਕਿ ਮੈਂ ਸ਼ਰਾਬ ਪੀਣ ਲੱਗਾ ਵਾਂ ਯਾਰ, ਮੈਂ ਬਾਣੀ ਪੜ੍ਹਨ ਦਿਆਂ ਮੈਂ ਕੀ ਕਰਨ ਲੱਗਾ ਵਾਂ,
ਉਹ ਸ਼ਰਾਬ ਛੱਡ ਐਗਜੈਕਟਲੀ ਉਹ ਸ਼ਰਾਬ ਨਹੀਂ ਪੀਂਦਾ ਹੁਣ ਇਹ ਰੱਬ ਦਾ ਰਿਵਾਰਡ ਨਹੀਂ ਇਹ ਤੁਹਾਡੇ ਡਿਸਿਪਲਿਨ ਦਾ ਰਿਵਾਰਡ ਹੈ ਕਿ ਸ਼ਰਾਬ ਤੁਸੀਂ ਨਹੀਂ ਪੀਣੀ ਤੁਹਾਡੀ ਮੱਤ ਸਿੱਧੀ ਰਹਿਣੀ ਹੈ ਠੀਕ ਹੈ ਤੁਸੀਂ ਅਡਲਟਰੀ ਕਮਿਟ ਕਰਨ ਲੱਗੇ ਹੋ ਤੁਸੀਂ ਕੁਛ ਮਾੜਾ ਕਰਨ ਲੱਗੇ ਹੋ ਠੀਕ ਹੈ ਆਪਾਂ ਨੂੰ ਕਸ਼ਹਿਰਾ ਦਿੱਤਾ ਗਿਆ ਸੀ ਇਸੇ ਚੀਜ਼ ਕਰ ਲਓ ਕਿ ਤੁਸੀਂ ਉਹ ਚੀਜ਼ ਤੁਹਾਡੀ ਤੁਸੀਂ ਲੈਣ ਤੇ ਰਵੋ ਜੇ ਤੁਸੀਂ ਆਟੋਮੈਟਿਕਲੀ ਬਾਣੀ ਪੜਨ ਲੱਗ ਪਏ ਨਾ ਤੁਸੀਂ ਕੋਈ ਮਾੜਾ ਕਰਨ ਲੱਗੇ ਤੁਸੀਂ ਕਹਿਣਾ ਨਹੀਂ ਨਹੀਂ ਇਹ ਨਹੀਂ ਕਰਨਾ ਕਿਉਂਕਿ ਜਿਹੜਾ ਬੰਦਾ ਹੈ ਨਾ ਉਹ ਬੜਾ ਮੂਰਖ ਹੈ ਕਹਿੰਦੇ ਨੇ ਬੰਦੇ ਦੇ ਦੋ ਦਿਮਾਗ ਨੇ ਉੱਪਰ ਦੇ ਥੱਲੇ ਜਦੋਂ ਥੱਲੇ ਵਾਲਾ ਕੰਮ ਕਰਦਾ ਉੱਪਰ ਵਾਲਾ ਬੰਦ ਹੋ ਜਾਂਦਾ ਦਿਮਾਗ ਉਹ ਚੀਜ਼ ਦੇ ਵਿੱਚ ਬੰਦਾ ਬਹੁਤ ਗਲਤ ਡਿਸੀਜਨ ਲੈ ਲੈਂਦਾ ਠੀਕ ਹੈ ਜਦੋਂ ਬਾਣੀ ਪੜਨ ਲੱਗ ਪਏ ਨਾ ਤੁਸੀਂ ਕਹਿਣਾ ਕਿ ਯਾਰ ਦੋ ਦੀ ਮੈਂ ਸੁਣਨੀ ਨਹੀਂ ਥੱਲੇ ਵਾਲੇ ਦਿਮਾਗ ਦੀ ਠੀਕ ਹੈ ਉਹ ਵੀ ਤੁਹਾਡੀ ਇੱਕ ਸਟਰਕਚਰ ਦਾ ਉਹ ਵੀ ਉਪਜ ਆ ਉਧਰ ਤੁਸੀਂ ਨਹੀਂ ਗਏ ਫਿਰ ਜਦੋਂ ਤੁਸੀਂ ਗੱਲ ਕੀਤੀ ਤੁਹਾਡਾ ਆਪਣੇ ਫਰੈਂਡ ਦੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਬਾਣੀ ਪੜ੍ਹਦੀ ਹੈ ਉਹਨਾਂ ਨੇ ਆਪਣੀ ਲਾਈਫ ਨੂੰ ਇੰਨਾ ਜ਼ਿਆਦਾ ਡਿਸਿਪਲਿਨ ਕਰ ਲਿਆ ਹਾਰਡਵਰਕ ਕੀਤਾ ਠੀਕ ਹੈ ਬਾਣੀ ਦੇ ਜੋ ਰੂਲਸ ਨੇ ਉਹ ਸਿਰਫ ਉਹਨਾਂ ਨੇ ਰੂਲਸ ਫੋਲੋ ਕੀਤੇ ਤੇ ਆਟੋਮੈਟਿਕ ਕਿਉਂਕਿ ਬਾਣੀ ਜਾਂ ਨਮਾਜ਼ ਗੀਤਾ ਉਹ ਜਿਹੜੇ ਰੂਲਸ ਨੇ ਨਾ ਉਹ ਤੁਸੀਂ ਆਪਣੀ ਲਾਈਫ 'ਚ ਅਪਲਾਈ ਕਰੋ ਟਰਸਟ ਮੀ ਦੇਰ ਇਜ਼ ਨੋਬਡੀ ਸਿਟਿੰਗ ਔਨ ਦ ਟੌਪ ਯਾ ਉਹ ਦੇਖੋ ਉਹ ਉਹ ਬਿਲਕੁਲ ਗੱਲ ਵਾਕਈ ਸਹੀ ਹੈ ਹੁਣ ਦੇਖੋ ਇੱਕ ਛੋਟਾ ਜਿਹਾ ਐਗਜ਼ਾਮਪਲ ਹੀ ਲੈ ਲੈਂਦੇ ਹਾਂ ਆਪਾਂ ਹੁਣ ਅੱਜ ਮੈਂ ਸਵੇਰੇ ਘਰੋਂ ਨਿਕਲਿਆ ਰਾਈਟ ਹੁਣ ਮੈਂ ਘਰੋਂ ਨਿਕਲਿਆ ਮੈਂ ਗੱਡੀ ਸਹੀ ਡਰਾਈਵ ਹੀ ਨਹੀਂ ਕਰ ਰਿਹਾ ਕੋਈ ਰੂਲ ਫੋਲੋ ਨਹੀਂ ਕਰ ਰਿਹਾ ਰੈਡ ਲਾਈਟ ਜੰਪ ਕਰੀ ਜਾ ਰਿਹਾ ਕੋਈ ਕਿਸੇ ਦੇਖ ਨਹੀਂ ਰਿਹਾ ਓਵਰ ਸਪੀਡ ਤੇ ਗੱਡੀ ਚਲਾ ਰਿਹਾ ਹੁਣ ਤੁਹਾਨੂੰ ਪਤਾ ਕਿੰਨੇ ਚਾਂਸ ਵੱਧ ਗਏ ਆ ਹੁਣ ਮੈਨੂੰ ਨੁਕਸਾਨ ਹੋਣ ਦੇ ਮੰਨਦੇ ਹੋ ਨਾ ਤੁਸੀਂ ਇਸ ਗੱਲ ਨੂੰ ਹੁਣ ਮੈਨੂੰ ਪਤਾ ਹੀ ਨਹੀਂ ਹੈਗਾ ਕਿ ਰੈਡ ਲਾਈਟ ਕੀ ਹੈ ਗ੍ਰੀਨ ਲਾਈਟ ਕੀ ਹੈ ਮੈਨੂੰ ਪਤਾ ਹੀ ਨਹੀਂ ਆ ਇਸ ਰੋਡ ਦੇ ਉੱਤੇ ਸਪੀਡ ਲਿਮਿਟ ਕਿੰਨੀ ਹੈ ਮੈਨੂੰ ਪਤਾ ਹੀ ਨਹੀਂ ਅੱਗੇ ਸਕੂਲ ਜ਼ੋਨ ਆ ਰਿਹਾ ਜਾਂ ਕਿਹੜਾ ਜ਼ੋਨ ਆ ਰਿਹਾ ਤੇ ਕੀ ਹੋਇਆ ਜੀ ਮੈਨੂੰ ਨੁਕਸਾਨ ਹੋ ਗਿਆ ਕੋਈ ਟਿਕਟ ਲੱਗ ਗਈ ਜਾਂ ਮੇਰਾ ਐਕਸੀਡੈਂਟ ਹੋ ਗਿਆ ਕੁਛ ਵੀ ਮੈਨੂੰ ਨੁਕਸਾਨ ਹੋ ਗਿਆ ਤੇ ਮੈਂ ਰੋ ਰਿਹਾ ਕਿ ਯਾਰ ਅੱਜ ਮੇਰੇ ਨਾਲ ਇੱਦਾਂ ਕਿਉਂ ਹੋਇਆ ਮੈਂ ਹੀ ਕਿਉਂ ਮੈਂ ਚੀਕਾਂ ਮਾਰੀ ਜਾ ਰਿਹਾ ਮੈਂ ਜੇਲ੍ਹ 'ਚ ਬੈਠਾ ਰੋਈ ਜਾ ਰਿਹਾ ਮੇਰੇ ਨਾਲ ਕਿਉਂ ਹੁਣ ਕੀ ਹੋਇਆ ਕਿ ਚਲੋ ਜੀ ਮੈਨੂੰ 5 ਦਿਨ ਦੀ ਜੇਲ੍ਹ ਹੋਈ 10,000 ਜੁਰਮਾਨਾ ਹੋਇਆ ਸਭ ਪੇ ਪੂ ਕਰਕੇ ਮੈਂ ਘਰ ਆਇਆ ਮੈਨੂੰ ਤੁਹਾਡੇ ਵਰਗਾ ਬੰਦਾ ਮਿਲਿਆ ਯਾਰ ਤੂੰ ਆਹ ਬੁੱਕ ਪੜ੍ਹ ਜਾਂ ਤੂੰ ਮੇਰੇ ਨਾਲ ਗੱਡੀ 'ਚ ਬਹਿ ਮੈਂ ਤੈਨੂੰ ਦੱਸਦਾ ਗੱਡੀ ਕਿੱਦਾਂ ਚਲਾਈਦੀ ਹੈ ਆਹ ਰੈੱਡ ਲਾਈਟ ਹੁੰਦੀ ਹੈ ਆਹ ਗ੍ਰੀਨ ਲਾਈਟ ਹੁੰਦੀ ਹੈ ਆਹ ਜ਼ੋਨ ਆਇਆ ਇੱਥੇ ਸਪੀਡ ਲਿਮਿਟ ਇੰਨੀ ਹੁੰਦੀ ਆ ਆਹ ਰੋਡ ਦੀ ਸਪੀਡ ਲਿਮਿਟ ਇੰਨੀ ਹੈ ਇੱਦਾਂ ਬ੍ਰੇਕ ਵੱਜਦੀ ਹੈ ਇੱਦਾਂ ਰੇਸ ਚੱਲਦੀ ਹੈ ਆਹ ਐਵੇਂ ਚੱਲਦੀ ਹੈ ਮੈਂ ਨੈਕਸਟ ਟਾਈਮ ਦੁਬਾਰਾ ਗੱਡੀ ਚਲਾਉਣੀ ਸ਼ੁਰੂ ਕੀਤੀ ਬੜਾ ਵਧੀਆ ਮੈਨੂੰ 10 ਸਾਲ ਹੋ ਗਏ ਕਦੀ ਟਿਕਟ ਨਹੀਂ ਮਿਲੀ ਤੁਸੀਂ ਮੇਰੇ ਵਾਸਤੇ ਕੀ ਹੋ ਦੱਸੋ ਬਿਲਕੁਲ ਰੱਬ ਹੋ ਜਾਂ ਪਰਮਾਤਮਾ ਹੋ ਜਾਂ ਮੇਰੇ ਵਾਸਤੇ ਕੀ ਹੋ ਮੈਨੂੰ ਬਚਾ ਲਿਆ ਤੁਸੀਂ ਰਾਈਟ ਮੈਂ ਤਾਂ ਮਰਨ ਲੱਗਾ ਸੀਗਾ ਲਾਸਟ ਟਾਈਮ ਜੇ ਮੈਨੂੰ ਕੋਈ ਨਾ ਦੱਸਦਾ ਤੇ ਨੈਕਸਟ ਟਾਈਮ ਮੈਂ ਉਸ ਤੋਂ ਵੀ ਜ਼ਿਆਦਾ ਹੋ ਸਕਦਾ ਗਲਤੀ ਕਰਨੀ ਸੀ ਰਾਈਟ ਸੋ ਆਹ ਚੀਜ਼ ਹੈ ਗੁਰਬਾਣੀ ਹੁਣ ਕਿਸੇ ਨੂੰ ਜੇ ਗਲਤ ਲੱਗੇ ਤੇ ਮੈਂ ਮਾਫ਼ੀ ਮੰਗਦਾ ਆ ਜਿਹੜੀ ਗੱਲ ਤੁਸੀਂ ਕਹੀ ਮੈਂ ਐਗਰੀ ਕਰਦਾ ਤੁਹਾਡੇ ਨਾਲ ਕੋਈ ਜਿਵੇਂ ਫਿਲਮਾਂ ਚ ਦਿਖਾਉਂਦੇ ਆ ਨਾ ਕਿ ਉੱਤੇ ਸ਼ਕਤੀ ਬੈਠੀ ਆ ਉਹ ਪਾਵਰ ਦਿੰਦੀ ਆ ਏਦਾਂ ਦਾ ਕੁਛ ਨੀ ਸ਼ਕਤੀ ਆਪਣੇ ਅੰਦਰ ਹੀ ਆ ਸਾਰਾ ਨੇ ਸਿੱਖੀਜ਼ਮ ਸਾਰਾ ਕੁਛ ਆਪਾਂ ਹੀ ਆ ਸਿੱਖੀਜ਼ਮ ਮੈਨੂੰ ਇਸੇ ਲਈ ਹੀ ਵਧੀਆ ਲੱਗਦਾ ਕਿਉਂਕਿ ਬੜਾ ਪ੍ਰੈਕਟੀਕਲ ਹੈ ਕੁਛ ਬਾਬੇ ਕਹਿ ਲਈਏ ਜਾਂ ਪਾਠ ਸਿੰਘ ਜੋ ਇਹਨੂੰ ਗਲਤ ਤਰੀਕੇ ਨਾਲ ਇੰਟਰਪ੍ਰੀਟੇਸ਼ਨ ਕਰਦੇ ਨੇ ਨਾ ਚਲੋ ਮੈਂ ਤੇ ਸਿੱਖ ਉਹ ਕਹਿ ਲਈਏ ਨਾ ਪ੍ਰੋਪਰ ਸਿੱਖ ਜਿਹਨੂੰ ਕਹਿੰਦੇ ਆ ਉਹ ਤੇ ਨਹੀਂ ਬਟ ਜਿੰਨੀ ਵਾਰੀ ਮੈਂ ਸਮਝ ਸਿੱਖ ਸੌਰੀ ਪ੍ਰੋਪਰ ਜਾਂ ਨੋਨ ਪ੍ਰੋਪਰ ਜਿੱਦਾਂ ਵੀ ਹੈ ਨਾ ਕੋਈ ਨਹੀਂ ਹੁੰਦਾ ਭਾਜੀ ਤੁਸੀਂ ਇਹ ਨਾ ਸਮਝੋ ਕਿ ਤੁਸੀਂ ਜੇ ਇਸ ਰੂਪ ਚ ਨਹੀਂ ਹੈਗੇ ਤਾਂ ਤੁਸੀਂ ਸਿੱਖ ਨਹੀਂ ਹੋ ਹਨਾ ਮੈਂ ਇਸ ਚੀਜ਼ ਨੂੰ ਮੈਂ ਵੀ ਨਹੀਂ ਮੰਨਦਾ ਹਨਾ ਜਾਂ ਜਿੱਦਾਂ ਤੁਸੀਂ ਕਿਹਾ ਕਿ ਕਈ ਬਾਬੇ ਇੱਦਾਂ ਉੱਦਾਂ ਉਹਨਾਂ ਦਾ ਵੀ ਮੈਂ ਕਸੂਰ ਨਹੀਂ ਮੰਨਦਾ ਹੁਣ ਕਈ ਵਾਰ ਇੱਦਾਂ ਹੁੰਦਾ ਨਾ ਕਿ ਆਪਾਂ ਕਿਸੇ ਨੇ ਨਾ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਚਿੱਠੀ ਦਿੱਤੀ ਕਿ ਮੈਂ ਚੱਲਾਂ 1 ਸਾਲ ਨਹੀਂ ਕਿਤੇ ਤੇ ਆਹ ਚਿੱਠੀ ਦੇ ਵਿੱਚ ਨਾ ਸਾਰਾ ਕੁਛ ਲਿਖਿਆ ਕਿੱਦਾਂ ਤੂੰ ਜ਼ਮੀਨ ਨੂੰ ਬੱਤਰ ਕਰਨਾ ਕਿੱਦਾਂ ਤੂੰ ਵਿੱਚ ਬੀ ਪਾਉਣੇ ਆ ਕਿੱਦਾਂ ਕਿੰਨੇ ਟਾਈਮ ਤੇ ਪਾਣੀ ਲਾਉਣਾ ਕਿੰਨੇ ਟਾਈਮ ਤੇ ਉਹਨੂੰ ਕੱਟਣਾ ਰਾਈਟ ਤੇ ਕਿੰਨੇ ਟਾਈਮ ਤੇ ਉਹਨੂੰ ਮਤਲਬ ਫਿਰ ਉਹਨੂੰ ਸੰਭਾਲਣਾ ਕਿੱਦਾਂ ਕਰਕੇ ਉਨੇ ਚਿਰ ਤੱਕ ਮੈਂ ਆ ਜਾਵਾਂਗਾ ਤੇ ਆਹ ਫਸਲਾਂ ਤੂੰ ਬੀ ਕੇ ਬੋਝ ਕੇ ਸਾਰੇ ਸੰਭਾਲ ਲਈ ਫਿਰ ਮੈਂ ਆਉਂਦਾ ਤੇ ਉਹ ਹੁਣ ਪੁੱਤਰ ਕੀ ਕਰੇ ਕਿ ਉਹਨੂੰ ਚਿੱਠੀ ਨੂੰ ਇੱਕ ਵਧੀਆ ਜਗ੍ਹਾ ਤੇ ਰੱਖ ਕੇ ਮੱਥਾ ਟੇਕੇ ਉੱਤੇ ਉਹਦੇ ਸਾਰਾ ਕੁਛ ਕਰੀ ਜਾਵੇ
ਤੇ ਸਾਲ ਬਾਅਦ ਉਹਦੇ ਪਿਤਾ ਜੀ ਆ ਕੇ ਕਹਿੰਦੇ ਵੀ ਫਸਲ ਕਿੱਥੇ ਹੈ। ਉਹ ਪਿਤਾ ਜੀ ਮੈਨੂੰ ਤੇ ਮੈਂ ਤੇ ਬੜਾ ਸਤਿਕਾਰ ਕੀਤਾ ਚਿੱਠੀ ਦਾ ਹਨਾ, ਸੋਰੀ ਵੀ ਮੈਨੂੰ ਤੇ ਨਹੀਂ ਪਤਾ। ਉਹ ਕਹਿੰਦੇ ਇਹਨੂੰ ਖੋਲ ਕੇ ਕਦੀ ਪੜ ਕੇ ਸਮਝਿਆ ਨਹੀਂ, ਮੈਨੂੰ ਤਾਂ ਲੱਗਾ ਤੁਸੀਂ ਇਹ ਮੇਰੇ ਵਾਸਤੇ ਮੇਰੇ ਜੀਵਨ ਦਾ ਮੰਤਰ ਦੇ ਕੇ ਗਏ ਹੋ, ਰਾਈਟ। ਆਮ ਸੋਰੀ, ਮੇਰੀ ਗੱਲ ਦਾ ਮਤਲਬ ਪਤਾ ਨਹੀਂ ਕਿੱਧਰ ਨੂੰ ਨਾ ਚਲੇ ਜਾਏ, ਪਰਫੈਕਟ ਐਗਜ਼ਾਮਪਲ ਹੈ ਹਾਂਜੀ। ਬਟ ਹੁਣ ਤੁਸੀਂ ਸਟਾਰਟਿੰਗ ਚ ਹੀ ਪੜ੍ਹੋ ਨਾ, ਸਿਰਫ ਪਹਿਲਾ ਅੰਗ ਹੀ ਪੜ੍ਹ ਲਓ ਜਾਂ ਕਿਤੋਂ ਵੀ ਤੁਸੀਂ ਗੁਰਬਾਣੀ ਪੜ੍ਹ ਲਓ ਨਾ, ਕਿਤੋਂ ਵੀ ਪੜ੍ਹ ਲਓ, ਤੁਸੀਂ ਉਹਨੂੰ ਸਮਝ ਗਏ ਨਾ, ਤੁਸੀਂ ਇੱਕ ਲਾਈਨ ਹੀ ਸਮਝ ਗਏ, ਇੱਕ ਤੋਕੀ ਸਮਝ ਗਏ ਨਾ, ਤੁਹਾਡੀ ਸਾਰੀ ਜ਼ਿੰਦਗੀ ਬਦਲ ਜਾਣੀ ਹੈ, ਇਹ ਗਰੰਟੀ ਹੈ। ਪਰ ਤੁਸੀਂ ਸਾਰੀ ਉਮਰ ਜੇ ਉਹਨੂੰ ਪੜ੍ਹਨਾ ਨੀ, ਉਹਨੂੰ ਸਮਝਣਾ ਨੀ, ਤੇ ਫਿਰ ਤੁਸੀਂ ਚਾਹੇ, ਮੈਂ ਕਹਿਣਾ ਨੀ ਚਾਹੁੰਦਾ ਜੋ ਮਰਜ਼ੀ ਕਰੀ ਜਾਓ, ਕੋਈ ਫਾਇਦਾ ਹੋਣਾ ਹੀ। ਸੋ ਇਸ ਵਾਸਤੇ ਭਾਜੀ ਸਰੂਪ ਹੈ ਨਾ, ਉਹ ਇੱਕ ਨਿਸ਼ਾਨੀ ਹੈ। ਜੇ ਤੁਸੀਂ ਏਦਾਂ ਸਰੂਪ ਬਣਾ ਕੇ ਰੱਖਦੇ ਹੋ ਜਾਂ ਹੋਰ ਜਿੱਦਾਂ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ, ਉਹਦਾ ਮਤਲਬ ਸਿਰਫ ਇਹ ਹੈ ਕਿ ਤੁਸੀਂ ਦੂਰੋਂ ਪਛਾਣੇ ਜਾਓਗੇ। ਤੁਹਾਨੂੰ ਕਹਿਣ ਦੀ ਲੋੜ ਨੀ ਕਿ ਮੈਂ ਵੀ ਪੰਜਾਬੀ ਪਰਿਵਾਰ ਚੋਂ ਹਾਂ ਜਾਂ ਮੈਂ ਵੀ ਸਿੱਖ ਹਾਂ, ਤੁਹਾਨੂੰ ਕਹਿਣ ਦੀ ਲੋੜ ਨੀ, ਰਾਈਟ। ਬਟ ਹੁਣ ਜੇ ਮੰਨ ਲਓ ਤੁਹਾਡੇ ਵਿਚਾਰ ਬਹੁਤ ਟੌਪ ਦੇ ਨੇ, ਫਿਰ ਸਿਰਫ ਇੰਨਾ ਹੈ ਕਿ ਤੁਹਾਨੂੰ ਬੋਲ ਕੇ ਮੇਰੇ ਨਾਲ ਗੱਲ ਕਰਨੀ ਪਏਗੀ, ਫਿਰ ਮੈਂ ਸਮਝ ਪਾਵਾਂਗਾ ਕਿ ਇਹ ਯਾਰ ਮੇਰੇ ਤੋਂ ਵੀ ਵੱਡਾ ਸਿੱਖ ਹੈ ਜਾਂ ਮੇਰੇ ਤੋਂ ਵੀ ਜ਼ਿਆਦਾ ਗੁਰਬਾਣੀ ਨੂੰ ਫੋਲੋ ਕਰਦਾ। ਹੁਣ ਜੇ ਤੁਸੀਂ ਪੂਰੇ ਸਰੂਪ ਚੋਂ ਨਾ, ਤੇ ਮੈਨੂੰ ਹੋ ਸਕਦਾ ਟਾਈਮ ਘੱਟ ਲੱਗੇ, ਮੈਂ ਭੀੜ ਚ ਤੁਹਾਨੂੰ ਇੱਕ ਸੈਕਿੰਡ ਚ ਪਛਾਣ ਲਵਾਂਗਾ ਕਿ ਉਹ ਗੁਰੂ ਦਾ ਸਿੱਖ ਜਾ ਰਿਹਾ। ਸਿਰਫ ਆਹੀ ਚੀਜ਼ ਹੈ ਮੇਰੇ ਅਨੁਸਾਰ, ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਮਾਫ਼ੀ ਮੰਗਦਾ ਇੱਦਾਂ ਦੀਆਂ ਗੱਲਾਂ ਕਈ ਵਾਰ ਆਪਾਂ ਖੁੱਲ ਕੇ ਨਹੀਂ ਕਰ ਸਕਦੇ ਹੁੰਦੇ ਨਾ, ਕਿਉਂਕਿ ਅੱਜ ਕੱਲ੍ਹ ਕੰਟਰੋਵਰਸ਼ੀਅਲ ਬਹੁਤ ਜ਼ਿਆਦਾ ਹੋ ਜਾਂਦਾ ਇੱਦਾਂ। ਪਰ ਮੈਨੂੰ ਇਹ ਸੱਚਾਈ ਲੱਗਦੀ ਹੈ ਕਿ ਹੁਣ ਜੇ ਅਮੈਰੀਕਾ ਦੇ ਵਿੱਚ ਸਿੱਖ ਕਮਿਊਨਿਟੀ ਬਹੁਤ ਘੱਟ ਹੈ ਜਾਂ ਮੀਡੀਆ ਦੇ ਵਿੱਚ ਨਹੀਂ ਜ਼ਿਆਦਾ ਦਿਖਾਈ ਜਾਂਦੀ? ਆਈ ਡੋਂਟ ਨੋ ਕਿ ਸਿੱਖ ਕਮਿਊਨਿਟੀ ਮੈਨੂੰ ਜਿੱਥੋਂ ਤੱਕ ਲੱਗਦਾ ਹੈਗੀ ਹੈ, ਅਮੈਰੀਕਾ ਚ ਵੀ ਕਾਫੀ ਹੈ, ਬਟ ਕੈਨੇਡਾ ਦੇ ਵਿੱਚ ਥੋੜੀ ਹਾਈਲਾਈਟ ਤਾਂ ਹੋ ਜਾਂਦੀ ਹੈ। ਉਹੀ ਗੱਲ ਹੈ ਕਿ ਕੰਟਰੋਵਰਸ਼ਲ ਹੁਣ ਉਦਾਹਰਣ ਦੇ ਵਜੀ ਮੈਂ ਤੁਹਾਨੂੰ ਦੱਸਾਂ, ਸਿੱਧੂ ਮੂਸੇਵਾਲਾ ਜਿੱਦਣ ਤੱਕ ਇਸ ਦੁਨੀਆਂ ਤੇ ਸੀਗਾ ਉਦਣ ਤੱਕ ਉਹਦੇ ਫੋਲੋਅਰ ਘੱਟ ਸੀ, ਜਿੱਦਣ ਉਹ ਚਲਾ ਗਿਆ ਥੋੜੇ ਟਾਈਮ ਚ ਉਹ 4 ਗੁਣਾ ਜ਼ਿਆਦਾ ਹੋ ਗਏ, ਰਾਈਟ। ਸੋ ਗੱਲ ਕੁਛ ਥੋੜੀ ਜਿਹੀ ਇੱਦਾਂ ਦੀ ਹੈ ਕਿ ਜਦੋਂ ਆਪਾਂ ਗਲਤ ਚੀਜ਼ਾਂ ਕਰਕੇ ਹਾਈਲਾਈਟ ਹੁੰਦੇ ਹਾਂ ਨਾ, ਤੇ ਉਹਦਾ ਆਪਾਂ ਨੂੰ ਲੱਗਦਾ ਕਿ ਇੰਨੇ ਬੰਦੇ ਉੱਥੇ ਜ਼ਿਆਦਾ ਨੇ। ਬਟ ਮੈਨੂੰ ਜਿੱਦਾਂ ਲੱਗਦਾ ਕਿ ਸਿੱਖ ਕਮਿਊਨਿਟੀ, ਵੈਸੇ ਤੁਸੀਂ ਕਿਹਨੂੰ ਕਹਿੰਦੇ ਹੋ ਕਿ ਆਪਣੇ ਆਪਣੇ ਜਿੱਦਾਂ ਪੰਜਾਬੀ ਕਹਿ ਲਈਏ, ਜਿੱਦਾਂ ਹੁਣ ਕੈਨੇਡਾ ਦੇ ਸਰੂਪ ਵਾਲੇ ਪੰਜਾਬੀ ਜਾਂ ਉਦਾਂ ਉਦਾਂ ਹੀ ਨੋਰਮਲ ਪੰਜਾਬੀ ਪੰਜਾਬੀ ਸਰੂਪ ਵਾਲੇ ਹੋਣ ਜਾਂ ਮੇਰੇ ਵਰਗੇ ਹੋਣ ਮੋਨੇ ਕੋਨੇ, ਉਹਦੀ ਜਿੱਦਾਂ ਹੁਣ ਬ੍ਰੈਮਟਨ ਹੋ ਗਿਆ, ਬ੍ਰੈਮਟਨ ਇੱਕ ਗੜ੍ਹ ਕਿਹਾ ਜਾਂਦਾ ਕੈਨੇਡਾ ਦੇ ਵਿੱਚ, ਠੀਕ ਹੈ। ਇੱਦਾਂ ਦੇ ਏਰੀਏਜ਼ ਨੇ ਕਿ ਆਪਾਂ ਨੂੰ ਪਤਾ ਕਿ ਇੱਥੇ ਜ਼ਿਆਦਾਤਰ ਪੰਜਾਬੀ ਕਮਿਊਨਿਟੀ ਦਾ ਗੜ੍ਹ ਆ, ਅਤੇ ਉਹੀ ਮੈਂ ਜਾਣਨਾ ਚਾਹੁੰਦਾ ਕਿ ਅਮੈਰੀਕਾ ਦੇ ਵਿੱਚ ਵੀ ਇੱਦਾਂ ਕੁਛ ਏਰੀਆਜ਼ ਨੇ ਜਾਂ ਇੰਨਾ ਪੰਜਾਬੀਆਂ ਦਾ ਦਬਦਬਾ ਹੈ ਉੱਥੇ, ਜਾਂ ਆਪਾਂ ਬਹੁਤ ਖਿਲਰੇ ਪੁਲਰੇ ਜਿਹੇ ਹਾਂ ਅਮੈਰੀਕਾ ਦੇ ਵਿੱਚ? ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਕਰਕੇ ਜਿਹੜਾ ਇੱਕ ਸ਼ਹਿਰ ਹੈਗਾ ਨਾ, ਹਾਂਜੀ, ਮੈਂ ਵੈਸੇ ਮੈਨੂੰ ਬਹੁਤ ਜ਼ਿਆਦਾ ਪਤਾ ਨਹੀਂ, ਮੈਂ ਉਦਾਂ ਹੀ ਜਿੱਦਾਂ ਕੰਪਿਊਟਰ ਤੇ ਉਹਦੇ ਤੇ ਦੇਖ ਆਪਣੇ ਯੂਟਿਊਬ ਤੇ ਵੀਡੀਓਜ਼ ਵਗੈਰਾ ਦੇਖਦੇ ਹਾਂ, ਕੁਛ ਇੱਕ ਅੱਧੇ ਸਾਡੇ ਮਿੱਤਰ ਸੱਜਣ ਨੇ ਕੈਲੀਫੋਰਨੀਆ ਤੋਂ, ਉਹਨਾਂ ਤੋਂ ਸੁਣਿਆ ਕਿ ਉੱਥੇ ਯੂਬਾ ਸਿਟੀ ਹੈ ਜਿਹੜੀ, ਸ਼ਾਇਦ ਉਹ ਬਹੁਤ ਜ਼ਿਆਦਾ ਪੰਜਾਬੀਆਂ ਦੀ ਹੈ, ਹਾਂਜੀ, ਯੂਬਾ ਸਿਟੀ ਕਰਕੇ ਆ ਕੈਲੀਫੋਰਨੀਆ 'ਚ। ਤੇ ਅਮੈਰੀਕਾ ਥੋੜਾ ਜ਼ਿਆਦਾ ਵੱਡਾ ਹੋਣ ਕਰਕੇ ਮੈਨੂੰ ਇੱਦਾਂ ਲੱਗਦਾ ਕਿ ਪੰਜਾਬੀ ਇੱਥੇ ਵੀ ਬਹੁਤ ਜ਼ਿਆਦਾ ਨੇ, ਇਕੱਠੇ ਹੋ ਸਕਦਾ ਕਿਤੇ ਬਹੁਤ ਰੇਅਰ ਹੈ, ਕੈਲੀਫੋਰਨੀਆ ਚ ਹੋਏਗਾ ਕੋਈ ਇੱਦਾਂ ਦਾ ਸ਼ਹਿਰ ਜਿੱਥੇ ਬਹੁਤ ਜ਼ਿਆਦਾ ਪੰਜਾਬੀ ਹੋਣ। ਤੇ ਕੈਨੇਡਾ ਦੇ ਵਿੱਚ ਸੀਨ ਇੱਦਾਂ ਕਿਉਂਕਿ 2-3 ਹੀ ਵੱਡੇ ਸ਼ਹਿਰ ਨੇ ਉੱਥੇ, ਜ਼ਿਆਦਾ ਵੱਡੇ ਨਾ ਮੈਨੂੰ ਜਿੱਥੇ ਤੱਕ ਲੱਗਦਾ, ਤੇ ਤਾਂ ਕਰਕੇ ਆਪਣੇ ਪੰਜਾਬੀ ਉੱਥੇ ਜ਼ਿਆਦਾ ਆਪਾਂ ਨੂੰ ਇੱਦਾਂ ਲੱਗਦਾ ਕਿ ਉੱਥੇ ਜ਼ਿਆਦਾ ਨੇ। ਬਟ ਆਈ ਥਿੰਕ ਪੰਜਾਬੀ ਸਤਿਗੁਰ ਦੀ ਕਿਰਪਾ ਨਾਲ ਪੂਰੇ ਵਰਲਡ ਚ ਮੈਨੂੰ ਲੱਗਦਾ ਹੈਗਾ ਹੀ ਨਹੀਂ, ਜਿੱਥੇ ਮਰਜ਼ੀ ਚਲੇ ਜਾਓ। ਇੱਥੇ ਆਪਣੀ ਕਮਿਊਨਿਟੀ ਨੂੰ ਇੱਕ ਵਧੀਆ
तरीके ना देखा जाता क्योंकि कभी कभी ना मैं अमेरिका दी खासकर वीडियोस देखा जो किसी सिख की फोटो दिखाई जाती है उन्होंने लगता कि शायद ये मुसलमान है की, हाँ जी पाजी इदा है न्यूयॉर्क दे विच सीगा मैं तकरीबन 6-7 साल ते कई बार न्यूयॉर्क सिटी दे विच सानू मतलब टू बी ऑनेस्ट मैनू अज तक कदी किसी ने गलत तरीके नाल नहीं मतलब बुलाया या किसी ने तां मैनू नहीं कदी कुछ किया आई डोंट नो कि हो सकता दूजिया नाल हुंदा ने मेरे नाल ते बहुत वधिया रहा बट हाँ इन्ना जरूर है कई बार ओ जिदा उन्होंने लगता कि असि मुसलमान हो है ना जिदा कोई काले इस्लाम नू फॉलो करदे ते ओ कई बार जिदा ओ कह देंदे आ जिदा ओ कहंदे आ मैं गलत ना बोल देवां अस्सलाम वालेकुम ते हाँ इदा ओ कह देंदे आ है ना उन्होंने लगता कि ये भी मुसलमान ने हाँ जी ते फिर मैनू इदा लगता कि असि मोस्ट मैं ज्यादातर इदा ही करदा जे कोई मैनू इदा कहंदा ते मैं ओहदे नाल गल करदा बड़े वधिया तरीके नाल ते उहनूं मैं दसदा कि मैं कौन आ मैं इदा नहीं कि उहने जे मैनू बुलाता ते मैं परे मूंह करके चला जावां फिर उहनूं पता ही नहीं लगना कि मैं कौन आ है ना सो मैं उहनूं दसदा आ कि मैं सिख कम्यूनिटी तों बिलोंग करदा है ना ते जे तूं साडे बारे ज्यादा जानना चाहुंदा फिर मैं उहनूं कोई वैबसाइट वगैरह अपनी दस दिंदी आ ते थोड़ा कल्चर बारे दस दिंदा तो उह मैनूं जिन्ने भी मिले ना बड़े खुश होके बहुत उहनां नूं चंगा लगा कि अच्छा भी साडी अज नॉलेज च वाधा होया भी मैनूं साडे बारे सानूं नहीं पता ਜਿਵੇਂ ਉਹਨਾਂ ਨੂੰ ਦੱਸ ਦਿੱਤਾ ਕਿ ਅਸੀਂ ਆਹ ਬਰੇਸਲੇਟ ਮਤਲਬ ਕੜਾ ਪਾਉਂਦੇ ਹਾਂ ਇਹ ਸਾਡੀ ਨਿਸ਼ਾਨੀ ਹੈ ਅਸੀਂ ਮੁੱਛਾਂ ਨੀ ਕੱਟਦੇ ਹਨਾ ਜ਼ਿਆਦਾ ਮੁਸਲਮਾਨ ਮੁੱਛਾਂ ਕੱਟਦੇ ਆ ਤੇ ਐਵੇਂ ਦੀਆਂ ਦੋ ਤਿੰਨ ਚੀਜ਼ਾਂ ਅਸੀਂ ਦੱਸਦੀਆਂ ਕਿਉਂਕਿ ਉਹਨਾਂ ਨੂੰ ਸਾਡੀ ਪੱਗ ਜਿੱਦਾਂ ਮੈਂ ਨਾਮਧਾਰੀ ਕਮਿਊਨਿਟੀ ਚੋਂ ਹਾਂ ਆਈ ਡੋਂਟ ਨੋ ਤੁਹਾਨੂੰ ਪਤਾ ਕਿ ਨਹੀਂ ਹਨਾ ਤੇ ਅਸੀਂ ਦਮਾਲ ਹਾਂ ਅਸੀਂ ਦਮਾਲਾ ਟਾਈਪ ਆਪਣੇ ਸਿਰ ਤੇ ਦਸਤਾਰ ਸਜਾਉਂਦੇ ਹਾਂ ਤੇ ਉਹ ਕਈਆਂ ਨੂੰ ਇੱਦਾਂ ਲੱਗਦਾ ਕਿ ਇਹ ਮੁਸਲਮਾਨ ਵਾਈਟ ਕਲਰ ਕਰਕੇ ਮੇਬੀ ਵਾਈਟ ਕਲਰ ਕਰਕੇ ਹਾਂ ਵਾਈਟ ਕਲਰ ਕਰਕੇ ਯਾ ਸੋ ਫਿਰ ਅਸੀਂ ਉਹਨਾਂ ਨੂੰ ਦੱਸ ਦਿੰਨੇ ਆ ਚੰਗੀ ਤਰ੍ਹਾਂ ਤੇ ਫਿਰ ਉਹਨਾਂ ਨੂੰ ਸਹੀ ਹੋ ਜਾਂਦਾ ਬਟ ਜਦੋਂ ਤੁਸੀਂ ਪੁੱਛਿਆ ਕਿ ਕੋਈ ਪ੍ਰੋਬਲਮ ਟੂ ਬੀ ਓਨੈਸਟ ਸਾਗੋ ਦੀ ਕਿਰਪਾ ਨਾਲ ਸਾਡੇ ਨਾਲ ਅੱਜ ਤੱਕ ਕਦੀ ਇਦਾਂ ਹੋਇਆ ਨਹੀਂ ਕਿਸੇ ਨੇ ਸਾਨੂੰ ਟੀਜ਼ ਕੀਤਾ ਹੋਵੇ ਕਿਸੇ ਨੇ ਸਾਨੂੰ ਟ੍ਰਬਲ ਚ ਦਿੱਤਾ ਹੋਵੇ ਨਿਊਯਾਰਕ ਰਹੇ ਆ ਟਰੱਕ ਆਲਮੋਸਟ ਪੂਰੇ ਅਮੈਰੀਕਾ ਚ ਚਲਾਇਆ ਬਹੁਤ ਸਤਿਕਾਰ ਮਿਲਦਾ ਆਈ ਥਿੰਕ ਜਿਹਦਾ ਟਾਈਮ ਚੇਂਜ ਹੁੰਦਾ ਪਿਆ ਨਾ ਐਕਸੈਪਟੈਂਸ ਲੋਕਾਂ ਦੀ ਬੜੀ ਵਧਣ ਦਈ ਹੈ ਜੋ ਇੱਕ ਬਹੁਤ ਵਧੀਆ ਚੀਜ਼ ਮੈਂ ਮੰਨਦਾ ਪਿਆ ਅਗਰ ਤੁਸੀਂ ਇਹੀ ਦੇਖੀਏ ਨਾ 10 ਸਾਲ ਪਹਿਲਾਂ ਕਿਸੇ ਵੀ ਕੰਟਰੀ ਚ ਦੇਖਦੇ ਤੁਸੀਂ ਰੇਸਿਜ਼ਮ ਦਾ ਬਹੁਤ ਜ਼ਿਆਦਾ ਸੀਗਾ ਕਿਸੇ ਵੀ ਕਮਿਊਨਿਟੀ ਦੇ ਵਿੱਚ ਅਮੈਰੀਕਾ ਦੇ ਵਿੱਚ ਭਾਵੇਂ ਤੁਸੀਂ ਕਾਲੇ ਹੋ ਭਾਵੇਂ ਤੁਸੀਂ ਇੰਡੀਅਨ ਹੋ ਤੁਸੀਂ ਸਰਦਾਰ ਹੋ ਕੁਛ ਵੀ ਅਲੱਗ ਜਿਹੀ ਚੀਜ਼ ਨਾ ਲੋਕਾਂ ਨੂੰ ਪਸੰਦ ਨਹੀਂ ਸੀ ਠੀਕ ਹੈ ਇੱਕ ਨੋਰਮਲ ਜੀ ਚੀਜ਼ ਹੈ ਆਪਾਂ ਗ੍ਰੈਵੀਟੇਟ ਹਮੇਸ਼ਾ ਕਰਦੇ ਹਾਂ ਆਪਣੀ ਕਮਿਊਨਿਟੀ ਵੱਲ ਜਾਂ ਆਪਣੇ ਰੰਗ ਵੱਲ ਤੇ ਇਹ ਹੁਣ ਪੰਜਾਬ ਚ ਤੁਸੀਂ ਚੀਜ਼ ਦੇਖਦੇ ਹੋ ਕਿ ਜਦੋਂ ਪ੍ਰਵਾਸੀ ਲੋਕ ਆਉਂਦੇ ਨੇ ਨਾ ਉਹਨਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ ਠੀਕ ਹੈ ਹੁਣ ਅਗਰ ਮੈਂ ਦੂਜੀ ਆਹ ਕੰਟਰੀ ਦੀ ਗੱਲ ਕਰਾਂ ਵੈਸਟ ਦੇ ਵਿੱਚ ਵਧੀਆ ਚੀਜ਼ ਐਕਸੈਪਟੈਂਸ ਦੀ ਗੱਲ ਕੀਤੀ ਨਾ ਸੋਸ਼ਲ ਮੀਡੀਆ ਨੇ ਇੱਕ ਬੜਾ ਵਧੀਆ ਚੀਜ਼ ਕੀਤੀ ਕਿ ਕਿਸੇ ਗੋਰੇ ਦਾ ਸਿੱਖ ਨੂੰ ਦੇਖਣਾ ਹੁਣ ਉਹਨੂੰ ਏਦਾਂ ਨਹੀਂ ਲੱਗਦਾ ਕਿ ਯਾਰ ਸਿਰ ਤੇ ਕੀ ਰੱਖਿਆ ਹੋਇਆ ਉਹਨੂੰ ਹੁੰਦਾ ਕਿ ਹਾਂ ਠੀਕ ਹੈ ਇਹ ਸਿੱਖ ਨੇ ਕਿਉਂਕਿ ਸੋਸ਼ਲ ਮੀਡੀਆ ਨੇ ਬਹੁਤ ਲੋਕਾਂ ਨੂੰ ਐਕਸਪੋਜ਼ ਕੀਤਾ ਹੈ ਡਿਫਰੈਂਟ ਕਲਚਰਸ ਦੇ ਵੱਲ ਬਿਲਕੁਲ ਠੀਕ ਹੈ ਤੇ ਇਹ ਇੱਕ ਵਧੀਆ ਚੀਜ਼ ਰਹੀ ਤੇ ਬਾਕੀ ਇੱਕ ਮੈਂ ਨਾ ਜਿੱਦਾਂ ਕੈਨੇਡਾ ਅਮੈਰੀਕਾ ਦਾ ਪੁੱਛਦਾ ਪਿਆ ਸੀ ਕਿ ਕੈਨੇਡਾ ਦੇ ਵਿੱਚ ਸਿੱਖਾਂ ਦਾ ਬੜਾ ਦਬਦਬਾ ਹੈ ਜਿੱਦਾਂ ਪੋਲੀਟਿਕਸ ਦੇ ਵਿੱਚ ਹੋ ਗਿਆ ਠੀਕ ਹੈ ਫਿਰ ਸੈਲੀਬ੍ਰਿਟੀਜ਼ ਦੇ ਵਿੱਚ ਹੋ ਗਿਆ ਤੇ ਅਮੈਰੀਕਾ 'ਚ ਨਹੀਂ ਇੱਦਾਂ ਦੇਖਣ ਨੂੰ ਮਿਲਦਾ ਅਮੈਰੀਕਾ ਦੇ ਵਿੱਚ ਬਹੁਤ ਘੱਟ ਆ ਤੇ ਉੱਥੇ ਕਦੀ ਕਦੀ ਸ਼ਾਇਦ ਮੈਂ ਫੀਲ ਕਰਦਾ ਵਾਂ ਕਿ ਸ਼ਾਇਦ ਅਮੈਰੀਕਨਸ ਖਾਸ ਕਰ ਆਪਣੇ ਲੋਕਾਂ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ ਸੀਟਾਂ ਦੇ ਉੱਤੇ ਬਟ ਜਿੱਦਾਂ ਹੁਣ ਜਿੱਦਾਂ ਰੀਸੈਂਟ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੁਣ ਹੋਣ ਲੱਗਾ ਆ ਹੁਣ ਇੱਕ ਇੰਡੀਅਨ ਮੁੰਡਾ ਹੈ ਵਿਵੇਕ ਜੋ ਦੌੜ ਦੇ ਵਿੱਚ ਹੈ ਐਕਸਟ੍ਰੀਮਲੀ ਸਮਾਰਟ ਰੀਅਲੀ ਨਾਈਸ ਪਰਸਨੈਲਿਟੀ ਤੇ ਬੋਲਣ ਦੇ ਵਿੱਚ ਬਹੁਤ ਵਧੀਆ ਹੁਣ ਜਦੋਂ ਯੂਕੇ ਦੇ ਵਿੱਚ ਆਪਣਾ ਪ੍ਰਾਈਮ ਮਿਨਿਸਟਰ ਬਣਿਆ ਨਾ ਇੰਡੀਆ ਦਾ ਠੀਕ ਹੈ ਇੰਡੀਅਨ ਡਿਸੈਂਟ ਕਹਿ ਲਈਏ ਹੈਗਾ ਤੇ ਉਹ ਚਲੋ ਬ੍ਰਿਟਿਸ਼ ਹੀ ਹੈ ਬਟ ਇੱਦਾਂ ਦੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਆਉਂਦੇ ਨਾ ਉਹ ਆਈ ਫੀਲ ਲਾਈਕ ਕਿ ਉਹਨਾਂ ਐਕਸੈਪਟੈਂਸ ਹੋਰ ਵੱਧਦੀ ਹੈ ਸਗੋਂ ਉਹ ਇੱਕ ਹੋਰ ਇੱਕ ਵਧੀਆ ਮੂਵ ਆ ਸਾਰੀ ਦੁਨੀਆ ਵਾਸਤੇ ਕਿ ਲੋਕੀ ਵਧਣ ਦੇ ਨੇ ਇਸ ਪੱਖੋਂ ਬਟ ਯਾਰ ਮੈਂ ਸਿੱਖਾਂ ਬਾਰੇ ਜਿੱਦਾਂ ਪੁੱਛਣਾ ਚਾਹੁੰਦਾ ਨਾ ਕਿ ਅਮੈਰੀਕਾ ਦੇ ਵਿੱਚ ਇੱਦਾਂ ਬਹੁਤ ਘੱਟ ਆ ਬਿਲਕੁਲ ਇੱਦਾਂ ਘੱਟ ਹੈ ਭਾਜੀ ਇਹ ਵੀ ਚੀਜ਼ ਮੈਂ ਵੀ ਮਹਿਸੂਸ ਕਈ ਵਾਰ ਕਰਦਾ ਹੁੰਦਾ ਕਿ ਪਤਾ ਨਹੀਂ ਕਿਉਂ ਆਪਣੇ
ਥੋੜਾ ਜਿਹਾ ਹਜੇ, ਬਟ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਚ ਹੋਏਗਾ ਜ਼ਰੂਰ ਇੱਦਾਂ। ਸ਼ਾਇਦ ਇਹਦਾ ਇੱਕ ਪੱਖ ਭਾਜੀ ਇਹ ਵੀ ਹੋ ਸਕਦਾ ਹੈ, ਸੌਰੀ ਹੋ ਸਕਦਾ ਮੈਂ ਗਲਤ ਹੋਵਾਂ, ਲੀਗਲ ਤੌਰ ਤੇ ਅਮੈਰੀਕਾ ਦੇ ਵਿੱਚ ਘੱਟ ਜਾਣੇ ਹੁੰਦੇ ਆ, ਮੈਨੂੰ ਇੱਦਾਂ ਲੱਗਦਾ ਹੋ ਸਕਦਾ, ਮੈਨੂੰ ਮੈਂ ਹੋ ਸਕਦਾ ਗਲਤ ਹੋਵਾਂ, ਕਿ ਇਲੀਗਲ ਤੌਰ ਤੇ ਆਪਣੇ ਪੰਜਾਬੀ ਜ਼ਿਆਦਾ ਹੁੰਦੇ ਆ, ਫਿਰ ਉਹਨਾਂ ਨੂੰ ਸਟਰਗਲ ਜ਼ਿਆਦਾ ਕਰਨੀ ਪੈਂਦੀ ਆ ਸ਼ਾਇਦ। ਆਈ ਥਿੰਕ ਇਲੈਕਸ਼ਨਸ ਦੇ ਵਿੱਚ, ਆਈ ਥਿੰਕ ਅਮਰੀਕਾ ਦੇ ਵਿੱਚ ਯੂ ਹੈਵ ਟੂ ਬੀ ਬੋਰਨ ਦੇਅਰ, ਆਈ ਥਿੰਕ ਤੁਸੀਂ ਅਮਰੀਕਾ ਦੇ ਵਿੱਚ ਹੀ ਪੈਦਾ ਹੋਵੋਗੇ ਨਾ, ਭਾਵੇਂ ਤੁਸੀਂ ਰੈਜ਼ੀਡੈਂਟ ਵੀ ਆ, ਰੈਜ਼ੀਡੈਂਟ ਵੀ ਆ, ਤੁਸੀਂ ਆਈ ਥਿੰਕ ਇਲੈਕਸ਼ਨ ਚ ਨਹੀਂ ਖੜੇ ਹੋ ਸਕਦੇ ਜਿੰਨਾ ਚਿਰ ਤੁਸੀਂ ਉੱਥੋਂ ਦੇ ਬੋਰਨ ਨਹੀਂ, ਸਿਟੀਜ਼ਨ ਨਹੀਂ ਹੈਗੇ। ਤੇ ਬਾਕੀ ਜਿਹੜੀ ਇੱਕ ਗੱਲ ਤੁਸੀਂ ਕਹੀ ਨਾ, ਉਹ ਬੜੀ ਕਰੈਕਟ ਗੱਲ ਕਹੀ ਤੁਸੀਂ ਕਿ ਸ਼ਾਇਦ ਲੀਗਲ ਤੌਰ ਤੇ ਜਨਤਾ ਜ਼ਿਆਦਾ ਜਾਂਦੀ ਹੈ ਅਮੈਰੀਕਾ ਦੇ ਵਿੱਚ, ਤੇ ਮੈਂ ਫੀਲ ਕੀਤਾ ਜਿੰਨੇ ਵੀ ਮੈਂ ਜਾਣਦਾ ਵਾਂ ਅਮੈਰੀਕਾ ਦੇ ਵਿੱਚ ਗਏ, ਮੇਰੇ ਪਿੰਡ ਦੇ ਹੋ ਗਏ ਜਾਂ ਮੇਰੇ ਰਿਸ਼ਤੇਦਾਰੀ ਚ ਹੋ ਗਏ, ਅਮੈਰੀਕਾ ਦੇ ਵਿੱਚ ਉਹ ਇਲੀਗਲ ਤਰੀਕੇ ਨਾਲ ਹੀ ਗਏ ਨੇ। ਕੈਨੇਡਾ ਦੇ ਵਿੱਚ ਮੈਂ ਜਿੰਨੇ ਜਾਣਦਾ ਵਾਂ ਮੇਰੇ ਪਿੰਡ ਦੇ ਹੋ ਗਏ ਜਾਂ ਰਿਸ਼ਤੇਦਾਰ ਹੋ ਗਏ, ਸਾਰੇ ਸਟੱਡੀ ਵੀਜ਼ਾ ਤੇ ਗਏ ਨੇ, ਤੇ ਆਈ ਥਿੰਕ ਅਮੈਰੀਕਾ ਆਪਸ਼ਨ ਨਹੀਂ ਦਿੰਦਾ ਸਟੱਡੀ ਦੀ, ਅਗਰ ਦਿੰਦਾ ਵੀ ਤੇ ਉਹ ਆਈ ਥਿੰਕ ਟੈਸਟ ਮੇ ਵੀ ਬਹੁਤ ਹਾਰਡ ਹੋਣਗੇ। ਮਾਸਟਰ ਡਿਗਰੀ ਤੋਂ ਬਾਅਦ ਜਾਂ ਤੁਸੀਂ ਰੀਅਲ ਚ ਵਾਕਈ ਇੱਥੇ ਪੜ੍ਹਨ ਆਉਣਾ ਚਾਹੁੰਦੇ ਹੋ ਤੇ ਤਾਂ ਹੀ ਅਮਰੀਕਾ ਲਾਅ ਕਰਦਾ ਹੈ, ਤੇ ਤਾਂ ਹੀ ਉਹ ਸਾਊਥ ਇੰਡੀਅਨਸ ਦਾ ਦਬਦਬਾ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਹੈ, ਬਹੁਤ ਹੁੰਦੇ ਆ, ਸਾਊਥ ਇੰਡੀਅਨ ਹੋ ਗਏ ਗੁਜਰਾਤੀ ਹੋ ਗਏ। ਉਹਦੇ ਵਿੱਚ ਵੀ ਇੱਕ ਵੱਡੀ ਪ੍ਰੋਬਲਮ ਹੈ ਕਿ ਅਮਰੀਕਾ ਉਹਨਾਂ ਨੂੰ ਲੀਗਲ ਜਾਂ ਜਿਹੜੇ ਪੇਪਰ ਨੇ ਬਹੁਤ ਟਾਈਮ ਬਾਅਦ ਦਿੰਦਾ, ਇਹ ਵੀ ਕੋਈ ਰੂਲ ਆ ਅਮਰੀਕਾ ਦਾ ਕਿ ਉਹਨਾਂ ਨੂੰ ਸਿਰਫ ਵੀਜ਼ਾ ਐਕਸਟੈਂਡ ਹੋਈ ਜਾਂਦਾ ਉਹਨਾਂ ਦਾ ਵਰਕ ਪਰਮਿਟ ਤੇ, ਪਰ ਉਹ ਜਿੱਦਾਂ ਕਹਿ ਲਓ ਕਿ ਗ੍ਰੀਨ ਕਾਰਡ ਜਾਂ ਸਿਟੀਜ਼ਨ ਇੱਥੋਂ ਦੇ ਬਹੁਤ ਲੇਟ ਹੁੰਦੇ ਆ ਉਹ, ਤੇ ਆਪਣੇ ਲੋਕਾਂ ਵਾਸਤੇ ਇਹ ਹੁੰਦਾ ਕਿ ਪੀਆਰ ਕਦੋਂ ਹੋਏਗੀ ਉੱਥੇ ਵੀ ਤਾਂ ਆ, ਤੇ ਕੈਨੇਡਾ 'ਚ ਇੱਕ ਜਾਣ ਦਾ ਫੈਕਟਰ ਇਹ ਆ ਕਿ ਉੱਥੇ ਪੀਆਰ ਜਲਦੀ ਹੋ ਜਾਂਦੀ ਆ, ਅਗਰ ਕੈਨੇਡਾ ਅੱਜ ਅਨਾਊਂਸ ਕਰਦੇ ਨਾ ਕਿ ਵੀਜ਼ੇ ਤੁਸੀਂ ਲਈ ਜਾਓ ਪੀਆਰ ਨਹੀਂ ਦੇਣੀ, ਤੇ ਇੱਕ ਮੈਜੋਰਿਟੀ ਆਫ ਦਾ ਜਿਹੜਾ ਰੇਟ ਉੱਥੇ ਜਾਂਦਾ ਉਹ ਘੱਟ ਜਾਏਗਾ, ਕਿਉਂਕਿ ਆਪਾਂ ਨੂੰ ਹੁੰਦਾ ਕਿਉਂਕਿ ਆਪਾਂ ਕਿਤੇ ਵੀ ਮੂਵ ਹੁੰਦੇ ਹਾਂ ਆਪਾਂ ਨੂੰ ਇਹ ਹੁੰਦਾ ਕਿ ਉੱਥੇ ਜਾ ਕੇ ਸੈਟਲ ਆਪਾਂ ਹੋਣਾ ਹੈ, ਕਿਉਂਕਿ ਆਪਣੇ ਲੋਕ ਨਹੀਂ ਪਸੰਦ ਕਰਦੇ ਕਿ ਯਾਰ ਉੱਥੇ ਜਾ ਕੇ 10 ਸਾਲ ਪੜਾਂਗੇ ਫਿਰ ਵਾਪਸ ਆਉਣਾ ਪੈਣਾ, ਬਹੁਤ ਤਗੜਾ ਮੂਵ ਆ, ਇਹ ਨਹੀਂ ਕਰ ਸਕਦੇ ਅਸੀਂ, ਸਾਡੇ ਉੱਥੇ ਪਹੁੰਚਣਾ ਉੱਥੇ ਰਹਿਣਾ ਘਰ ਲੈਣਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਤੇ ਇੱਕ ਨਾ ਤੁਸੀਂ ਕੈਲੀਫੋਰਨੀਆ ਦੀ ਗੱਲ ਕੀਤੀ, ਇੱਕ ਨਾ ਬੜੀ ਜਿੱਦਾਂ ਵੀ ਮੈਂ ਨਿਊਜ਼ ਦੇਖਦਾ ਵਾਂ, ਮੇ ਬੀ ਮੈਂ ਰਾਈਟ ਵਿੰਗ ਨਿਊਜ਼ ਜ਼ਿਆਦਾ ਦੇਖਦਾ ਵਾਂ, ਮੈਨੂੰ ਫੀਲ ਹੁੰਦਾ ਕਿ ਬਹੁਤ ਜ਼ਿਆਦਾ ਲਿਬਰਲ ਹੈ ਕੈਲੀਫੋਰਨੀਆ, ਕਿ ਉੱਥੇ ਹੋਮਲੈਸ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ ਅਤੇ ਉਹਨਾਂ ਨੂੰ ਚੱਕਿਆ ਵੀ ਨਹੀਂ ਉੱਥੋਂ ਜਾਂਦਾ, ਉੱਥੇ ਸੜਕਾਂ 'ਤੇ ਪਏ ਹੋਏ ਨੇ, ਸੜਕਾਂ 'ਤੇ ਟੈਂਟ ਲੱਗੇ ਹੋਏ ਨੇ, ਸਰਿੰਜਾਂ ਪਈਆਂ ਹੋਈਆਂ ਨੇ ਟੀਕੇ ਵਾਲੀਆਂ, ਅਤੇ ਗੌਰਮੈਂਟ ਸਗੋਂ ਸਰਿੰਜਾਂ ਉਹਨਾਂ ਨੂੰ ਪ੍ਰੋਵਾਈਡ ਕਰਦੀਆਂ ਪਈਆਂ। ਕੈਨੇਡਾ 'ਤੇ ਪ੍ਰੋਬਲਮ ਇਹ ਹੈ ਹੀ ਸੀ, ਬਟ ਅਮੈਰੀਕਾ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਦਾ, ਕੈਲੀਫੋਰਨੀਆ ਹੋ ਗਿਆ, ਨਿਊਯਾਰਕ ਹੋ ਗਿਆ, ਕਹਿੰਦੇ ਬਹੁਤ ਸਿਚੁਏਸ਼ਨ ਮਾੜੀ ਹੋ ਗਈ ਆ, ਕਿ ਇੱਦਾਂ ਹੀ ਕੇਸ ਹੈ? ਹਾਂਜੀ ਇੱਦਾਂ ਹੀ ਆ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇੱਦਾਂ ਹੀ ਆ, ਕਾਫੀ ਹੱਦ ਤੱਕ ਇੱਦਾਂ ਹੀ ਆ ਇੱਥੇ, ਜਿਹੜੇ ਪਤਾ ਨਹੀਂ ਹੁਣ ਮੈਂ ਗਲਤ ਨਾ ਹੋਵਾਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਨਹੀਂ ਇਸ ਬਾਰੇ ਮੈਂ, ਪਰ ਡਿਟੇਲ 'ਚ ਨਹੀਂ ਆ, ਹੈਡਲਾਈਨਸ 'ਚ ਮੈਂ ਜ਼ਰੂਰ ਸੁਣਿਆ ਪੜ੍ਹਿਆ ਆ ਕਿ ਟਰੰਪ ਗੌਰਮੈਂਟ ਦੇ ਵਿੱਚ ਜਿਹੜੇ ਇਮੀਗ੍ਰੈਂਟ ਇੱਥੇ ਆਏ ਸੀਗੇ ਉਦੋਂ ਉਹਨਾਂ ਨੇ ਬਹੁਤ ਜਾਣੇ ਨੂੰ ਅਲਾਅ ਕਰ ਲਿਆ ਇੱਥੇ ਆ ਗਏ, ਹੁਣ ਜਿਹੜੀ ਗੌਰਮੈਂਟ ਹੈਗੀ ਆ ਉਹ ਉਹਨਾਂ ਨੂੰ ਆਈ ਡੋਂਟ ਨੋ ਕਿੱਦਾਂ ਕਰਕੇ ਉਹਨਾਂ ਨੂੰ ਹੁਣ ਸ਼ੈਲਟਰ ਪ੍ਰੋਵਾਈਡ ਕੀਤੇ ਹੋਏ ਨੇ, ਨਿਊਯਾਰਕ ਦੇ ਵਿੱਚ ਬਹੁਤ ਜ਼ਿਆਦਾ ਨੇ ਉਹਨਾਂ ਨੂੰ ਫੈਸਿਲਿਟੀਜ਼ ਦੇ ਰਹੇ ਨੇ, ਮੋਟਲਸ ਦੇ ਵਿੱਚ ਉਹਨਾਂ ਨੂੰ ਰੱਖ ਰਹੇ ਨੇ, ਸੋ ਆਈ ਡੋਂਟ ਨੋ ਕਿ ਇਹ ਸਿਸਟਮ ਕੀ ਚੱਲਦਾ ਪਿਆ, ਡਿਟੇਲ 'ਚ ਮੈਨੂੰ ਇਹਦੇ ਬਾਰੇ ਜ਼ਿਆਦਾ ਪਤਾ ਨਹੀਂ ਹੈਗਾ, ਬਟ ਇੱਦਾਂ ਜਿਹੜੀ ਤੁਸੀਂ ਗੱਲ ਕਹੀ ਉਹ ਇੱਦਾਂ ਹੈਗੀ ਹੈ। ਤੇ ਜਿਹੜਾ ਡਰੱਗ ਸਿਸਟਮ ਹੈਗਾ, ਆਪਾਂ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਆਪਾਂ ਸਿਰਫ ਪੰਜਾਬ ਨੂੰ ਟਾਰਗੇਟ ਕਰਦੇ ਹਾਂ ਜੀ ਇੱਥੇ ਬੜਾ ਨਸ਼ਾ ਹੈ, ਬੜਾ ਨਸ਼ਾ ਹੈ, ਕਿ ਮੈਨੂੰ ਲੱਗਦਾ ਹੈ ਕੈਨੇਡਾ ਅਮਰੀਕਾ ਤੋਂ ਜ਼ਿਆਦਾ ਕਿਤੇ ਹੋਰ ਨਸ਼ਾ ਹੈ ਹੀ ਨੀਗਾ, ਆਈ ਡੋਂਟ ਨੋ ਕੀ ਹੁਣ ਇਹ ਨਹੀਂ, ਅਮਰੀਕਾ ਦੇ ਵਿੱਚ ਜਿੰਨਾ ਨਸ਼ਾ ਹੈ ਨਾ ਇਹ ਚੀਜ਼ ਨੂੰ ਜ਼ਿਆਦਾ ਮੀਡੀਆ ਦਿਖਾਇਆ ਨਹੀਂ ਜਾਂਦਾ, ਹੁਣ ਇਹ ਚੀਜ਼ਾਂ ਬਾਹਰ ਆਉਂਦੀਆਂ ਪਈਆਂ ਨੇ, ਕੈਲੀਫੋਰਨੀਆ ਦਾ ਕਿੰਨਾ ਜ਼ਿਆਦਾ। ਹੁਣ ਮੇਰੀ ਫੈਮਿਲੀ ਦੇ ਵਿੱਚ ਇੱਕ ਮੁੰਡਾ ਹੈ, ਪਰਸਨਲੀ ਮੈਂ ਜਾਣਦਾ, ਬਹੁਤ ਕਲੋਜ਼ ਰਿਸ਼ਤੇਦਾਰ, ਉਹ ਵੀ ਇੱਦਾਂ ਹੀ ਇੱਦਾਂ ਇਲੀਗਲੀ ਗਿਆ ਸੀ, ਤੇ ਉਹ ਕੈਲੀਫੋਰਨੀਆ ਦੇ ਵਿੱਚ ਉਹੀ ਹਾਲ ਹੈ ਨਸ਼ੇ ਵਾਲਾ ਹੀ, ਮੋਸਟ ਲਾਈਕਲੀ ਠੀਕ ਹੈ। ਅਤੇ ਉਹ ਸੋਚ ਕੇ ਹੁੰਦਾ ਯਾਰ ਅਮੈਰੀਕਾ ਤਾਂ ਸਗੋਂ ਇੰਨਾ ਸਟ੍ਰਿਕਟ ਹੈ ਇਹਨਾਂ ਚੀਜ਼ਾਂ ਦੇ ਉੱਤੇ, ਇੱਥੇ ਇੰਨੀਆਂ ਚੀਜ਼ਾਂ ਕਿੱਦਾਂ ਹੋ ਗਈਆਂ।
ਇੰਨਾ ਨਸ਼ਾ ਕਿੱਦਾਂ ਆ ਗਿਆ ਤੇ ਉਹ ਵੀ ਖੁੱਲੇ ਆਮ ਸਰਕਾਰਾਂ ਸਗੋਂ ਆਪ ਸਰਿੰਜਾਂ ਪ੍ਰੋਵਾਈਡ ਕਰਦੀਆਂ ਪਈਆਂ ਨੇ ਤੇ ਉੱਥੇ ਆਈ ਥਿੰਕ ਇੱਥੇ ਪੋਲੀਟਿਕਸ ਬਹੁਤ ਜ਼ਿਆਦਾ ਐਟ ਪਲੇ ਵੇ ਕਿ ਸਿਰਫ ਪੋਲੀਟਿਕਸ ਦੇ ਚੱਕਰ ਦੇ ਵਿੱਚ ਇਹ ਚੀਜ਼ਾਂ ਰਿਜ਼ੋਲਵ ਨਹੀਂ ਹੁੰਦੀਆਂ ਪਈਆਂ ਮੈਂ ਸੁਣਦਾ ਪਿਆ ਸੀ ਕਿਸੇ ਨੂੰ ਉਹ ਕਹਿੰਦੇ ਕਿ ਹੋਮਲੈਸ ਪ੍ਰੋਬਲਮ ਬਹੁਤ ਜ਼ਿਆਦਾ ਇਸ ਟਾਈਮ ਠੀਕ ਹੈ ਤੇ ਹੋਮਲੈਸ ਪ੍ਰੋਬਲਮ ਉਹ ਇਸੇ ਲਈ ਹੀ ਸੋਲਵ ਨਹੀਂ ਕਰਦੇ ਪਏ ਕਿ ਜੇ ਹੋਮਲੈਸ ਪ੍ਰੋਬਲਮ ਸੋਲਵ ਕਰਤੀ ਤੇ ਜਿਹੜੇ ਬੰਦੇ ਉਹ ਚੀਜ਼ ਤੋਂ ਤਨਖਾਹਾਂ ਲੈਂਦੇ ਪਏ ਨੇ ਉਹਨਾਂ ਦੀਆਂ ਤਨਖਾਹਾਂ ਚੱਲੀਆਂ ਚੱਕੀਆਂ ਜਾਣਗੀਆਂ ਕਿਉਂਕਿ ਗ੍ਰਾਂਟ ਮਿਲਦੀ ਹੈ ਉਹਨਾਂ ਨੂੰ ਹਰ ਸਾਲ ਆਈ ਥਿੰਕ ਕੁਛ ਬਿਲੀਅਨ ਡਾਲਰ ਮਿਲਦੇ ਨੇ ਕਿ ਇਹ ਪ੍ਰੋਬਲਮ ਨੂੰ ਸੋਲਵ ਕਰੋ ਪ੍ਰੋਬਲਮ ਉੱਥੇ ਦੀ ਉੱਥੇ ਹੀ ਹੈ ਸਾਰਿਆਂ ਨੂੰ ਸੈਲਰੀਆਂ ਉੱਥੇ ਮਿਲਦੀਆਂ ਪਈਆਂ ਤੇ ਇੱਕ ਹੋਰ ਚੀਜ਼ ਮੈਂ ਦੇਖਣ ਦਿਆ ਸੀ ਕਿ ਜਨਤਾ ਜਾਂਦੀ ਹੈ ਸਟੋਰਾਂ ਦੇ ਵਿੱਚ ਚੁੱਕ ਕੇ ਲੈ ਆਉਂਦੀ ਹੈ ਸਮਾਨ ਤੇ ਉਹਨਾਂ ਦੀ ਵੀਡੀਓ ਸਾਰੇ ਬਣਾਉਂਦੇ ਪਏ ਪਰ ਪੁਲਿਸ ਕੁਛ ਨਹੀਂ ਕਰਦੀ ਪਈ ਆਈ ਥਿੰਕ ਜਿਹੜਾ ਜੋਰਜ ਫਲੋਇਡ ਜਿਹੜਾ ਉਹ ਕਾਲਾ ਮਾਰਤਾ ਸੀ ਧੌਣ ਤੇ ਗੋਡਾ ਰੱਖ ਕੇ ਉਹ ਤੋਂ ਬਾਅਦ ਪੁਲਿਸ ਨੇ ਵੀ ਚੀਜ਼ਾਂ ਕਰਨੀਆਂ ਬੰਦ ਕਰਤੀਆਂ ਪੁਲਿਸ ਹੀ ਕਹਿੰਦੀ ਹੈ ਚੱਕਰ 'ਚ ਨਹੀਂ ਪੈਣਾ ਅਗਰ ਚੋਰੀ ਹੁੰਦੀ ਇੰਸ਼ੋਰੈਂਸ ਹੈਗੇ ਨੇ ਇੰਸ਼ੋਰੈਂਸ ਪੇ ਕਰੀ ਜਾਓ ਅਸੀਂ ਕੁਛ ਨਹੀਂ ਰੋਕਣਾ ਖਾਸ ਕਰ ਇਹ ਚੀਜ਼ਾਂ ਨੇ ਜਿਹੜੀਆਂ ਨਿਊਯਾਰਕ ਹੋ ਗਈਆਂ ਜਾਂ ਕੈਲੀਫੋਰਨੀਆ ਹੋ ਗਈਆਂ ਇੱਦਾਂ ਦੀਆਂ ਸਿਟੀਜ਼ ਦੇ ਵਿੱਚ ਪਰ ਜਿਹੜੇ ਛੋਟੇ ਟਾਊਨ ਨੇ ਉੱਥੇ ਪੁਲਿਸ ਹਜੇ ਵੀ ਕਾਫੀ ਸਟ੍ਰਿਕਟ ਹੈ ਉੱਥੇ ਗੋਲੀ ਮਾਰ ਦਿੰਦੇ ਬੰਦੇ ਨੂੰ ਉਹ ਨਹੀਂ ਕਹਿ ਸਕਦੇ ਇਹ ਵੀ ਬਿਲਕੁਲ ਸਹੀ ਹੈ ਇੱਦਾਂ ਹੀ ਹੈ ਭਾਜੀ ਕੁਛ ਚੀਜ਼ਾਂ ਕੁਛ ਸਟੇਟਸ ਦੇ ਨਾ ਰੂਲ ਥੋੜੇ ਥੋੜੇ ਡਿਫਰੈਂਟ ਨੇ ਕਿਉਂਕਿ ਪੂਰੇ ਅਮਰੀਕਾ ਦੇ ਵਿੱਚ ਸਾਰੇ ਸਟੇਟਸ ਦੇ ਰੂਲ ਸੇਮ ਨਹੀਂ ਹੈਗੇ ਯਾ ਕੁਛ ਸਟੇਟਸ ਦੇ ਵਿੱਚ ਰੂਲ ਇੱਦਾਂ ਜਿੱਦਾਂ ਤੁਸੀਂ ਗੱਲ ਦੱਸੀ ਉਹ ਬਿਲਕੁਲ ਸਹੀ ਹੈ ਤੇ ਵੈਸੇ ਤੇ ਜਿਹੜਾ ਤੁਸੀਂ ਗੋਲੀ ਮਾਰਨ ਵਾਲੀ ਗੱਲ ਕਹੀ ਹੈ ਉਹ ਤੇ ਇੱਥੇ ਜੇ ਪੁਲਿਸ ਵਾਲੇ ਨਾਲ ਤੁਸੀਂ ਕੋਆਪਰੇਟ ਨਹੀਂ ਕਰਦੇ ਤੇ ਉਹ ਤੁਹਾਨੂੰ ਸਿੱਧਾ ਗੋਲੀ ਮਾਰ ਸਕਦਾ ਹੈ ਤੇ ਇੱਥੇ ਹੈਗਾ ਕਿਉਂਕਿ ਉੱਥੇ ਆਈ ਥਿੰਕ ਰੀਜ਼ਨ ਬੀਨ ਜਿੱਦਾਂ ਕਦੀ ਕਦੀ ਨਾ ਹੁਣ ਇੰਸਟਾ ਤੇ ਵੀਡੀਓਜ਼ ਬਹੁਤ ਈਜ਼ੀਲੀ ਅਵੇਲੇਬਲ ਨੇ ਹੁਣ ਪਹਿਲੀ ਚੀਜ਼ ਹੈ ਕਿ ਉੱਥੇ ਹਥਿਆਰ ਲੈਣਾ ਬਹੁਤ ਈਜ਼ੀ ਹੈ ਅਮਰੀਕਾ ਦੇ ਬਹੁਤ ਈਜ਼ੀ ਬਹੁਤ ਸਿੰਪਲ ਤੁਹਾਨੂੰ ਕੋਈ ਜ਼ਿਆਦਾ ਪੇਪਰ ਵਰਕ ਨਹੀਂ ਚਾਹੀਦਾ ਸਾਰੀਆਂ ਸਟੇਟਸ 'ਚ ਨਹੀਂ ਹੈਗਾ ਭਾਜੀ ਨਿਊਯਾਰਕ 'ਚ ਨਹੀਂ ਲੈ ਸਕਦੇ ਤੁਸੀਂ ਨਿਊਯਾਰਕ 'ਚ ਲੈ ਨਹੀਂ ਸਕਦੇ ਕੈਰੀ ਵੀ ਨਹੀਂ ਕਰ ਸਕਦੇ ਮਤਲਬ ਬਾਹਰਲੀ ਸਟੇਟ 'ਚ ਵੀ ਨਹੀਂ ਲੈ ਕੇ ਜਾ ਸਕਦੇ ਨਿਊ ਜਰਸੀ 'ਚ ਨਹੀਂ ਲੈ ਸਕਦੇ ਸ਼ਾਇਦ ਯਾ ਤੇ ਜੇ ਤੁਸੀਂ ਇੱਥੇ ਆਉਂਦੇ ਹੋ ਇੰਡੀਆਨਾ ਦੇ ਵਿੱਚ ਜਾਂ ਓਹਾਇਓ ਜਾਂ ਇਹਨਾਂ ਇੱਦਾਂ ਦੀਆਂ ਸਟੇਟਸ ਦੇ ਵਿੱਚ ਆਈ ਥਿੰਕ ਕੈਲੀਫੋਰਨੀਆ ਵੀ ਉੱਥੋਂ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਨਹੀਂ ਬਟ ਇੱਥੇ ਤੁਸੀਂ ਜਸਟ ਆਪਣੇ ਡਰਾਈਵਿੰਗ ਲਾਇਸੈਂਸ ਲੈ ਜਾਓ ਆਪਣੀ ਆਈਡੀ ਸਟੇਟ ਆਈਡੀ ਲੈ ਜਾਓ ਯਾ ਤੇ ਤੁਸੀਂ ਕਿਹੜੀ ਵੀ ਗਨ ਲੈ ਸਕਦੇ ਹੋ ਤੇ ਕਿਹੜੀ ਵੀ ਗਨ ਲੈ ਸਕਦੇ ਜਿੱਦਾਂ ਮੈਂ ਉਹ ਇੰਸਟਾ ਦੀ ਗੱਲ ਕਰਦਾ ਪਿਆ ਨਾ ਇੰਸਟਾ ਜਾਂ ਯੂਟਿਊਬ ਹੋ ਗਿਆ ਉਹ ਚ ਕੀ ਮੈਂ ਕਦੀ ਕਦੀ ਦੇਖਦਾ ਹੁੰਦਾ ਕਿ ਪੁਲਿਸ ਵਾਲਾ ਕਿਸੇ ਗੱਡੀ ਨੂੰ ਰੋਕਦਾ ਹਾਂਜੀ ਠੀਕ ਹੈ ਪੁਲਿਸ ਵਾਲਾ ਪਿੱਛੇ ਲਾ ਕੇ ਉਹ ਡੈਸ਼ ਕੈਮ ਵੀਡੀਓ ਹੁੰਦੀ ਨਾ ਤੇ ਪੁਲਿਸ ਵਾਲਾ ਦੇ ਕੋਲ ਜਾਂਦਾ ਇੱਥੇ ਵੀ ਕੈਮਰਾ ਹੁੰਦਾ ਹਾਂ ਇੱਥੇ ਵੀ ਕੈਮਰਾ ਹੁੰਦਾ ਤੇ ਉਹ ਪੁਲਿਸ ਵਾਲਾ ਕੋਲ ਜਾਂਦਾ ਤੇ ਉਹਦੇ ਵਿੱਚੋਂ ਗੋਲੀਆਂ ਨਿਕਲਦੀਆਂ ਨੇ ਗੱਡੀ ਦੇ ਵਿੱਚ ਪੁਲਿਸ ਵਾਲੇ ਨੂੰ ਮਾਰ ਦਿੰਦੀਆਂ ਨੇ ਤੇ ਇਦਾਂ ਹੀ ਬਹੁਤ ਵੀਡੀਓਜ਼ ਸਾਹਮਣੇ ਆਈਆਂ ਨੇ ਤੇ ਆਈ ਥਿੰਕ ਪੁਲਿਸ ਦੀ ਜੌਬ ਖਾਸ ਕਰ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸਫੁਲ ਹੈ ਹਾਂ ਠੀਕ ਹੈ ਬਹੁਤ ਜ਼ਿਆਦਾ ਪਤਾ ਨਹੀਂ ਕਿੱਧਰੋਂ ਗੋਲੀ ਆਇਆ ਨਹੀਂ ਕਿਉਂਕਿ ਹਰੇਕ ਇਕੱਲੇ ਇਕੱਲੇ ਬੰਦੇ ਕੋਲ ਹਥਿਆਰ ਹੈ ਹਾਂਜੀ ਬਿਲਕੁਲ ਹੈਗਾ ਇਸ ਲਈ ਆਈਓ ਇੱਥੇ ਜਿਹੜੇ ਪੁਲਿਸ ਵਾਲੇ ਉਹ ਬਹੁਤ ਲੈਸ ਹੁੰਦੇ ਆ ਉਹਨਾਂ ਕੋਲ ਤਿੰਨ ਤਿੰਨ ਚਾਰ ਚਾਰ ਗਨਸ ਹੁੰਦੀਆਂ ਤੇ ਆਈ ਡੋਂਟ ਨੋ ਕਿ ਕਿਸੇ ਨੇ ਹੋਰ ਨੋਟਿਸ ਕੀਤਾ ਕਿ ਨਹੀਂ ਮਤਲਬ ਅਮਰੀਕਾ ਵਾਲੇ ਤੇ ਜ਼ਰੂਰ ਨੋਟਿਸ ਕਰਦੇ ਆ ਜਦੋਂ ਸਾਨੂੰ ਕੋਈ ਪੁਲਿਸ ਵਾਲਾ ਪੁੱਲ ਓਵਰ ਕਰਦਾ ਹੈ ਨਾ ਤੇ ਉਹਦਾ ਇੱਕ ਹੱਥ ਗਨ ਦੇ ਉੱਤੇ ਹੁੰਦਾ ਜਦੋਂ ਉਹਨੇ ਆਉਣਾ ਉਹਨੇ ਯਾ ਉਹਨੇ ਸਾਨੂੰ ਦਿਖਾਉਣਾ ਆ ਕਿ ਮੇਰਾ ਹੱਥ ਗਨ ਦੇ ਉੱਤੇ ਆ ਉਹਨੇ ਤੁਹਾਨੂੰ ਦਿਖਾ ਦੇਣਾ ਕਿ ਲਾਈਕ ਸਿਰਫ 1 ਸੈਕਿੰਡ ਤੋਂ ਵੀ ਘੱਟ ਟਾਈਮ ਦੇਣਾ ਮੈਂ ਜੇ ਕੋਈ ਹਰਕਤ ਕੀਤੀ ਸਿੱਧੀ ਗੋਲੀ ਗੋਲੀ ਪੈਣੀ ਹਾਂ ਉਹਨੇ ਦਿਖਾ ਦੇਣਾ ਸਾਨੂੰ ਸੋ ਹੁਣ ਜਦੋਂ ਸਾਨੂੰ ਪੁੱਲ ਓਵਰ ਕਰਦੇ ਆ ਰੂਲ ਆ ਕਿ ਤੁਹਾਡੇ ਦੋਵੇਂ ਹੱਥ ਸਟੀਅਰਿੰਗ ਦੇ ਉੱਤੇ ਹੋਣੇ ਚਾਹੀਦੇ ਆ ਜੇ ਰਾਤ ਦਾ ਟਾਈਮ ਆ ਤੇ ਤੁਸੀਂ ਏਦਾਂ ਹੋਣੇ ਚਾਹੀਦੇ ਹੋ ਤੇ ਤੁਸੀਂ ਬਾਹਰ ਨਹੀਂ ਨਿਕਲਣਾ ਜੇ ਕਿਸੇ ਨੂੰ ਨਹੀਂ ਪਤਾ ਤੇ ਉਹ ਵੀ ਨੋਟ ਕਰ ਲਵੇ ਕਿ ਜੇ ਤੁਹਾਨੂੰ ਪੁਲਿਸ ਵਾਲਾ ਪੁੱਲ ਓਵਰ ਕਰਦਾ ਅਮਰੀਕਾ ਦੇ ਵਿੱਚ ਤੇ ਤੁਸੀਂ 1% ਵੀ ਕੋਈ ਏਦਾਂ ਦੀ ਹਰਕਤ ਨਹੀਂ ਕਰਨੀ ਕਿ ਜਿਹਦੇ ਕਰਕੇ ਪੁਲਿਸ ਵਾਲੇ ਨੂੰ ਇਹ ਲੱਗੇ ਕਿ ਵਾਕਈ ਤੁਸੀਂ ਗਲਤ ਹੋ ਤੇ ਉਹ ਬਹੁਤ ਡੇਂਜਰਸ ਕੰਮ ਹੋ ਸਕਦਾ ਹੈ ਸਹੀ ਹੁੰਦੇ ਹੋਇਆ ਵੀ ਗਲਤ ਹੋ ਸਕਦਾ ਇਹ ਚੀਜ਼ ਬੜੀ ਲਾਜ਼ਮੀ ਆ ਹਾਂ ਠੀਕ ਹੈ ਕਰਪਸ਼ਨ ਜ਼ਰੂਰ ਆਉਂਦੀ ਹੈ ਜਦੋਂ ਪਾਵਰ ਆਉਂਦੀ ਹੈ ਨਾ ਕੋਈ ਕਰਪਸ਼ਨ ਜ਼ਰੂਰ ਆਉਂਦੀ ਹੈ ਬਟ ਪੁਲਿਸ ਦਾ ਇੰਨਾ ਸਟਰੋਂਗ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਸਟ੍ਰਿਕਟ ਹਰੇਕ ਬੰਦੇ ਨੂੰ ਪਤਾ ਹੋਵੇ ਕਿ ਕੋਈ ਗਲਤ ਚੀਜ਼ ਨਹੀਂ ਕਰਨੀ ਠੀਕ ਹੈ ਹੁਣ ਇੱਥੇ ਨਿਊਜ਼ੀਲੈਂਡ ਦੇ ਵਿੱਚ ਹਾਂਜੀ ਸਾਡੇ ਕੋਲ ਪਤਾ ਕਿਹੜੇ ਹਥਿਆਰ ਨੇ ਗੈਸਟ ਕਰੋ ਨਹੀਂ ਪਤਾ ਸਾਡੇ ਕੋਲ ਡੰਡੇ ਨੇ ਪੁਲਿਸ ਵਾਲਿਆਂ ਕੋਲ ਔਰ ਗਨ ਨਹੀਂ ਹੈਗੀ ਆਪਾਂ ਕੋਲ ਗਨ ਨਹੀਂ ਹੈਗੀਆਂ ਪੁਲਿਸ ਵਾਲਿਆਂ ਕੋਲ ਅੱਛਾ ਫਿਰ ਇਹ ਚੰਗਾ ਵੀ ਹੈ ਮੈਨੂੰ ਲੱਗਦਾ ਫਿਰ ਬੰਦੇ ਜ਼ਿਆਦਾ ਕ੍ਰਾਈਮ ਕਰਦੇ ਵੀ ਨਹੀਂ ਹੋਣਗੇ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਨਾ ਕਿ
ਕ੍ਰਾਈਮ ਰੇਟ ਕਹਿ ਲਈਏ ਕਿ ਬਹੁਤ ਘੱਟ ਹੈ ਜਾਂ ਇੱਦਾਂ ਦਾ ਵਾਇਲੈਂਟ ਕ੍ਰਾਈਮਸ ਨਹੀਂ ਹੁੰਦੇ ਜਿੱਦਾਂ ਉੱਥੇ ਹੁੰਦੇ ਨੇ ਨਾ ਅਮਰੀਕਾ ਦੇ ਵਿੱਚ, ਕਿਉਂਕਿ ਗੰਨਾਂ ਲੈਣੀਆਂ ਸੌਖੀਆਂ ਨੇ, ਠੀਕ ਹੈ, ਗੈਂਗਸ ਦੇ ਵਿੱਚ ਫਾਇਰ ਹੋ ਜਾਂਦਾ ਆ ਜੋ ਨੋਰਮਲ ਆ, ਠੀਕ ਹੈ, ਫਿਰ ਸਕੂਲ ਸ਼ੂਟਿੰਗਸ ਕਿੰਨੀਆਂ ਹੁੰਦੀਆਂ ਨੇ, ਠੀਕ ਹੈ, ਮਾਲ ਸ਼ੂਟਿੰਗ ਕਿੰਨੀਆਂ ਹੁੰਦੀਆਂ ਨੇ, ਠੀਕ ਹੈ, ਇਸ ਲਈ ਪੁਲਿਸ ਦਾ ਲੈਸ ਹੋਣਾ ਜ਼ਰੂਰੀ ਆ। ਇੱਥੇ ਨਿਊਜ਼ੀਲੈਂਡ ਦੇ ਵਿੱਚ ਵਾਇਲੈਂਟ ਕ੍ਰਾਈਮਸ ਨਹੀਂ ਹੁੰਦੇ, ਇਹ ਨਹੀਂ ਆ ਕਿ ਆਈ ਥਿੰਕ ਕੁਛ ਹਫ਼ਤੇ ਪਹਿਲੋਂ ਇੱਕ ਵਾਇਲੈਂਟ ਕ੍ਰਾਈਮ ਹੋਇਆ ਕਿ ਸਿਟੀ ਦੇ ਵਿੱਚ ਕਿਸੇ ਨੇ ਓਪਨ ਫਾਇਰ ਕਰਤਾ, ਉਹ ਇੱਕ ਵਾਇਲੈਂਟ ਕ੍ਰਾਈਮ ਸੀ। ਫਿਰ ਸਾਡੇ ਕ੍ਰਾਈਸਚਰਚ ਦੇ ਵਿੱਚ ਹੋਇਆ ਕਿ ਇੱਕ ਆਈ ਥਿੰਕ ਬੰਦੇ ਨੇ ਜਾ ਕੇ ਮੋਸਕ ਦੇ ਵਿੱਚ ਓਪਨ ਫਾਇਰ ਕਰਤਾ, ਬੜੀ ਚਿੰਤਾ ਉਹਨੇ ਮਾਰੀ ਮਸਜਿਦ ਵਿੱਚ ਜਾ ਕੇ, ਉਸ ਤੋਂ ਬਾਅਦ ਸਾਡੇ ਇੱਥੇ ਗੰਨਾਂ ਬੈਨ ਹੋ ਗਈਆਂ ਸੀ। ਬਟ ਇੱਥੇ ਜਿੱਦਾਂ ਗੱਲ ਕਰੀਏ ਕਿ ਇੱਥੇ ਸਾਡੇ ਇੰਨੇ ਜ਼ਿਆਦਾ ਰਿਲੈਕਸ ਰੂਲਸ ਨੇ ਕਿ ਸਾਡੇ ਇੱਥੇ ਚੋਰੀਆਂ ਬਹੁਤ ਹੁੰਦੀਆਂ ਨੇ, ਕਿ 13-14 ਹੁਣ ਸਾਡੇ ਜਿਹੜੀ ਇੱਥੇ ਦੇ ਰਿਹਾਇਸ਼ੀ ਬੰਦੇ ਨੇ, ਜਿਹੜੀ ਰੇਸ ਰਿਹਾਇਸ਼ੀ ਰੇਸ ਕਹਿ ਲਈਏ, ਆਈਲੈਂਡਰ ਜਿੰਨਾ ਆਪਾਂ ਕਹਿੰਦੇ ਹਾਂ, ਬੜੇ ਬੜੇ ਤਗੜੇ ਹੁੰਦੇ ਨੇ ਭਾਜੀ। ਜਿੱਦਾਂ ਆਪਣਾ ਰੌਕ ਹੋ ਗਿਆ ਨਾ, ਦਾ ਰੌਕ, ਠੀਕ ਹੈ, ਇੱਥੇ ਸਾਰੇ ਇੱਦਾਂ ਦੇ ਹੀ ਨੇ, 13-14, 14-15 ਸਾਲਾਂ ਦੇ, 6-6 ਫੁੱਟ ਦੇ। ਇੱਥੇ ਆਇਰਨ ਆਇਰਨ ਰੇਸ ਬੋਲਦੇ ਆ ਉਹਨੂੰ ਸ਼ਾਇਦ, ਇੱਥੇ ਵੀ ਹੈਗੇ ਗੋਰੇ, ਮੈਨੂੰ, ਮੈਂ ਸ਼ਾਇਦ ਹੋ ਸਕਦਾ ਗਲਤ ਹੋਵਾਂ, ਉਹ ਕਾਲੇ ਵੀ ਕੁਛ ਇੱਦਾਂ ਦੇ ਨੇ, ਤੇ ਜ਼ਿਆਦਾ ਮੈਂ ਗੋਰੇ ਦੇਖੇ ਆ, ਉਹ ਵੀ ਜਿੱਦਾਂ ਤੁਸੀਂ ਕਹਿ ਰਹੇ ਹੋ ਬਾਸਕਿਟਬਾਲ ਖੇਲਦੇ ਆ, ਉਹ ਬੱਚੇ ਟੀਨੇਜ ਬੜੇ ਮਤਲਬ ਬਹੁਤ ਤਗੜੇ ਤਗੜੇ। ਤੇ ਇੱਥੇ ਇੱਦਾਂ ਕਿ ਅਗਰ ਤੁਸੀਂ 18 ਸਾਲ ਤੋਂ ਘੱਟ ਹੋ ਨਾ, ਕੋਈ ਵੀ ਚੀਜ਼ ਤੁਹਾਡੇ ਤੇ ਕੇਸ ਹੋਣਾ ਬਹੁਤ ਘੱਟ ਜਾਂਦਾ 18 ਸਾਲ ਤੁਸੀਂ ਘੱਟ ਹੋ। ਤੇ ਇੱਥੇ ਜਿੰਨੇ ਕ੍ਰਾਈਮ ਹੁੰਦੇ ਨੇ ਬੱਚੇ ਕਰਦੇ ਨੇ, ਉਹ ਵੀ ਕਰਦੇ ਨੇ, ਗੱਡੀ ਚੋਰੀ ਕਰਨੀ ਉਹਨਾਂ ਨੇ, ਜਿਹੜੀ ਦੁਕਾਨ ਲੁੱਟਣੀ ਹੈ ਦੁਕਾਨ ਦੇ ਵਿੱਚ ਗੱਡੀ ਮਾਰਨੀ ਹੈ, ਤੋੜ ਦੇਣੀ ਦੁਕਾਨ, ਅੰਦਰ ਜਾਣਾ, ਲੁੱਟ ਕੇ ਲੈ ਜਾਣਾ, ਏਦਾਂ ਦੇ ਕ੍ਰਾਈਮ ਇੱਥੇ ਜ਼ਿਆਦਾ ਨੇ, ਕਿਉਂਕਿ ਪੁਲਿਸ ਦਾ ਡਰ ਨਹੀਂ ਹੈਗਾ, ਠੀਕ ਹੈ। ਅਗਰ ਪੁਲਿਸ ਦਾ ਡਰ ਹੋਵੇ ਤੇ ਉਹ ਚੀਜ਼ਾਂ ਵੀ ਨਾ ਹੋਣ, ਤੇ ਇਸ ਲਈ ਤਾਂ ਮੈਂ ਪੁਲਿਸ ਦੀ ਗੱਲ ਕਰਦਾ ਪਿਆ ਸੀ, ਪੁਲਿਸ ਦਾ ਲੈਸ ਹੋਣਾ ਬਹੁਤ ਬਹੁਤ ਜ਼ਰੂਰੀ ਆ। ਆਪਣੇ ਤੇ ਪੁਲਿਸ ਦਾ ਚਲੋ ਡਰ ਹੀ ਬਹੁਤ ਆ, ਬਟ ਫਿਰ ਵੀ ਆਪਣੇ ਕ੍ਰਾਈਮ ਕਾਫੀ ਹੁੰਦਾ ਆ, ਠੀਕ ਹੈ, ਨਸ਼ੇ ਵਾਲੇ ਹੁਣ ਦਾ ਆਪਣੇ ਕ੍ਰਾਈਮ ਬਹੁਤ ਜ਼ਿਆਦਾ ਹੋਣ ਲੱਗ ਪਏ ਕਿ ਨਸ਼ਾ ਬਹੁਤ ਜ਼ਿਆਦਾ ਗੰਦਾ ਹੋ ਗਿਆ ਆਪਣੇ ਪੰਜਾਬ ਦੇ ਵਿੱਚ। ਮੈਂ ਕਈ ਵਾਰ ਇਦਾਂ ਮੈਨੂੰ ਲੱਗਦਾ ਭਾਜੀ, ਆਈ ਡੋਂਟ ਨੋ ਮੈਂ ਸਹੀ ਆ ਕਿ ਗਲਤ ਆ, ਕਿ ਹਾਲਾਤ ਇਦਾਂ ਦੇ ਬਣਾਏ ਜਾਂਦੇ ਨੇ ਕਿ ਮੈਜੋਰਿਟੀ ਆਫ ਪੀਪਲਸ ਉਧਰਲੇ ਪਾਸੇ ਨੂੰ ਜਾਣ, ਲੋਕੀ ਉਧਰਲੇ ਪਾਸੇ ਨੂੰ ਜਾਣ। ਜਿੱਦਾਂ ਹੁਣ ਅਮੈਰੀਕਾ ਦੀ ਆਪਾਂ ਗੱਲ ਕਰਦੇ ਪਏ ਆ, ਟੂ ਬੀ ਓਨੈਸਟ, ਪਰਮਾਤਮਾ ਦੀ ਕਿਰਪਾ ਨਾਲ ਸਾਡੇ ਨਾਲ ਕਦੀ ਵੀ ਕੋਈ ਏਦਾਂ ਦਾ ਇੰਸੀਡੈਂਟ ਨਹੀਂ ਹੋਇਆ, ਹਨਾ। ਬੜੇ ਜਾਣੇ ਕਹਿੰਦੇ ਕਿ ਯਾਰ ਮੇਰੇ ਨਾਲ ਇੱਦਾਂ ਹੋਇਆ, ਮੈਨੂੰ ਇੱਦਾਂ ਲੱਗਾ, ਸਾਡੇ ਨਾਲ ਇੱਦਾਂ ਨਹੀਂ ਹੋਇਆ। ਦੂਜੀ ਗੱਲ, ਮੈਂ ਕਈ ਵਾਰ ਇਹ ਸਮਝਦਾ ਹੁੰਦਾ ਕਿ ਹੁੰਦਾ ਕੀ ਹੈ ਕਈ ਵਾਰ ਨਾ, ਹੁਣ ਐਗਜ਼ਾਮਪਲ ਦੇ ਕੇ ਮੈਂ ਤੁਹਾਨੂੰ ਦੱਸਦਾ ਕਿ ਮੈਂ ਹੁਣ ਜਿਹੜੇ ਘਰ 'ਚ ਮੰਨ ਲਓ ਰਹਿੰਦਾ ਹਾਂ, ਮੇਰੇ ਸਾਹਮਣੇ ਮੇਰਾ ਪੜੋਸੀ ਐਵਰੀ ਡੇ ਕੁਛ ਨਵਾਂ ਕਰ ਰਿਹਾ, ਨਵਾਂ ਕੁਛ ਅਚੀਵ ਕਰ ਰਿਹਾ, ਤੇ ਮੇਰੀ ਕੰਡੀਸ਼ਨਿੰਗ ਇੱਦਾਂ ਦੀ ਹੈ, ਮੇਰਾ ਮਾਹੌਲ ਇੱਦਾਂ ਦਾ ਹੈ ਕਿ ਮੈਨੂੰ ਵਾਕਈ ਨਹੀਂ ਪਤਾ ਲੱਗਦਾ ਪਿਆ ਮੈਂ ਕਰਾਂ ਕੀ, ਹਨਾ। ਬਟ ਮੈਂ ਇਹੀ ਦੇਖਦੇ ਕਿ ਆਪਣੇ ਆਪ ਦੇ, ਆਪਣਾ ਜਿੱਦਾਂ ਕਹਿ ਲਓ ਕਿ ਦਿਮਾਗ ਦਾ ਟੈਂਪਰੇਚਰ ਅਪ ਕਰੀ ਜਾ ਰਿਹਾ ਕਿ ਯਾਰ ਅਸੀਂ ਇਕੱਠੇ ਚੱਲੇ ਸੀ, ਅੱਜ ਉਹ ਮੇਰੇ ਸਾਹਮਣੇ ਪੜੋਸੀ ਕਿੱਥੇ ਤੱਕ ਪਹੁੰਚ ਗਿਆ, ਮੈਂ ਕੁਛ ਕਰ ਹੀ ਨਹੀਂ ਪਾਇਆ। ਬਜਾਏ ਕਿ ਫਿਰ ਕੀ ਹੁੰਦਾ, ਫਿਰ ਇੱਕ ਦਿਨ ਇੱਦਾਂ ਦਾ ਆਉਂਦਾ ਕਿ ਮੈਂ ਬੜਾ ਅਗਰੈਸਿਵ ਹਾਂ, ਜੇ ਉਹਨੇ ਮੈਨੂੰ ਮਾੜਾ ਜਿਹਾ ਹੀ ਕੁਛ ਕਿਹਾ ਤੇ ਮੇਰੇ ਕੋਲ ਸਾਰਾ ਕੁਛ ਅਵੇਲੇਬਲ ਹੈ, ਮੈਂ ਬੜਾ ਕੁਛ ਕਰ ਦਿੱਤਾ ਉਹਦੇ ਉਹਦੇ ਖਿਲਾਫ, ਰਾਈਟ। ਸੋ ਐਵੇਂ ਦਾ ਨਾ ਇੱਥੇ ਅਮੈਰੀਕਾ ਦੇ ਵਿੱਚ ਇਹ ਸਿਸਟਮ ਬੜਾ ਹੈ। ਹੁਣ ਸ਼ਾਇਦ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਇਸ ਗੱਲ ਦਾ ਪਤਾ ਹੋਣਾ ਕਿ ਹਸਬੈਂਡ ਵਾਈਫ ਦੋਵੇਂ ਕੰਮ ਤੇ ਜਾ ਰਿਹਾ, ਬੱਚਾ ਜਿਹੜਾ ਉਹ ਆਪਣੇ ਆਪ ਹੀ ਬੇਬੀ ਸੀਟਿੰਗ ਤੋਂ ਪਲਦਾ ਪਿਆ, ਜਾਂ ਵਿਚਾਰਾ ਆਪਣੇ ਆਪ ਹੀ ਉਹ ਜਿੱਦਾਂ ਇੱਕ ਆਪਣੇ ਆਪ ਹੀ ਪੌਦਾ ਗਰੋ ਹੁੰਦਾ, ਜਿੱਧਰ ਮਰਜ਼ੀ ਨੂੰ ਚਲੀਆਂ ਜਾਂਦੀਆਂ ਉਹਦੀਆਂ ਟਾਹਣੀਆਂ, ਰਾਈਟ। ਤੇ ਜੇ ਕੋਈ ਉਹਨੂੰ ਸੰਭਾਲ ਕੇ ਉਗਾਏ ਤੇ ਉਹ ਉਹਨੂੰ ਸਿੱਧਾ ਸਿੱਧਾ ਰੱਖਦਾ। ਸੋ ਉਹ ਬੱਚੇ ਨੇ ਜਦੋਂ ਵੱਡਾ ਹੋਣਾ ਹੈ, ਹਨਾ, ਤੇ ਫਿਰ ਉਹ ਇੱਕ ਇੱਦਾਂ ਦਾ ਹੈ ਕਿ ਇੱਕ ਬਹੁਤ ਜ਼ਬਰਦਸਤ ਟਰੱਕ ਫੜਾ ਦਿਓ, ਉਹਦਾ ਗੇਅਰ ਪਾਤਾ ਤੇ ਸਟੀਅਰਿੰਗ ਨੂੰ ਅਸੀਂ ਫੜਿਆ ਹੀ ਨਹੀਂ ਹੋਇਆ, ਉਹਨੇ ਫਿਰ ਜਿੱਦਾਂ ਨੂੰ ਜਾਣਾ ਉਹਨੇ ਰਗੜੀ ਜਾਣਾ ਸਾਰਾ ਕੁਝ। ਮੈਨੂੰ ਨਾ ਕਾਈਂਡ ਆਫ ਆ ਸਿਸਟਮ ਹੈ। ਹਾਂ, ਮੈਨੂੰ ਕਦੀ ਕਦੀ ਜਦੋਂ ਮੈਂ ਇਹ ਚੀਜ਼ ਉੱਤੇ ਗੱਲ ਕਰਦਾ ਨਾ, ਮੈਨੂੰ ਬੜਾ ਪੁਸ਼ਬੈਕ ਮਿਲਦਾ, ਖਾਸ ਕਰ ਮੇਰੇ ਫਰੈਂਡਸ ਵੱਲੋਂ।
ਹੁਣ ਮੈਂ ਤੁਹਾਨੂੰ ਕਹਿੰਦਾ ਹੁੰਦਾ ਕਿ ਦੇਖੋ ਮੁੰਡੇ ਤੇ ਕੁੜੀ ਦੇ ਰੋਲ ਅਲੱਗ ਅਲੱਗ ਨੇ ਤੇ ਉਹ ਬੜੇ ਇੰਪੋਰਟੈਂਟ ਰੋਲ ਨੇ। ਹੁਣ ਇੱਕ ਗੱਡੀ ਹੈ, ਹੁਣ ਕਹਿ ਲਈ ਕਿ ਜੇ ਇੰਜਣ $5,000 ਦਾ $10,000 ਦਾ ਤੇ ਟਾਇਰ ਦੀ ਇੱਕ ਪਿੰਨ $10 ਦੀ ਹੈ, ਇਹ ਨੀ ਕਹਿ ਸਕਦੇ ਜਿਹੜੀ ਪਿੰਨ ਆ ਨਿੱਕੀ ਜਿਹੀ ਉਹਦਾ ਰੋਲ ਨੀ ਹੈਗਾ, ਉਹਦਾ ਰੋਲ ਨੀ ਹੈਗਾ। ਉਹ ਪਿੰਨ ਤੋਂ ਬਿਨਾਂ ਟਾਇਰ ਨੀ ਚੜਨਾ ਤੇ ਟਾਇਰ ਤੋਂ ਬਿਨਾਂ ਗੱਡੀ ਨੀ ਚੱਲਣੀ, ਠੀਕ ਹੈ। ਹੁਣ ਤੁਸੀਂ ਗੱਲ ਕੀ ਬੱਚੇ ਵਾਲੀ, ਤੇ ਬੰਦਾ ਵੀ ਤੇ ਜਨਾਨੀ ਵੀ ਕੰਮ ਦੇ ਚਲੇ ਗਏ, ਠੀਕ ਹੈ, ਤੇ ਬੱਚਾ ਪਲਦਾ ਪਿਆ ਟਿਕਟੋਕ ਦੇ ਉੱਤੇ, ਬੱਚਾ ਪਲਦਾ ਪਿਆ ਇੰਸਟਾਗ੍ਰਾਮ ਦੇ ਉੱਤੇ, ਬੱਚਾ ਪਲਦਾ ਪਿਆ ਯੂਟਿਊਬ ਦੇ ਉੱਤੇ, ਤੇ ਉਹਨੇ ਜੋ ਦੇਖਣਾ ਉਹਨੇ ਉਹ ਕਰਨਾ। ਮੈਂ ਨਾ ਕਿਸੇ ਦੇ ਘਰ ਗਿਆ, ਬਿਫੋਰ ਆਈ ਕੰਟੀਨਿਊ ਔਨ ਦਿਸ, ਮੈਂ ਕਿਸੇ ਦੇ ਘਰ ਗਿਆ ਤੇ ਇੱਕ ਰਿਸ਼ਤੇਦਾਰ ਹੀ ਸੀ ਇੱਥੇ, ਦੂਰ ਦੇ ਰਿਸ਼ਤੇਦਾਰ ਕਹਿ ਲਈਏ, ਤੇ ਉਹਨੇ ਨਾ ਬੱਚੇ ਨੂੰ ਫੋਨ ਫੜਾਇਆ ਪਿਆ, ਜੋ ਇੱਕ ਨੋਰਮਲ ਜੀ ਚੀਜ਼ ਆ ਅੱਜ ਕੱਲ੍ਹ ਬੱਚੇ ਨੂੰ ਫੋਨ, ਠੀਕ ਹੈ, ਤੇ ਬੱਚੇ ਨੂੰ ਕਾਰਟੂਨ ਲਾ ਕੇ ਦਿੱਤੇ ਪਏ, ਠੀਕ ਹੈ। ਇੱਕ ਕਾਰਟੂਨ ਹੁੰਦੇ ਆ ਮਿੱਕੀ ਮਾਊਸ ਵਾਲੇ, ਹੁਣ ਇੱਕ ਕਾਰਟੂਨ ਸ਼ਾਇਦ ਤੁਸੀਂ ਨਾਮ ਸੁਣਿਆ ਹੋਏਗਾ ਫੈਮਲੀ ਗਾਇ, ਫੈਮਲੀ ਗਾਇ ਇੱਕ ਅਮੈਰੀਕਨ ਕਾਰਟੂਨਸ ਨੇ, ਉਹ ਕੀ ਹੈ ਉਹ ਅਡਲਟ ਕਾਰ ਜਿੱਦਾਂ ਸਿਮਸਨ ਹੈ ਨਾ, ਸਿਮਸਨ ਸ਼ਾਇਦ ਤੁਸੀਂ ਸੁਣਿਆ ਹੋਏਗਾ, ਹਾਂ 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 ਜੀ ਹਾਂ ਜੀ ਹਾਂ, ਫੈਮਲੀ ਗਾਇ ਅਡਲਟ ਕਾਰਟੂਨ, ਕਿਉਂਕਿ ਸਿਆਣੇ ਵਾਲੀ ਗੱਲ ਆ, ਮੈਨੂੰ ਮੈਨੂੰ ਸਮਝ ਆ ਰਹੀ ਹੈ ਨਾਮ ਤੋਂ ਨਹੀਂ ਮੈਨੂੰ ਯਾਦ, ਬਟ ਮੇਰੇ ਸਾਹਮਣੇ ਉਹ ਸੀਨ ਆ ਗਿਆ ਜਿਹੜਾ ਤੁਸੀਂ ਦੱਸ ਰਹੇ ਹੋ, ਸਿਆਣਿਆਂ ਵਾਸਤੇ ਕਾਰਟੂਨ ਨੇ, ਸਿਆਣਿਆਂ ਵਾਸਤੇ ਕਾਰਟੂਨ ਨੇ ਮਤਲਬ ਉੱਥੇ ਸਿਆਣੇ ਵਾਲੀਆਂ ਗੱਲਾਂ ਹੋਣਗੀਆਂ, ਉਦਾਂ ਦੇ ਜੋਕ ਹੋਣਗੇ ਜੋ ਬੱਚਿਆਂ ਨੂੰ ਨਹੀਂ ਸੁਣਨੇ ਚਾਹੀਦੇ, ਉਹਨਾਂ ਨੇ ਫੋਨ ਫੜਾਇਆ ਪਿਆ ਤੇ ਉਹ ਫੈਮਲੀ ਗਾਇ ਨਿਆਣਾ ਦੇਖੇ, ਮੈਂ ਕਿਹਾ ਤੁਸੀਂ ਬੱਚੇ ਨੂੰ ਕੀ ਫੜਾ ਕੇ ਦਿੱਤਾ ਪਿਆ, ਕਹਿੰਦੇ ਉਹਨੂੰ ਅਸੀਂ ਕਾਰਟੂਨ ਹੀ ਲਾ ਦਿੰਦੇ ਹਾਂ ਥੋੜਾ ਕਾਮ ਰਹਿੰਦਾ, ਮੈਂ ਕਿਹਾ ਤੁਹਾਨੂੰ ਪਤਾ ਉਹ ਦੇਖਣ ਕੀ ਦਿਆ ਵਿੱਚ, ਕਹਿੰਦੇ ਕਾਰਟੂਨ ਹੀ ਤੇ ਲੱਗੇ ਆ, ਮੈਂ ਕਿਹਾ ਤੁਸੀਂ ਕਾਰਟੂਨ ਦੇਖੇ ਆ ਕਦੀ ਪਹਿਲਾਂ, ਮੈਂ ਕਿਹਾ ਬੱਚਿਆਂ ਦੇ ਕਾਰਟੂਨ ਹੀ ਹੈਗੇ, ਠੀਕ ਹੈ। ਇਹ ਇੱਕ ਐਗਜ਼ਾਮਪਲ ਕਿ ਇਹ ਰਿਐਲਿਟੀ ਆਪਣੀ ਬਣ ਚੁੱਕੀ ਹੈ। ਫਿਰ ਜਦੋਂ ਮੈਂ ਗੱਲ ਕਰਦਾ ਪਿਆ ਨਾ ਕਿ ਮੈਨੂੰ ਬੜਾ ਪੁਸ਼ਬੈਕ ਮਿਲਦਾ ਜਦੋਂ ਮੈਂ ਕਹਿੰਦਾ ਵਾ ਕਿ ਬੰਦਾ ਪ੍ਰੋਵਾਈਡਰ ਹੈ, ਕਿ ਬੰਦੇ ਨੂੰ ਪ੍ਰੋਵਾਈਡ ਕਰਨਾ ਚਾਹੀਦਾ, ਠੀਕ ਹੈ, ਤੇ ਆਪਾਂ ਨੂੰ ਘਰੇ ਵੀ ਕੋਈ ਨਾ ਕੋਈ ਚਾਹੀਦਾ ਆ ਬੱਚਿਆਂ ਧਿਆਨ ਰੱਖਣ ਵਾਸਤੇ। ਉਹ ਤੂੰ ਕਿੱਦਾਂ ਕਹਿ ਦਿੱਤਾ ਕਿ ਜਨਾਨੀ ਨੂੰ ਘਰ ਰਹਿਣਾ ਚਾਹੀਦਾ, ਮੈਂ ਕਿਹਾ ਦੇਖੋ ਮੇਰਾ ਉਹ ਕਹਿਣ ਦਾ ਨਹੀਂ ਮਤਲਬ ਹੈਗਾ, ਮੈਂ ਕਹਿਣ ਦਾ ਮਤਲਬ ਹੈ ਕਿ ਦੇਖੋ ਹੁਣ ਮੈਂ ਕਹਾਂ ਕਿ ਯਾਰ ਜਨਾਨੀ ਕੁੱਕ ਕਰਦੀ ਹੈ, ਠੀਕ ਹੈ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਉਹਨੂੰ ਚੀਜ਼ ਨੂੰ ਮਾੜਾ ਕਰਤਾ ਕਿ ਜਨਾਨੀ ਕਿਚਨ 'ਚ ਨਹੀਂ ਜਾਂਦੀ। ਹੁਣ ਉਹੀ ਜਨਾਨੀ ਸ਼ੈਫ ਹੋਵੇ, ਕੁਕਿੰਗ ਉੱਥੇ ਵੀ ਕਰਨੀ, ਪਰ ਉੱਥੇ ਪੈਸੇ ਮਿਲਣ ਦੇ ਆ। ਹੁਣ ਪੈਸਾ ਇੱਕ ਸੈਂਟਰਲ ਰੋਲ ਬਣ ਗਿਆ ਕਿ ਪੈਸਾ ਲਿਆਉਣਾ ਬੜਾ ਇੰਪੋਰਟੈਂਟ ਆ। ਹੁਣ ਜਦੋਂ ਮੈਂ ਕਹਿੰਦਾ ਕਿ ਬੰਦਾ ਹੈ ਪ੍ਰੋਵਾਈਡਰ, ਬੈਕ ਇਨ ਦਾ ਡੇਸ ਪੁਰਾਣੇ ਦਿਨਾਂ ਦੀ ਆਪਾਂ ਗੱਲ ਕਰਦੇ ਹਾਂ, ਬੰਦੇ ਦਾ ਬਾਹਰ ਜਾ ਕੇ ਕੰਮ ਕਰਨਾ ਜਾਂ ਜਨਾਨੀ ਦਾ ਬਾਹਰ ਜਾ ਕੇ ਕੰਮ ਕਰਨਾ, ਬੰਦੇ ਕੋਲ ਜ਼ਿਆਦਾ ਆਪਸ਼ਨ ਸੀ, ਠੀਕ ਹੈ, ਬੰਦਾ ਥੋੜ੍ਹਾ ਹਾਰਡ ਲੇਬਰ ਵੀ ਕਰ ਸਕਦਾ, ਬੰਦਾ ਗਟਰ ਦੇ ਵਿੱਚ ਜਾ ਸਕਦਾ, ਠੀਕ ਹੈ, ਬੰਦਾ ਮਾਈਨਿੰਗ ਕਰ ਸਕਦਾ, ਠੀਕ ਹੈ, ਹਾਰਡ ਲੇਬਰ ਕਰ ਸਕਦਾ, ਬੰਦੇ ਕੋਲ ਆਪਸ਼ਨ ਜ਼ਿਆਦਾ ਸੀ ਇਸ ਲਈ ਬੰਦਾ ਜਾਂਦਾ ਸੀ, ਬੰਦਾ ਬਾਇਓਲੋਜੀਕਲੀ ਸਟਰੋਂਗ ਸੀ ਇਸ ਲਈ ਬੰਦਾ ਬਾਹਰ ਜਾਂਦਾ ਸੀ ਤੇ ਜਨਾਨੀ ਘਰੇ ਰਹਿੰਦੀ ਸੀ, ਠੀਕ ਹੈ, ਇੱਕ ਚੀਜ਼ ਹੋ ਗਈ। ਬਟ ਇਹ 'ਤੇ ਜਦੋਂ ਪੁਸ਼ਬੈਕ ਮਿਲਦਾ ਜਿੱਦਾਂ ਕਿਹਾ ਨਾ ਕਿ ਪੈਸੇ ਨੂੰ ਆਪਾਂ ਸੈਂਟਰਲ ਚੀਜ਼ 'ਤੇ ਬਣਾ ਦਿੱਤਾ, ਮੈਂ ਕਿਹਾ ਅੱਜ ਅਗਰ ਮੇਰੀ ਵਾਈਫ ਕਵੇ ਕਿ ਮੈਂ ਜ਼ਿਆਦਾ ਕਮਾਉਂਦੀ ਪਈ ਹਾਂ ਤੇਰੇ ਨਾਲੋਂ, ਮੈਨੂੰ ਥੋੜ੍ਹੀ ਕੋਈ ਪ੍ਰੋਬਲਮ ਹੈ ਘਰ ਰਹਿਣ ਦੀ, ਮੈਂ ਘਰ ਰਵਾਂਗਾ ਬੱਚੇ ਸਾਂਭਾਂਗਾ, ਮੇਰੇ ਲਈ ਨਹੀਂ ਮੈਟਰ ਕਰਦਾ। ਅਗਰ ਜਿੰਨਾ ਜਿਹੜਾ ਬੰਦਾ ਜ਼ਿਆਦਾ ਪੈਸੇ ਕਮਾਉਂਦਾ ਪਿਆ ਉਹ ਬਾਹਰ ਜਾਵੇ, ਆਈ ਡੋਂਟ ਕੇਅਰ, ਬਟ ਮੇਰੇ ਲਈ ਬੜਾ ਇੰਪੋਰਟੈਂਟ ਹੈ ਕਿ ਅਗਰ ਮੇਰੀ ਜਨਾਨੀ ਕੋਈ ਕੰਮ ਕਰਦੀ ਪਈ ਉਹ ਬੜਾ ਰਿਸਪੈਕਟਫੁਲ ਹੋਵੇ। ਮੈਂ ਨਹੀਂ ਚਾਹੁੰਦਾ ਕਿ ਉਹ ਗਟਰ 'ਚ ਜਾ ਕੇ ਕੰਮ ਕਰੇ, ਮੈਂ ਨਹੀਂ ਚਾਹੁੰਦਾ, ਮੈਂ ਕਰ ਸਕਦਾ ਵਾਂ, ਬਟ ਮੈਂ ਨਹੀਂ ਚਾਹਾਂ ਕਿ ਮੇਰੀ ਵਾਈਫ ਗਟਰ ਦੇ ਵਿੱਚ ਜਾਵੇ, ਠੀਕ ਹੈ। ਇੱਕ ਨਾ ਉਹੀ ਮੈਂ ਲਾਸਟ ਕੰਕਲੂਡ ਕਰਨ ਲੱਗਾ ਪੁਆਇੰਟ ਕਿ ਅਗਰ ਅੱਜ ਆਪਾਂ ਕਹਿੰਦੇ ਹਾਂ ਨਾ ਕਿ ਇੱਕ ਜਣੇ ਨੂੰ ਘਰ ਰਹਿਣਾ ਚਾਹੀਦਾ, ਮੇਰੇ ਲਈ ਉਹ ਨਹੀਂ ਇੰਪੋਰਟੈਂਟ ਕਿ ਉਹ ਬੰਦਾ ਹੋਵੇ ਜਾਂ ਜਨਾਨੀ ਹੋਵੇ, ਮੇਰੇ ਲਈ ਉਹ ਇੰਪੋਰਟੈਂਟ ਹੈ ਕਿ ਜਿਹੜਾ ਬੰਦਾ ਜ਼ਿਆਦਾ ਕਮਾਉਂਦਾ ਪਿਆ ਨਾ ਉਹ ਬਾਹਰ ਜਾਵੇ। ਅਗਰ ਮੇਰੀ ਵਾਈਫ ਕਿਸੇ ਕੰਪਨੀ ਦੀ ਮੈਨੇਜਰ ਆ, CEO ਆ, ਮੈਂ ਕਹਾਂਗਾ ਕਿ ਜਾ ਮੈਂ ਰਿਲੈਕਸ TV ਦੇਖਾਂਗਾ, ਬੱਚੇ ਸਾਂਭਾਂਗਾ, ਸੈਂਡਵਿਚ ਬਣਾਵਾਂਗਾ, ਘਰੇ ਖਾਵਾਂਗਾ, ਬੱਚਿਆਂ ਨਾਲ ਖੇਡਾਂਗਾ, ਮੈਨੂੰ ਥੋੜ੍ਹੀ ਕੋਈ ਲੋੜ ਜਾਣ ਦੀ। ਉਹ ਕਿਸੇ ਚੀਜ਼ ਦੇ ਅਗੇਂਸਟ ਨਹੀਂ ਮੈਂ ਹੈਗਾ ਕਿ ਕਿਹੜਾ ਬੰਦਾ ਘਰੇ ਰਵੇ ਕਿਹੜਾ ਬੰਦਾ ਬਾਹਰ ਰਵੇ, ਐਸ ਲੌਂਗ ਐਸ ਇੱਕ ਜਣਾ ਬੱਚਿਆਂ ਕੋਲ ਰਵੇ ਜਿੱਦਾਂ ਡਿਊਟੀਆਂ ਵੰਡੀਆਂ ਹੋਣ, ਬਿਲਕੁਲ, ਠੀਕ ਹੈ, ਇਹ ਮੇਰਾ ਪੁਆਇੰਟ ਸੀ। ਹਾਂਜੀ ਤੁਸੀਂ ਕੰਟੀਨਿਊ ਕਰੋ। ਮੈਂ ਤੁਹਾਨੂੰ ਦੱਸਦਾ ਹੁੰਦਾ, ਪਤਾ ਕੀ ਹੈ ਨਾ, ਇਹ ਮੇਰਾ ਐਕਸਪੀਰੀਅੰਸ ਹੈ, ਮੈਂ ਫਿਰ ਮਾਫੀ ਮੰਗ ਲਾਂ ਜੇ ਕਿਸੇ ਨੂੰ ਮੇਰੀ ਗੱਲ ਤੋਂ ਨਾ, ਤੁਸੀਂ ਸੌਰੀ ਬਹੁਤ ਮੰਗ ਰਹੇ ਹੋ ਭਾਈ, ਸਾਦਗੀ ਦਾ ਨਾ ਇੱਕ ਕਾਮ ਹੋਣ ਦਾ ਇਹ ਬੜਾ ਪ੍ਰੋਬਲਮ ਹੈ,
ਕਿ ਤੁਸੀਂ ਮੇਰੇ ਨਾਲ ਵੀ ਤੁਸੀਂ ਗੱਲ ਕਰਦੇ ਤੁਸੀਂ ਕਹਿੰਦੇ ਹੋ ਕਿ ਭਾਜੀ ਸੌਰੀ ਅਗਰ ਮੈਂ ਗੱਲ ਭਾਜੀ ਇਟਸ ਓਕੇ ਕਿਉਂਕਿ ਜਸਟ ਲੈਟ ਇਟ ਆਊਟ ਇਹ ਚਲੋ ਮੈਂ ਇਹਦੇ ਬਾਰੇ ਫਿਰ ਤੁਹਾਨੂੰ ਬਾਅਦ ਚ ਦੱਸਾਂਗਾ ਮੈਂ ਕਿਉਂ ਸੌਰੀ ਮੰਗਦਾ ਬਟ ਮੈਂ ਜਿਹੜੀ ਗੱਲ ਦੱਸਣ ਲੱਗਾ ਮੈਂ ਉਹ ਕਹਿੰਦਾ ਹੁਣ ਦੇਖੋ ਅਸਲ ਚ ਨਾ ਆਪਣੇ ਭਾਜੀ ਵਿਜ਼ਨ ਕਲੀਅਰ ਨਹੀਂ ਹੁੰਦੇ ਵਿਜ਼ਨ ਕਲੀਅਰ ਨਹੀਂ ਹੁੰਦੇ ਆਪਣੇ ਆਪਾਂ ਤੁਸੀਂ ਨੋਟ ਕਰੋਗੇ ਨਾ ਸਾਰੇ ਜਾਣੇ ਜਿਹੜੇ ਵੀ ਆਪਾਂ ਬੰਦੇ ਗੱਲਬਾਤ ਸੁਣ ਰਹੇ ਹਾਂ ਆਪਾਂ ਕਰਦੇ ਪਏ ਹਾਂ ਨਾ ਆਪਾਂ ਬਾਹਰ ਕਿਉਂ ਆਏ ਹਾਂ ਅਸਲ ਚ ਜੇ ਪੁੱਛਿਆ ਜਾਏ ਬੰਦੇ ਤੋਂ ਪੁੱਛ ਲਓ ਕਿ ਤੂੰ ਬਾਹਰ ਕਿਉਂ ਆਇਆ ਤੇ ਉਹਦੇ ਕੋਲ ਸਿਰਫ ਇੱਕ ਜਾਂ ਦੋ ਹੀ ਆਂਸਰ ਹੋਣਗੇ ਤੁਸੀਂ ਕਹਿ ਦੋਗੇ ਨਾ ਮੈਨੂੰ 10 ਆਂਸਰ ਚਾਹੀਦੇ ਤੂੰ ਬਾਹਰ ਕਿਉਂ ਆਇਆ ਸ਼ਾਇਦ ਉਹ ਨਹੀਂ ਦੇ ਪਾਏਗਾ ਤੁਹਾਨੂੰ ਨਹੀਂ ਦੇ ਪਾਏਗਾ ਉਹ ਸਿਰਫ ਦੋ ਕੀ ਆਂਸਰ ਹੀ ਦੇਗਾ ਮੈਂ ਪੈਸੇ ਕਮਾਉਣ ਆਇਆ ਜਾਂ ਮੈਂ ਵਧੀਆ ਲਾਈਫ ਵਾਸਤੇ ਆਇਆ ਜਾਂ ਮੇਰਾ ਪੜੋਸੀ ਆ ਗਿਆ ਸੀ ਮੈਂ ਤਾਂ ਆਇਆ ਬਸ ਇੰਨੀ ਜੀ ਗੱਲ ਹੋਏਗੀ ਰਾਈਟ ਹੁਣ ਇੱਥੇ ਉਹੀ ਗੱਲ ਆ ਜਾਂਦੀ ਹੈ ਕਿ ਤੁਸੀਂ ਵਿਆਹ ਕਿਉਂ ਕੀਤਾ ਉਹਦੇ ਵੀ ਆਹੀ ਆਂਸਰ ਨੇ ਇੱਕ ਦੋ ਹੀ ਹਨਾ ਪੱਕਾ ਹੋ ਗਿਆ ਜਾਂ ਉਮਰ ਜ਼ਿਆਦਾ ਹੋਣ ਡਈ ਸੀ ਜਾਂ ਮੈਨੂੰ ਯਾਰ ਘਰੇ ਸਫਾਈ ਕਰਨ ਵਾਲੀ ਚਾਹੀਦੀ ਸੀ ਜਾਂ ਮੈਨੂੰ ਮੈਨੂੰ ਜੋਬ ਕਰਨ ਵਾਲੀ ਚਾਹੀਦੀ ਸੀ ਵੀ ਮੇਰੇ ਨਾਲ ਜੋਬ ਕਰੇ ਤੇ ਮੇਰੀਆਂ ਕਿਸ਼ਤਾਂ ਬਰਾਬਰ ਪੇ ਕਰੇ ਰਾਈਟ ਏਦਾਂ ਦੇ ਦੋ ਚਾਰ ਹੀ ਆਂਸਰ ਹੋਣਗੇ ਆਹੀ ਫਿਰ ਅੱਗੇ ਜਦੋਂ ਕੋਈ ਕਹੇ ਕਿ ਤੁਸੀਂ ਬੱਚਾ ਕਿਉਂ ਕੀਤਾ ਤੇ ਮੈਂ ਕਿਸੇ ਦੀ ਗੱਲ ਸੁਣਦਾ ਪਿਆ ਸੀ ਮੈਂ ਬੜਾ ਹੈਰਾਨ ਹੋਇਆ ਤੇ ਉਹਨੇ ਕਿਹਾ ਕਿ 95% ਤੋਂ ਵੀ ਜ਼ਿਆਦਾ ਜਿਹੜੇ ਬੱਚੇ ਹੁੰਦੇ ਨਾ ਪਲੈਨਡ ਨਹੀਂ ਹੁੰਦੇ ਅੱਜ ਕੱਲ ਜਿਹੜੇ ਹੋ ਰਹੇ ਰਾਈਟ ਉਹ ਵੀ ਪਲੈਨ ਨਹੀਂ ਹੈਗੇ ਕਿ ਵੀ ਜਾਂ ਤੇ ਕਹਿੰਦੇ ਕਿ ਵੀ ਇੱਕ ਫਰੈਂਡ ਦੇ ਬੱਚਾ ਹੋ ਗਿਆ ਤੇ ਉਹ ਕਹਿੰਦੇ ਯਾਰ ਹੁਣ ਉਹਦਾ ਤੇ ਆਪਣਾ ਵਿਆਹ ਬਰਾਬਰ ਹੋਇਆ ਸੀ ਹੁਣ ਆਪਾਂ ਕਰ ਲਈਏ ਰਾਈਟ ਏਦਾਂ ਉਹ ਪਲੈਨਡ ਬੱਚਾ ਨਹੀਂ ਮੰਨਿਆ ਜਾਂਦਾ ਕਿ ਜੇ ਤੁਸੀਂ ਦੂਜੇ ਨੂੰ ਦੇਖ ਕੇ ਕਰ ਰਹੇ ਹੋ ਰਾਈਟ ਜਾਂ ਏਦਾਂ ਹੁੰਦਾ ਕਿ ਹੁਣ ਮੇਰੇ ਇੱਕ ਬੇਟਾ ਹੋ ਗਿਆ ਮਤਲਬ ਬੇਟੀ ਪਹਿਲੇ ਹੋ ਗਈ ਹੁਣ ਮੈਨੂੰ ਬੇਟਾ ਚਾਹੀਦਾ ਉਹ ਪਲੈਨਡ ਨਹੀਂ ਹੈ ਤੁਹਾਨੂੰ ਕੀ ਪਤਾ ਬੇਟਾ ਹੋਣਾ ਰਾਈਟ ਜਾਂ ਅੱਜ ਕੱਲ ਤੇ ਬੜਾ ਕੁਛ ਆ ਗਿਆ ਸੋਰੀ ਮੈਂ ਗੱਲ ਜਲਦੀ ਆਪਣੀ ਖਤਮ ਕਰਾਂ ਹੁਣ ਇਹਦੇ ਵਿੱਚ ਅੱਗੇ ਥੋੜਾ ਆਪਾਂ ਚਲੇ ਜਾਈਏ ਨਾ ਆਪਾਂ ਨੂੰ ਅਸਲ ਚ ਪਤਾ ਨਹੀਂ ਹੈ ਕਿ ਆਪਾਂ ਨੂੰ ਅਸਲ ਚ ਚਾਹੀਦਾ ਕੀ ਹੈ ਆਪਾਂ ਬੜੀਆਂ ਚੀਜ਼ਾਂ ਅਰਾਊਂਡ ਹੀ ਆਪਣੇ ਕਰ ਕਰਕੇ ਆਪਾਂ ਨੂੰ ਕਈ ਵਾਰ ਏਦਾਂ ਲੱਗਦਾ ਕਿ ਹੁਣ ਜਿਵੇਂ ਤੁਸੀਂ ਗੱਲ ਕੀਤੀ ਬੜੀਆਂ ਲੇਡੀਜ਼ ਨੂੰ ਜਾਂ ਬੜੀਆਂ ਜਾਣੇ ਨੂੰ ਇਹ ਲੱਗਦਾ ਕਿ ਜਿਹੜਾ ਘਰ ਦਾ ਕੰਮ ਹੈ ਨਾ ਉਹ ਕੋਈ ਕੰਮ ਆ ਹਨਾ ਅਸੀਂ ਤੇ ਮਤਲਬ ਸਾਨੂੰ ਸਾਰੇ ਕਹਿੰਦੇ ਕਿ ਕੋਈ ਕੰਮ ਆ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਲੇਡੀਜ਼ ਘਰ ਕੰਮ ਕਰਦੀ ਹੈ ਨਾ ਉਸ ਕੰਮ ਦੀ ਵਜ੍ਹਾ ਨਾਲ ਹੀ ਉਹਦਾ ਹਸਬੈਂਡ ਹੈ ਜਿਹੜਾ ਬਾਹਰ ਕੰਮ ਕਰਦਾ ਭਾਵੇਂ ਕੋਈ ਹਸਬੈਂਡ ਮੰਨੇ ਜਾਂ ਨਾ ਮੰਨੇ ਇਹ 200% ਸਹੀ ਗੱਲ ਆ ਜੇ ਕਿਸੇ ਨੂੰ ਲੱਗਦਾ ਨਾ ਕਿ ਮੇਰੀ ਵਾਈਫ ਸਾਰਾ ਦਿਨ ਘਰ ਰਹਿੰਦੀ ਹੈ ਉਹ ਫ੍ਰੀ ਰਹਿੰਦੀ ਹੈ ਤੇ ਮੈਂ ਬਾਹਰ ਇੰਨਾ ਕੁਛ ਕਰਦਾ ਉਹ ਬੰਦਾ ਨਾ ਆਪਣੀ ਵਾਈਫ ਨੂੰ 1 ਮਹੀਨੇ ਲਈ ਬਿਲਕੁਲ ਆਪਣੇ ਨੈਟਵਰਕ ਤੋਂ ਆਊਟ ਕਰਕੇ ਦੇਖੇ ਤੇ ਫਿਰ ਕਰਕੇ ਦਿਖਾਏ ਉਹਨਾਂ ਕੰਮ ਸਰਵਾਈਵ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਕਿਉਂਕਿ ਕਈ ਵਾਰ ਫਿਰ ਫਿਰ ਈਗੋ ਟਾਈਪ ਆ ਜਾਂਦੀ ਹੈ ਕਿ ਹੁਣ ਜੇ ਮੈਂ ਜਿਹੜੀ ਗੱਲ ਕਹਿਤੀ ਉਹੀ ਸਹੀ ਹੈ ਚਲੋ ਕਈ ਵਾਰ ਆਪਣੇ ਵਰਡ ਹੁੰਦੇ ਆ ਇੱਦਾਂ ਦੇ ਕਿ ਉਹ ਐਗਜੈਕਟ ਜਿੱਦਾਂ ਆਪਾਂ ਪਹਿਲੇ ਵੀ ਗੱਲ ਕੀਤੀ ਤੁਸੀਂ ਕੂਲ ਮਾਇੰਡ ਹੋ ਕੇ ਉਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਜੇ ਆਪਾਂ ਦੂਜੇ ਪੱਖ ਚਾਹੁੰਦੇ ਹਾਂ ਲੇਡੀਜ਼ ਨੂੰ ਲੱਗਦਾ ਨਾ ਕਿ ਮੈਂ ਬਾਹਰ ਜਾ ਕੇ ਬਹੁਤ ਕੰਮ ਕਰ ਸਕਦੀ ਹਾਂ ਘਰੇ ਮੇਰੀ ਕੋਈ ਵੈਲਿਊ ਨਹੀਂ ਹੈਗੀ ਤੇ ਇਹ ਵੀ ਗੱਲ ਕਿਤੇ ਨਾ ਕਿਤੇ ਨਾ ਹੁਣ ਦੇਖੋ ਮੈਂ ਇੱਕ ਦਿਨ ਦੇਖਦਾ ਪਿਆ ਸੀਗਾ ਕਿ ਘਰ ਦੇ ਵਿੱਚ ਕੰਮ ਕਰਨ ਵਾਲੀਆਂ ਲੱਗੀਆਂ ਹੋਈਆਂ ਜ਼ਿਆਦਾਤਰ ਇੰਡੀਆ ਚ ਆਪਣੇ ਬਾਹਰ ਇੱਥੇ ਘੱਟ ਆ ਤੇ ਆਪਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਤੇ ਆਪਾਂ ਕਿਉਂਕਿ ਸਾਰਾ ਕੰਮ ਆਪਣੇ ਘਰ ਚ ਜਿਹੜੀ ਮੇਡ ਆ ਉਹ ਕਰਦੀ ਪਈ ਹੈ ਤੇ ਅਸੀਂ ਕੀ ਕਰਦੇ ਪਏ ਜਾਂ ਤੇ ਕੋਈ ਬਾਹਰ ਜੋਬ ਕਰਦੇ ਪਏ ਹਾਂ ਜਾਂ ਅਸੀਂ ਕੁਛ ਨੀ ਕਰਦੇ ਪਏ ਹੁਣ ਸਾਨੂੰ ਪ੍ਰੋਬਲਮਸ ਆ ਰਹੀਆਂ ਪ੍ਰੋਬਲਮਸ ਆ ਰਹੀਆਂ ਤੁਸੀਂ ਮੇਡ ਦੀ ਹੈਲਥ ਦੇਖ ਲਓ ਤੇ ਆਪਣੀ ਹੈਲਥ ਦੇਖ ਲਓ ਤੁਸੀਂ ਦੱਸੋ ਤੁਸੀਂ ਸਮਝ ਸਕਦੇ ਹੋ ਹੁਣ ਮੈਂ ਕੀ ਗੱਲ ਕਹਿੰਦਾ ਪਿਆ ਮੈਂ ਹੋਰ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਨਾ ਚੰਗੀ ਨੀ ਲੱਗਦੀ ਫਿਰ ਗੱਲ ਸੋ ਵਾਕਈ ਹੁੰਦਾ ਇੱਦਾਂ ਆ ਕਿ ਇੱਥੇ ਜਿੱਦਾਂ ਤੁਸੀਂ ਵਿੱਚ ਥੋੜੀ ਜਿਹੀ ਜ਼ਿਕਰ ਕੀਤਾ ਨਾ ਕੰਮ ਵੰਡੇ ਹੋਣ ਭਾਜੀ ਇਹ ਵੀ ਗੱਲ ਤੋਂ ਮੈਂ ਐਗਰੀ ਨਹੀਂ ਕਰਦਾ ਕੰਮ ਕਦੀ ਵੰਡੇ ਨਹੀਂ ਜਾਂਦੇ ਹੁੰਦੇ ਹਸਬੈਂਡ ਵਾਈਫ ਜੇ ਰੀਅਲ ਚ ਤੁਸੀਂ ਹੈਗੇ ਹੋ ਨਾ ਤੇ ਕੰਮ ਵੰਡੇ ਨਹੀਂ ਜਾਂਦੇ ਦੋਵੇਂ ਪੈਰਲਰ ਹੋਣੇ ਚਾਹੀਦੇ ਅਪੋਜ਼ਿਟ ਨਹੀਂ ਹੋਣੇ ਚਾਹੀਦੇ ਜੇ ਅਪੋਜ਼ਿਟ ਹੋਵੋਗੇ ਤੇ ਫਿਰ ਕੰਮ ਵੰਡੇ ਜਾਂਦੇ ਨਹੀਂ ਮੇਰਾ ਕਹਿਣ ਦਾ ਉਹੀ ਵੰਡੇ ਇਨ ਦਾ ਸੈਂਸ ਕਿ ਹਰੇਕ ਬੰਦਾ ਕਿਤੇ ਨਾ ਕਿਤੇ ਮੈਂ ਇਹਦਾ ਪ੍ਰਪੋਨੈਂਟ ਆ ਕਿ ਹਰੇਕ ਬੰਦੇ ਨੂੰ ਇੱਕ ਜ਼ਿੰਮੇਵਾਰੀ ਲੈ ਕੇ ਕਿਉਂਕਿ ਆਹ ਚੀਜ਼ ਤੇਰੇ ਹਿੱਸੇ ਆਉਂਦੀ ਹੈ ਠੀਕ ਹੈ ਤੇ ਆਹ ਚੀਜ਼ ਇਹ ਚ ਕੋਈ ਕੰਪੀਟੀਸ਼ਨ ਨਹੀਂ ਇਹ ਚ ਕੋਈ ਕੰਪੀਟੀਸ਼ਨ ਠੀਕ ਹੈ ਜਿੱਦਾਂ ਤੁਸੀਂ ਗੱਲ ਕਹੀ ਨਾ ਵੰਡੇ ਇਨ ਦਾ ਸੈਂਸ ਕਿ
ਤੁਹਾਡੀ ਰਿਸਪੋਨਸਿਬਿਲਿਟੀ ਆ ਕਿ ਪੈਸਾ ਲਿਆਣਾ, ਠੀਕ ਹੈ। ਵਾਈਫ ਦੀ ਰਿਸਪੋਨਸਿਬਿਲਿਟੀ ਆ ਉਹਨੂੰ ਮੈਨੇਜ ਕਰਨਾ, ਇਹ ਬੜੀ ਇੰਪੋਰਟੈਂਟ ਚੀਜ਼ ਆ। ਐਗਜ਼ੈਕਟਲੀ ਇਹ ਚੀਜ਼ ਬਹੁਤ ਇੰਪੋਰਟੈਂਟ ਹੈ। ਮੈਂ ਵੀ ਐਗਜ਼ੈਕਟਲੀ ਆਹੀ ਕਹਿ ਰਿਹਾ। ਇਹ ਇਦਾਂ ਮੈਂ ਬੰਦੇ ਦਾ ਜ਼ਿਕਰ ਕੀਤਾ ਕਿ ਇਦਾਂ ਮਤਲਬ ਰਿਸਪੋਨਸਿਬਿਲਿਟੀ ਬਣਦੀ ਹੈ, ਕਿਉਂਕਿ ਮੈਂ ਥੋੜਾ ਉਹਨੂੰ ਕਲੀਅਰ ਕੀਤਾ। ਕਈ ਵਾਰ ਇਦਾਂ ਹੁੰਦਾ ਨਾ ਕਿ ਉਹ ਵਰਡ ਨੂੰ ਕੋਈ ਬੰਦਾ ਚੱਕ ਕੇ ਤੇ ਉਹਦਾ ਮਤਲਬ ਕਿਤੇ ਹੋਰ ਲੈ ਜਾਂਦਾ। ਹੁਣ ਐਗਜ਼ਾਮਪਲ ਛੋਟਾ ਜਿਹਾ ਦੇਣਾ ਕਿ ਮੈਂ ਟਰੱਕ ਚਲਾਉਂਦਾ, ਹਨਾ, ਮੰਨ ਲਓ ਮੈਂ 4-5 ਦਿਨ 10 ਦਿਨ ਘਰੋਂ ਬਾਹਰ ਰਹਿੰਦਾ। ਹੁਣ ਮੇਰੀ ਵਾਈਫ ਮੈਨੂੰ ਮੇਰਾ ਬੈਗ ਪੈਕ ਕਰਕੇ ਦੇਗੀ, ਮੈਨੂੰ ਰੋਟੀ ਪਾਣੀ ਪੈਕ ਕਰਕੇ ਦੇਗੀ। ਯਕੀਨ ਮੰਨਿਓ, ਉਹ ਜਿਹੜੀ ਰੋਟੀ ਪਾਣੀ ਆ, ਉਹ ਜਿਹੜਾ ਬੈਗ ਹੈ, ਜਾਂ ਜਿਹੜਾ ਲਾਸਟ ਮੂਮੈਂਟ ਤੇ ਮੈਂ ਘਰੋਂ ਨਿਕਲਣਾ ਹੈ ਨਾ, ਉਹ ਡਿਸਾਈਡ ਕਰਦਾ ਕਿ ਮੈਂ ਅਗਲੇ 10 ਦਿਨ 5 ਦਿਨ ਜਾਂ ਜਿੰਨੇ ਦਿਨ ਘਰੋਂ ਬਾਹਰ ਰਹਿਣਾ ਹੈ, ਮੈਂ ਕਿੰਨਾ ਵਧੀਆ ਕੰਮ ਕਰਕੇ ਵਾਪਸ ਆਉਣਾ। ਯਕੀਨ ਮੰਨਿਓ, ਉਹ ਲਾਸਟ ਸੈਕਿੰਡ ਡਿਪੈਂਡ ਡਿਸਾਈਡ ਕਰਦਾ। ਇਹ ਨਹੀਂ ਹੈਗਾ ਕਿ ਮੈਂ ਬੜਾ ਗਲਾਟੀ ਡਰਾਈਵਰ ਹਾਂ, ਮੈਂ ਤੇ 15-15 ਘੰਟੇ ਟਰੱਕ ਚਲਾਉਣਾ। ਇਹ ਝੂਠੀ ਗੱਲ ਹੈ ਜਿਹੜਾ ਬੰਦਾ ਕਹਿੰਦਾ ਹੈ ਨਾ ਕਿ ਮੈਂ ਹੁਣ। ਦੂਜੀ ਗੱਲ, ਹੁਣ ਮੈਂ ਅੱਜ ਘਰੋਂ ਨਿਕਲ ਗਿਆ, ਅੱਜ ਮੈਂ ਘਰੋਂ ਬਾਹਰ ਆ, ਰਾਈਟ, ਰਾਤ ਨੂੰ ਮੈਂ ਬਾਹਰ ਸੁੱਤਾ 700 ਕਿਲੋਮੀਟਰ ਦੂਰ ਜਾ ਕੇ। ਜੇ ਤੁਸੀਂ ਆਪਣੀ ਵਾਈਫ ਤੋਂ ਅਪੋਜ਼ਿਟ ਹੋ ਨਾ, ਤੁਹਾਨੂੰ ਨੀਂਦ ਨਹੀਂ ਆਉਣੀ। ਤੁਹਾਨੂੰ ਐਵਰੀ ਸਿੰਗਲ ਟਾਈਮ ਇਹ ਲੱਗਦੇ ਰਹਿਣਾ ਕਿ ਯਾਰ ਮੈਂ ਕਿਸ਼ਤਾ ਦਿੰਦਾ, ਮੈਂ ਗੱਡੀਆਂ ਦੀ ਕਿਸ਼ਤਾ ਦਿੰਦਾ, ਮੈਂ ਤੇ ਟਰੱਕ ਚ ਸੁਣਨਾ, ਉਹ ਘਰੇ ਐਸ਼ ਕਰ ਰਹੀ ਹੈ, ਰਾਈਟ। ਤੇ ਯਾਰ ਮੇਰੀ ਜ਼ਿੰਦਗੀ ਕੀ ਹੈ? ਕਿਉਂਕਿ ਜੇ ਤੁਸੀਂ ਅਪੋਜ਼ਿਟ ਹੋ, ਤੁਹਾਡੇ ਦਿਮਾਗ ਚ ਆਹ ਖਿਆਲ ਆਉਂਦੀ ਹੈ। ਤੇ ਇਹ ਖਿਆਲ ਇੰਨੇ ਡੇਂਜਰਸ ਆ ਨਾ, ਬੰਦਾ ਅਪੋਜ਼ਿਟ ਬੰਦੇ ਦੇ ਨਾਲ, ਉਹ ਜਿੱਦਾਂ ਕਹਿੰਦੇ ਆ ਨਾ ਕਿ ਸਤਿੰਦਰ ਸਰਤਾਜ ਜੀ ਦੇ ਇੱਕ ਗਾਣੇ ਚ ਕਿ ਸਭ ਤੋਂ ਭਾਰਾ ਮਨ ਦਾ ਬੋਝ, ਏਦਾਂ ਕਰਕੇ ਇੱਕ ਲਾਈਨ ਆ ਕਿ ਦੁਨੀਆਂ ਤੇ ਸਭ ਤੋਂ ਭਾਰੀ ਚੀਜ਼ ਮਨ ਦਾ ਬੋਝ ਆ, ਇਸ ਤੋਂ ਭਾਰਾ ਹੋਰ ਕੁਛ ਬਣਿਆ ਨੀ। ਤੇ ਏਦਾਂ ਮਨ ਦੇ ਉੱਤੇ ਬੋਝ ਪੈਂਦੇ ਆ, ਤੇ ਜਦੋਂ ਤੁਸੀਂ ਪੈਰਲਰ ਚੱਲ ਰਹੇ ਹੋ, ਵਾਕਈ ਤੁਹਾਡੀ ਬੜੀ ਵਧੀਆ ਅੰਡਰਸਟੈਂਡਿੰਗ ਚੱਲ ਰਹੀ ਹੈ, ਤੇ ਤੁਸੀਂ ਇੰਨੇ ਨਜ਼ਾਰੇ ਨਾਲ ਸੋਵੋਗੇ, ਤੁਹਾਨੂੰ ਕੋਈ ਫਿਕਰ ਨਹੀਂ ਹੈ ਕਿ ਘਰ ਮੇਰਾ ਇੱਕ ਪਾਰਟਨਰ ਮੇਰੇ ਘਰ ਨੂੰ ਇੰਨੇ ਵਧੀਆ ਤਰੀਕੇ ਨਾਲ ਸੰਭਾਲ ਰਿਹਾ, ਮੇਰੇ ਬੱਚਿਆਂ ਨੂੰ ਸੰਭਾਲ ਰਿਹਾ, ਤੁਸੀਂ ਓਨੀ ਜ਼ਿਆਦਾ ਫੋਰਸ ਨਾਲ ਆਪਣੇ ਕੰਮ ਤੇ ਕੰਮ ਕਰੋਗੇ, ਰਾਈਟ। ਸੋ ਇਹ ਹੁੰਦੀ ਹੈ ਪਾਵਰ, ਹਨਾ। ਜੇ ਤੁਸੀਂ ਦੂਜੇ ਪਾਸੇ ਚਲੇ ਜਾਓ, ਵਾਈਫ ਨੂੰ ਵੀ ਇੱਦਾਂ ਹੀ ਹੈ ਕਿ ਜੇ ਮੇਰਾ ਘਰ ਵਾਲਾ ਬਹੁਤ ਵਧੀਆ ਤਰੀਕੇ ਨਾਲ ਖੁਸ਼ ਗਿਆ, ਜਾਂ ਮੈਨੂੰ ਹਰ ਚੀਜ਼ ਪ੍ਰੋਵਾਈਡ ਵਧੀਆ ਤਰੀਕੇ ਨਾਲ ਕਰਾ ਰਿਹਾ, ਮੈਨੂੰ ਲੱਗਦਾ ਨੀ ਕਦੀ ਕੋਈ ਜਨਾਨੀ ਕਹੇ ਕਿ ਮੈਂ ਬਾਹਰ ਜਾ ਕੇ ਕੰਮ ਕਰਨਾ, ਮੈਨੂੰ ਤਾਂ ਲੱਗਦਾ ਨੀ। ਆਈ ਡੋਂਟ ਨੋ ਕਿ ਇਹ, ਹੁਣ ਮੈਂ ਕਦੀ ਇੱਦਾਂ ਕਿਸੇ ਨਾਲ ਗੱਲ ਕੀਤੀ ਨੀ ਇਸ ਬਾਰੇ, ਤੇ ਇਹ ਮੈਂ ਸੋਚਦਾ ਮੇਰੀ ਨਹੀਂ। ਜਿੱਦਾਂ ਤੁਸੀਂ ਗੱਲ ਕਹੀ ਨਾ, ਅੱਜ ਕੱਲ ਕੰਪੀਟੀਸ਼ਨ ਜ਼ਿਆਦਾ ਹੈ, ਪਾਰਟਨਰਸ ਦੇ ਵਿੱਚ ਕੰਪੀਟੀਸ਼ਨ ਹੀ ਜ਼ਿਆਦਾ, ਤਾਂ ਹੀ ਉਹ ਕਹਿੰਦਾ ਕਿ ਮੈਂ ਕੌਣ ਜ਼ਿਆਦਾ ਪੈਸੇ ਜ਼ਿਆਦਾ ਕਮਾਏਗਾ ਜਾਂ ਘਰੇ ਕੌਣ ਲਿਆਏਗਾ। ਤੇ ਮੈਨੂੰ ਕਦੀ ਕਦੀ ਹੁੰਦਾ ਕਿ ਕਦੀ ਕਦੀ ਮੈਂ ਕਿਸੇ ਨੂੰ ਦੇਖਦਾ ਵਾਂ ਕਿ ਉਹਨਾਂ ਨੇ ਆਪਣੇ ਪੈਸੇ ਵੀ ਵੰਡੇ ਹੁੰਦੇ ਨੇ ਕਿ ਆਹ ਚੀਜ਼ ਮੇਰੇ ਪੈਸੇ ਜਾਂ ਉਹ, ਮੈਨੂੰ ਬੜੀ ਚੀਜ਼ ਲੱਗਦੀ ਖਰਾਬ ਜੀ। ਮੈਂ ਕਿਹਾ ਯਾਰ ਤੁਸੀਂ ਬਹੁਤ ਡੇਂਜਰਸ ਚੀਜ਼ ਆ ਕਿ ਆਹ ਮੇਰੇ ਪੈਸੇ, ਆਹ ਚੀਜ਼ ਮੇਰੇ ਪੈਸਿਆਂ ਚ ਲੈਣੀ ਹੈ ਤੇ ਆਹ ਚ ਮੇਰੇ ਚ ਪੈਸੇ। ਮੈਂ ਕਿਹਾ ਨਹੀਂ ਇੱਦਾਂ ਨੀ, ਤੁਸੀਂ ਪਾਰਟਨਰ ਹੋ, ਠੀਕ ਹੈ। ਇੱਕ ਵਾਰੀ ਤੁਸੀਂ ਬੱਝ ਗਏ ਨਾ, ਐਵਰੀਥਿੰਗ ਉਹਦਾ ਆ, ਜੋ ਤੇਰਾ ਆ ਤੇ ਤੇਰਾ ਆ ਉਹਦਾ ਆ, ਜਦੋਂ ਉਹ ਇਹ ਤੇ ਉਹੀ ਗੱਲ ਹੋ ਗਈ ਨਾ ਵੀ ਮੈਂ ਆਹ ਵਾਲੇ ਹੱਥ ਦੇ ਉੱਤੇ ਜ਼ਿਆਦਾ ਧਿਆਨ ਦੇਣਾ, ਆਹ ਵਾਲੇ ਹੱਥ ਨੂੰ ਮੈਂ ਇੱਦਾਂ ਰੱਖਣਾ, ਮੇਰਾ ਲੈਫਟ ਹੈਂਡ ਹੈ ਮੈਂ ਨਹੀਂ ਯੂਜ਼ ਕਰਦਾ ਹੈ। ਲਾਈਕ ਇੱਦਾਂ ਹੋ ਨਹੀਂ ਸਕਦਾ, ਕਦੀ ਹੁੰਦਾ ਇੱਦਾਂ ਕਿ ਤੁਸੀਂ ਨਹਾਉਣ ਲੱਗੇ ਇੱਧਰ ਸਾਬਣ ਜ਼ਿਆਦਾ ਲਾ ਲਓ, ਇਹਨੂੰ ਕੋਈ ਨਹੀਂ, ਮੈਂ ਤੈਨੂੰ ਨਹੀਂ ਯੂਜ਼ ਕਰਨਾ। ਸੋ ਇਹ ਕੁਛ ਚੀਜ਼ਾਂ ਹੈਗੀਆਂ। ਇਹ ਭਾਜੀ ਪਤਾ ਕਿਉਂ ਹੁੰਦਾ, ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਹਿ ਦਵਾਂ, ਸੋਰੀ। ਇਹ ਹੁੰਦਾ ਇੱਦਾਂ ਆ ਕਿ ਆਪਣੇ ਨਾ ਅਰਾਊਂਡ ਭਾਜੀ ਸਰਕਲ ਇੱਦਾਂ ਦਾ ਬਣ ਚੁੱਕਿਆ, ਠੀਕ ਹੈ। ਹੁਣ ਦੋ ਭੈਣਾਂ ਜਾਂ ਦੋ ਭਰਾ ਨੇ, ਮੰਨ ਲਓ ਮੇਰੇ ਤੋਂ ਵੱਡਾ ਕੋਈ ਮੇਰਾ ਭਰਾ ਆ ਜਾਂ ਮੇਰੇ ਤੋਂ ਛੋਟਾ ਕੋਈ ਭਰਾ ਆ, ਤੇ ਮੇਰਾ ਵਿਆਹ ਪਹਿਲੇ ਹੋ ਗਿਆ, ਤੇ ਮੇਰਾ ਨੇਚਰ ਇਹ ਬਣ ਚੁੱਕਿਆ ਕਿ ਮੈਂ ਉਹਨੂੰ ਹਰ ਵੇਲੇ ਨੈਗੇਟਿਵ ਚੀਜ਼ਾਂ ਹੀ ਦੱਸੀ ਜਾ ਰਿਹਾ। ਉਹ ਯਾਰ ਤੂੰ ਬਚ ਗਿਆ, ਅਜੇ ਤੱਕ ਤੂੰ ਵਿਆਹ ਨੀ ਕਰਾਇਆ, ਉਹ ਯਾਰ ਮੇਰਾ ਵਿਆਹ ਹੈ, ਮੇਰੇ ਤੇ ਆ ਹੈ, ਹਨਾ। ਇਹ ਸਭ ਤੋਂ ਡੇਂਜਰਸ ਚੀਜ਼ ਹੈ ਜਦੋਂ ਆਪਾਂ ਇਹ ਚੀਜ਼ਾਂ ਪਾਸ ਕਰਦੇ ਹਾਂ ਨਾ। ਤੁਸੀਂ ਦੇਖਿਓ ਅੱਜ ਕੱਲ ਬੜੇ ਜ਼ਿਆਦਾ ਇਸੇ ਗੱਲ ਕਰਕੇ, ਤੁਸੀਂ ਵੀ ਕਿਤੇ ਨਾ ਕਿਤੇ ਇਸ ਗੱਲ, ਇਹ ਗੱਲ ਤੁਹਾਨੂੰ ਵੀ ਪ੍ਰਭਾਵਿਤ ਕਰ ਲਈ ਹੋਵੇਗੀ, ਤੁਸੀਂ ਕਿਤੇ ਨਹੀਂ, ਇਹਦੇ ਚ ਤੁਹਾਡਾ ਕਸੂਰ ਹੈ ਹੀ ਨਹੀਂ। ਮੈਂ ਤੁਹਾਨੂੰ ਕਹਿ ਰਿਹਾ ਇਹਦੇ ਚ ਤੁਹਾਡਾ ਕਸੂਰ ਨਹੀਂ ਹੈ, ਇਹਦੇ ਚ ਸ਼ਾਇਦ ਕਸੂਰ ਉਹਨਾਂ ਦਾ ਆ ਜਿਹਨਾਂ ਦਾ ਵਿਆਹ ਹੋ ਗਿਆ, ਹਨਾ। ਬਟ ਉਹ ਵੀ ਵਿਚਾਰੇ ਕੀ ਕਰਨ ਕਿ ਜਦੋਂ ਹੁਣ 10 ਘੰਟਿਆਂ ਦੇ ਵਿੱਚ 8 ਘੰਟੇ ਉਹਨਾਂ ਦੀ ਗਰਾਰੀਆਂ ਆਊਟ ਹੀ ਰਹਿਣ, ਤੇ ਹੁਣ ਉਸ 8 ਘੰਟਿਆਂ ਚ 7ਵੇਂ ਘੰਟੇ ਤੁਸੀਂ ਕਾਲ ਕਰ ਲਈ ਵੀ ਹੋਰ ਸੁਣਾ ਕੀ ਹਾਲ ਹੈ, ਅਗਲੇ ਨੇ ਕਹਿਣਾ ਯਾਰ ਦੁਖੀ ਆ, ਬੜਾ ਕਲੇਸ਼ ਹੈ, ਤੇ ਤੁਸੀਂ ਕਹਿਣਾ ਅੱਛਾ ਬੱਚਿਆ ਮੈਂ, ਮੇਰਾ ਵਿਆਹ ਨੀ ਹੋਇਆ, ਮੈਂ ਬਚ ਗਈ।
ਸੋ ਅਸਲ ਚ ਆਪਣੇ ਅਰਾਊਂਡ ਆ ਚੀਜ਼ ਚੱਲਦੀ ਹੈ, ਬਜਾਏ ਕਿ ਆਪਾਂ ਨੂੰ ਇਹ ਚੱਲਣਾ ਚਾਹੀਦਾ ਹੈ ਕਿ ਯਾਰ ਅੱਜ ਜਦੋਂ ਤੁਹਾਨੂੰ ਕੋਈ ਕਵੇ ਕਿ ਯਾਰ ਤੇਰੀ ਭਾਬੀ ਨੇ ਅੱਜ ਮੇਰਾ ਬੜਾ ਖਿਆਲ ਰੱਖਿਆ, ਮੈਨੂੰ ਬਹੁਤ ਵਧੀਆ ਅੱਜ ਘਰ ਆਉਂਦਿਆਂ ਨੂੰ ਆਹ ਚੀਜ਼ ਮਿਲੀ, ਤੇ ਤੁਸੀਂ ਫਿਰ ਸੋਚੋ ਵੀ ਹਾਂ ਯਾਰ ਇਹਦਾ ਕਿੱਡਾ ਵਧੀਆ ਚੱਲਣ ਡਿਆ। ਸੋ ਆਹੀ ਚੀਜ਼ ਆ ਹਨਾ, ਜਾਂ ਕੋਈ ਵੀ ਤੁਹਾਡਾ, ਸੋ ਮੈਂ ਇਹ ਚੀਜ਼ ਨੂੰ ਏਦਾਂ ਲੈਣਾ। ਨਹੀਂ ਬਹੁਤ ਬਹੁਤ ਵਧੀਆ ਵਧੀਆ ਵਿਚਾਰ ਭਾਜੀ, ਤੇ ਆਪਾਂ ਹੁਣ ਕਨਕਲੂਡ ਕਰਦੇ ਹਾਂ, ਆਲਮੋਸਟ 2 ਘੰਟੇ ਹੋ ਗਏ ਆਪਾਂ ਨੂੰ ਗੱਲ ਕਰਦੇ ਕਰਦੇ, 2 ਘੰਟੇ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਹੁਣੇ ਟਾਈਮ ਦੇਖਿਆ। ਹਾਂ ਤੇ ਓਨਲੀ ਰੀਜ਼ਨ ਕਿਉਂਕਿ ਗੱਲ ਆਪਾਂ ਹਜੇ ਵੀ ਕੰਟੀਨਿਊ ਕਰ ਸਕਦੇ ਹਾਂ, ਬਟ ਆਲਮੋਸਟ 2 ਘੰਟੇ ਹੋ ਗਏ ਨਾ, ਮੈਂ ਕਿਹਾ ਚੱਲ 2 ਘੰਟੇ ਟਾਈਮ ਬੜਾ ਅਪੋਜ਼ਿਟ ਹੈ, ਤੇ ਮੈਨੂੰ ਵੀ ਇਹ ਹੋਣ ਡਿਆ ਅੱਜ ਤੁਹਾਡਾ ਪੂਰਾ ਸੰਡੇ ਹੈ ਸ਼ਾਇਦ, ਹਨਾ ਸੰਡੇ ਹੈ ਨਾ ਤੁਹਾਡੇ, ਇਹੀ ਕੰਮ ਕਰਦਾ ਮੈਂ, ਸੰਡੇ ਹੋ ਗਿਆ ਸੈਟਰਡੇ ਹੋ ਗਿਆ ਮੇਰਾ, ਮੈਂ ਦੂਜੇ ਇੱਕ ਪੋਡਕਾਸਟ, ਮੈਨੂੰ ਸੀਗਾ ਕਿ ਅਗਰ ਅੱਜ ਕੋਈ ਪ੍ਰੋਬਲਮ ਆਉਂਦੀ ਹੈ, ਇੱਕ ਦੂਜਾ ਪੋਡਕਾਸਟ ਤੇ ਮੈਂ ਲਿਖਦਾ ਪਿਆ ਸੀਗਾ, ਓਕੇ ਮੈਂ ਉੱਤੇ ਕਰਨਾ ਸੀ ਪੋਡਕਾਸਟ, ਜੋ ਹੁਣ ਮੈਂ ਅਗਲੇ ਹਫਤੇ ਪ੍ਰੋਬਲੀ ਕਰਾਂਗਾ, ਤੇ ਮੈਂ ਉਹੀ ਪਲਾਨ ਬੀ ਮੇਰਾ ਰੈਡੀ ਹੁੰਦਾ ਪਿਆ ਸੀ, ਮੈਂ ਕਿਹਾ ਜੇ ਭਾਜੀ ਨੂੰ ਅੱਜ ਕੋਈ ਪ੍ਰੋਬਲਮ ਆਉਂਦੀ ਹੈ, ਬਿਜ਼ੀ ਹੁੰਦੇ ਆ, ਤੇ ਦੂਜਾ ਪੋਡਕਾਸਟ ਮੈਂ ਅੱਜ ਕਰ ਸਕਦਾ। ਚਲੋ ਨਹੀਂ, ਅੱਜ ਆਪਾਂ ਪੋਡਕਾਸਟ ਕੀਤਾ, ਬਹੁਤ ਬਹੁਤ ਵਧੀਆ ਗਿਆ ਭਾਜੀ। ਨਹੀਂ ਆਪਾਂ ਕੰਟੀਨਿਊ ਕਰਾਂਗੇ, ਹੁਣ ਮੇਰਾ ਵੀ ਦਿਲ ਇਸੇ ਕਰਕੇ ਹੀ ਕਰਦਾ ਕਿ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਜਾਂ ਮੈਂ ਵੈਸੇ ਵੀ ਗੱਲ ਕਰਾਂ ਤੇ ਮੈਨੂੰ ਆਟੋਮੈਟਿਕਲੀ ਕਿਤੋਂ ਨਾ ਕਿਤੋਂ ਜਾਣਕਾਰੀ ਲੈਣੀ ਪੈਣੀ ਹੈ, ਥੋੜਾ ਮੈਂ ਵੀ ਅਪਡੇਟ ਰਵਾਂਗਾ। ਮੈਂ ਵੀ ਨਰਵਸ ਹੋ ਜਾਂਦਾ ਹਰੇਕ ਪੋਡਕਾਸਟ ਤੋਂ ਪਹਿਲਾਂ, ਖਾਸ ਕਰਕੇ ਜਦੋਂ ਮੈਂ ਇਕੱਲਾ ਕਰਦਾ ਨਾ, ਬਹੁਤ ਨਰਵਸ ਹੋ ਜਾਂਦਾ ਮੈਂ, ਮੈਂ ਬਹੁਤ ਰੀਟੇਕ ਕਰਦਾ ਰੀਟੇਕ ਕਰਦਾ, ਪਰ ਜਦੋਂ ਕੋਈ ਨਾਲ ਹੁੰਦਾ ਨਾ, ਉਹ ਪੋਡਕਾਸਟ ਬਹੁਤ ਸੌਖੇ ਜਾਂਦੇ ਨੇ ਮੇਰੇ, ਕਿਉਂਕਿ ਗੱਲਾਂ ਦਾ ਫਲੋ ਚੱਲਦਾ ਰਹਿੰਦਾ। ਠੀਕ ਹੈ, ਇਧਰੋਂ ਗੱਲ ਆ ਗਈ, ਇਧਰੋਂ ਗੱਲ ਆ ਗਈ, ਇਧਰੋਂ ਗੱਲ ਆ ਗਈ, ਚਲੋ ਕੋਈ ਨੀ, ਆਲ ਗੁੱਡ ਆ ਭਾਜੀ, ਤੇ ਬਹੁਤ ਵਧੀਆ ਗੱਲ ਆਪਣੀ ਹੋਈ। ਠੀਕ ਹੈ, ਤੇ ਆਪਾਂ ਚਲੋ ਓਦਾਂ ਦੇ ਆਪਾਂ ਗੱਲ ਕਰਦੇ ਹੀ ਰਹਿੰਦੇ ਹਾਂ, ਤੇ ਪੋਡਕਾਸਟ ਵੀ ਪ੍ਰੋਬਲੀ ਆਪਾਂ ਹੁਣ ਕਰਦੇ ਰਹਾਂਗੇ। ਸਹੀ ਹੈ, ਥੈਂਕ ਯੂ ਜੀ, ਆਲ ਗੁੱਡ। ਤੇ ਇਹ ਸੀ ਅੱਜ ਦਾ ਐਪੀਸੋਡ, ਤੇ ਥੈਂਕ ਯੂ, ਐਪੀਸੋਡ ਇੰਨਾ ਲੰਬਾ ਹੋ ਗਿਆ, ਬਟ ਆਲ ਗੁੱਡ, ਮੈਂ ਤੇ ਇੰਜੋਏ ਕੀਤਾ ਬਹੁਤ ਜ਼ਿਆਦਾ ਕਨਵਰਸੇਸ਼ਨ ਨੂੰ, ਥੈਂਕ ਯੂ ਭਾਜੀ। ਤੇ ਹੁਣ ਮਿਲਦੇ ਆਪਾਂ ਅਗਲੇ ਐਪੀਸੋਡ ਦੇ ਵਿੱਚ, ਮੈਂ ਤੁਹਾਡਾ ਆਪਣਾ ਕਾਕਾ ਬੱਲੀ, ਨਾਮ ਮੇਰਾ ਗਗਨਦੀਪ ਸਿੰਘ, ਸਤਿ ਸ਼੍ਰੀ ਅਕਾਲ।